أعوذ بالله السميع العليم من الشيطان اللعين الرجيم. بسم الله الرحمن الرحيم. الحمد لله الذي شرفنا بولاء الحسين وأجلى عيوننا بالبكاء في عزاء الحسين، والصلاة والسلام على آباء الحسين وأبناء الحسين وأحباء الحسين وأتباع الحسين وأتباع الحسين وأنصاره، وبعد، فقد قال الله تبارك وتعالى في كتابه المجيد وخطابه الحميد وهو أصدق القائلين وقوله الحق، بسم الله الرحمن الرحيم. إنما يريد الله ليذهب عنكم الرجس أهل البيت ويطهركم تطهيرا. صلوا. حضرات گرامی، سادات مومنین، موالیان حیدر کرار، خوب داران آل رسول و رضا داران فرزند بطول، سلام علیکم تحفہ آلِ مدد. میں نے اس ویلے جناب کے سامنے قرآن مجید 22 پارے پہلے رکوع سورہ احزاب دی نہایت ہی مشہور آیا کریمہ دی تلاوت کا شرف حاصل کیتے ہیں. تلاوت آیا مقدسہ دے بعد کسی مومن دے رکا لگتا ہے، کیونکہ سلام علیکم دے بعد تحفہ یا علی مدد لکھا ہوا. نمبر ایک، اعتراض کیا جاتا ہے کہ دو نمازیں ملا کر کیوں پڑھتے ہیں جبکہ قرآن پاک میں نماز اپنے مقررہ وقت پر پڑھنے کا حکم ہے. نمبر دو، کلمہ طیبہ میں علی اور ولی اللہ کیا زبانہ رسول میں پڑھا جاتا تھا یا ائمہ طہار نے تلقین فرمائی؟ قرآن اور فرمان معصوم کی روشنی میں وضاحت کریں. نیز انا مدینۃ العلم و علی البابوا کے بارے میں کہا جاتا ہے کہ یہ روایت ضعیف ہے، اس کی بارے میں وضاحت فرمائیں. سوالات ہوندیاں تے سندیاں میں 40 سال ہو گئے، تقریراں وچ، تحریراں وچ، مناظریاں وچ یہ باتاں چل دیاں رہی ہیں. پہلا یہ کہ نمازیں دو ملا کر کیوں پڑھتے ہیں جبکہ قرآن میں وقت جو ہے وہ مقررہ ہے، مقررہ وقت پر پڑھیں. تو سائیں پہلا جواب ہے کہ پیشی دیگر ملا کے شام اور کفتہ جمع کر کے رسول نے پڑھی، رسول بہتر جاندا قرآن دا وقت تے نماز پڑھنا کیویں ہے. قرآن پاک دی 15 پارے دی سورہ بنی اسرائیل وچ خالق دا فرمان ہے، اقم الصلاۃ لدلوک الشمس الى غسق اللیل، نماز کو قائم کرو یا نماز کو بجا لاؤ طلع ضائع ٹلنے سے غروب آفتاب تک. یہ قرآن پاک ہے، چھوٹی موٹی کچی پکی روٹی نہیں.
ਸਾਡੇ ਪੁਰਾਣੇ ਮੌਲਵੀ ਆਂਦੇ ਹੁੰਦੇ ਸਨ ਰੱਬ ਦੇ ਕੁਰਾਨ ਉੱਤੇ ਗੱਲ ਮੁੱਕ ਗਈ। ਹੁਣ ਜੇ ਅੱਲਾ ਦਾ ਹੁਕਮ ਹੈ ਸਾਇਆ ਢਲਣ ਤੋਂ ਲੈ ਕੇ ਗੁਰੂਬੇ ਆਫਤਾਬ ਤੱਕ ਨਮਾਜ਼ ਪੜ੍ਹੋ, ਨਮਾਜ਼ ਕਾਇਮ ਕਰੋ, ਨਮਾਜ਼ ਨੂੰ ਬਜਾ ਲਾਓ, ਅਤੇ ਸਾਇਆ ਢਲਣ ਤੋਂ ਲੈ ਕੇ ਪਹਿਲਾ ਟਾਈਮ ਹੈ ਜ਼ੁਹਰ ਦਾ ਅਤੇ ਗੁਰੂਬ ਤੋਂ ਪਹਿਲਾ ਟਾਈਮ ਹੈ ਮਗਰਬ ਦਾ। ਨਮਾਜ਼ਾਂ ਦੋ ਨੇ ਲੇਕਿਨ ਕੁਰਾਨ ਨੇ ਉਹਨੂੰ ਇੱਕ ਨਮਾਜ਼ ਕਰਕੇ ਜ਼ਿਕਰ ਕੀਤਾ ਅਤੇ ਅੱਲਾ ਨੇ ਆਪਣੇ ਪਾਕ ਕਲਾਮ ਵਿੱਚ ਉਹਨੂੰ ਜ਼ਿਕਰ ਕੀਤਾ ਜਮ੍ਹਾਂ ਕਰਕੇ। ਲਿਹਾਜ਼ਾ ਅਲੀ ਤੋਂ ਲੈ ਕੇ ਇਮਾਮੇ ਜ਼ਮਾਨਾ ਤੱਕ ਇਹ ਮਾਸੂਮੀਨ ਆਇਮੇ ਮਾਸੂਮੀਨ ਨੇ ਇਸ ਦੀ ਤਾਬੀਰ ਵਿੱਚ ਤਫਸੀਲਨ ਫਰਮਾਇਆ ਕਿ ਸਾਇਆ ਢਲਣ ਤੋਂ ਲੈ ਕੇ ਚਾਰ ਰਕਤ ਦੀ ਨਮਾਜ਼ ਦਾ ਵਕਤ ਮਖਸੂਸ ਹੈ ਜ਼ੁਹਰ ਨਾਲ, ਚਾਰ ਰਕਤ ਦੇ ਬਾਅਦ ਜ਼ੁਹਰ ਅਤੇ ਅਸਰ ਦਾ ਨਮਾਜ਼ ਮੁਸ਼ਤਰਕਾ ਸ਼ੁਰੂ ਹੁੰਦਾ ਹੈ, ਗਰੂਬ ਤੋਂ ਚੰਦ ਮਿੰਟ ਚਾਰ ਰਕਤ ਪਹਿਲੇ ਨਮਾਜ਼ ਮਖਸੂਸ ਹੈ, ਅਸਰ ਦਾ ਵਕਤ ਇਹ ਮੁਕਰਰਾ ਵਕਤ ਦੇ ਦਰਮਿਆਨਾ ਟਾਈਮ ਮੁਸ਼ਤਰਕਾ ਹੈ, ਜ਼ੁਹਰ ਵੀ ਅਦਾ ਪੜੀ ਜਾਏਗੀ, ਅਸਰ ਵੀ ਅਦਾ ਪੜੀ ਜਾਏਗੀ। ਤਵੱਜੋ ਹੈ ਜਨਾਬ। ਦੂਸਰਾ ਹੈ ਕਿ ਸਹੀ ਬੁਖਾਰੀ, ਮੁਸਲਿਮ, ਤਿਰਮਜ਼ੀ, ਨਿਸਾਈ, ਅਬੂ ਦਾਊਦ, ਇਬਨੇ ਮਾਜਾ, ਸੁਨਨ ਕੁਬਰਾ, ਨਿਸਾਈ, ਸੁਨਨ ਕੁਬਰਾ, ਇਮਾਮ ਬਹਿਕੀ ਔਰ ਸੁਨਨ ਕੁਬਰਾ ਦਾਰ ਕੁਤਨੀ, ਇਹ ਕੋਈ 32 ਕੁ ਕੁਤਬੇ ਹਦੀਸ ਹਨ ਮੇਰੇ ਪੁਰਾਣੇ ਟੱਬਰ ਦੀਆਂ, ਅਤੇ ਮੇਰੇ ਕੋਲ ਸਾਰੀਆਂ ਹੀ ਹਨ, ਇੱਥੇ ਵੀ ਮੌਜੂਦ ਹਨ ਦੋ ਤਿੰਨ। ਅਬਦੁੱਲਾ ਇਬਨ ਅਬਾਸ ਰਵਾਇਤ ਕਰਦੇ ਨੇ ਕਿ ਨਬੀ ਸੱਲ ਨਬੀ ਸੱਲ ਵਸਲਮ ਜਾਮਾ ਬੈਨ ਜ਼ੁਹਰੇ ਵਲ ਅਸਰ ਵਲ ਮਗਰਬੇ ਵਾਲੇ ਸ਼ਾਮ ਇਨ ਗੈਰ ਸਫਾਰਿਨ ਵ ਮਾਤਰਿਨ, ਪਾਕ ਰਸੂਲ ਪੇਸ਼ੀ ਦੀਗਰ ਨਾਲ ਸ਼ਾਮ ਇਸ਼ਾ ਨਾਲ ਜਮ੍ਹਾਂ ਕਰਕੇ ਮਿਲਾ ਕੇ ਪੜ੍ਹਦੇ ਸਨ ਬਗੈਰ ਕਿਸੇ ਸਫ਼ਰ ਦੇ ਬਹਾਨੇ ਦੇ, ਬਗੈਰ ਕਿਸੇ ਬਾਰਿਸ਼ ਦੇ ਉਜ਼ਰ ਦੇ। ਅਤੇ ਅੱਲਾ ਨੇ ਕੁਰਾਨ ਪਾਕ ਦੇ ਵਿੱਚ ਫਰਮਾਇਆ ਮਾ ਤਾਕੁਮ ਰਸੂਲ ਹੋ ਫਖਜ਼ੂ ਹੋ ਵ ਮਾ ਨਹਾਕੁਮਾਨ ਹੋ ਫਨਤਾ ਹੋ, ਜਿਹੜਾ ਕੰਮ ਤੁਹਾਨੂੰ ਰਸੂਲ ਜਿਹੜੀ ਸ਼ਾਇਦ ਦੇਵੇ ਪਕੜ ਲਓ, ਜਿਹਦੇ ਤੋਂ ਰਸੂਲ ਹਟਾਵੇ ਹਟ ਜਾਓ। ਅਤੇ ਜੇ ਰਸੂਲ ਜਮ੍ਹਾਂ ਕਰਕੇ ਸਾਨੂੰ ਅਮਲ ਅਤਾ ਕੀਤਾ ਹੈ ਅਤੇ ਸਾਦਤਮੰਦ ਉਮਤੀ ਉਹ ਹੀ ਹੈ ਜਿਹੜਾ ਸੁਨਤ ਰਸੂਲ ਨੂੰ ਆਪਣੇ ਅਮਲ ਨਾਲ ਜ਼ਿੰਦਾ ਰੱਖੇ। ਦੋ ਬਾਤਾਂ, ਤੀਸਰੇ ਜਿਹੜੇ ਸ਼ੀਆ ਨੂੰ ਅਤੇ ਅੱਗੇ ਉਹਨਾਂ ਦਾ ਕੀਦਾ ਹੀ ਜਮ੍ਹਾਂ ਬੈਨ ਸਲਾਤੈਨ ਹੈ, ਬਲਕਿ ਅਹਿਲ ਸੁਨਤ ਦੇ ਅਹਿਲ ਹਦੀਸ ਦਾ ਵੀ ਮਿਆਰ ਹੈ, ਮੈਂ ਉਹਨਾਂ ਦਾ ਵੀ ਅਕੀਦਾ ਉਸੂਲੀ ਤੌਰ 'ਤੇ ਹੈ ਕਿ ਜਮ੍ਹਾਂ ਬੈਨ ਸਲਾਤੈਨ ਸੁਨਤ ਰਸੂਲ ਹੈ ਔਰ ਹਾਦੀਸ ਸਿਆਸਤਾਂ ਨਾਲ ਸਾਬਿਤ ਹੈ। ਪਰ ਜਿਹੜੇ ਮੇਰੇ ਅਹਿਲ ਸੁਨਤ ਭਾਈ ਬੈਠੇ ਨੇ ਮਜਲਿਸ ਵਿੱਚ, ਉਹ ਹੱਜ 'ਤੇ ਗਏ ਨੇ, ਅਤੇ ਮੈਂ ਸਵਾਲ ਕਰਨਾ ਕਿ ਮੈਦਾਨ ਅਰਫਾਤ ਵਿੱਚ ਇਹਨਾਂ ਪੇਸ਼ੀ ਅਤੇ ਡੀਗਰ ਜਮ੍ਹਾਂ ਕਰਕੇ ਪੜ੍ਹੀ ਹੈ ਜਾਂ ਮੈਂ ਹੱਜ 'ਚ ਜਾਂ ਨਹੀਂ। ਉੱਥੋਂ ਮਾੜੀ ਜਿਹੀ ਡੀਗਰ ਨੂੰ ਟੁਰੇ ਮੁਜ਼ਦਲਫਾ ਵਿੱਚ ਪਹੁੰਚੇ ਸੋਤੇ, ਉੱਥੇ ਸ਼ਾਮ ਅਤੇ ਖੁਫਤਾ ਇਸ਼ਾ ਮਿਲਾ ਕੇ ਪੜ੍ਹੀ ਹੈ ਜਾਂ ਅਲੈਦਾ ਅਲੈਦਾ ਇਹ ਜੀ ਮਿਲਾ ਕੇ ਪੜ੍ਹੀ ਹੈ। ਅਤੇ ਜਿਹੜੀ ਨਮਾਜ਼ ਤੋੜ ਹਰਮੈਨ ਸ਼ਰੀਫ ਹੈ ਨੇ ਜਮ੍ਹਾਂ ਹੋ ਸਕਦੀ ਹੈ, ਉਹ ਸਿਆਲਕੋਟ ਹੋ ਜਾਏ ਜਿਹਦੇ ਕੋਲ ਨਿਕਾਹ ਟੁੱਟ ਚੱਲਿਆ, ਅਮਲ ਤਾਂ ਉਹ ਹੀ ਹੈ ਜਿਹੜਾ ਰਸੂਲ ਨੇ ਫਰਮਾਇਆ। ਤਿੰਨ ਬਾਤਾਂ, ਚੌਥਾ ਜਵਾਬ ਅਰਜ਼ ਕਰਦਾ, ਮਿਸ਼ਕਾਤ ਸ਼ਰੀਫ ਮੇਰੇ ਕੋਲ ਪਈ ਹੈ ਅਤੇ ਬਲਕਿ ਹੱਥ ਦੇ ਥੱਲੇ ਪਈ ਹੈ। ਹਜ਼ੂਰ ਨੇ ਫਰਮਾਇਆ ਮਨ ਆਹਯਾ ਸੁਨਤੀ ਇੰਦਾ ਫਸਾਦ ਉਮਤੀ ਫਲਾਹੁ ਅਜਰੁਨ ਮਿਆਤਾ ਸ਼ਹੀਦਿਨ। ਸਾਡਾ ਮਸਲਕ ਅਹਿਲੇ ਬੈਤ ਜਿਹੜਾ ਹੈ ਉਹ ਪੰਜਾਂ ਨਮਾਜ਼ਾਂ ਨੂੰ ਅਲੱਗ ਪੜ੍ਹਨ ਦੀ ਵੀ ਇਜਾਜ਼ਤ ਦਿੰਦਾ, ਜਮ੍ਹਾਂ ਦੀ ਵੀ ਇਜਾਜ਼ਤ ਦਿੰਦਾ, ਲੇਕਿਨ ਜਮ੍ਹਾਂ ਦੇ ਉੱਤੇ ਜਮ੍ਹਾਂ ਕਰਕੇ ਪੜ੍ਹਨ ਦੇ ਉੱਤੇ ਅਸੀਂ ਮੁਦਾਵਤ ਕਰਨੇ ਹਾਂ, ਯਾਨੀ ਅਕਸਰੀਅਤ ਨਮਾਜ਼ਾਂ ਦੀ ਜਮ੍ਹਾਂ ਕਰਕੇ ਪੜ੍ਹਨੇ ਹਾਂ। ਉਹ ਇਸ ਵਾਸਤੇ ਪੜ੍ਹਨੇ ਹਾਂ ਮਿਸ਼ਕਾਤ 'ਚ ਆਇਆ ਮਨ ਆਹਯਾ ਸੁਨਤੀ ਇੰਦਾ ਫਸਾਦ ਉਮਤੀ ਫਲਾਹੁ ਅਜਰੁਨ ਮਿਆਤਾ ਸ਼ਹੀਦਿਨ। ਜਿਹੜਾ ਵੀ ਕੋਈ ਬੰਦਾ ਐਸੇ ਵਕਤ ਵਿੱਚ ਮੇਰੀ ਸੁਨਤ 'ਤੇ ਅਮਲ ਕਰਕੇ ਜ਼ਿੰਦਾ ਕਰੇ, ਜਦੋਂ ਮੇਰੀ ਸੁਨਤ ਨੂੰ ਮਿਟਾਵਣ ਦਾ ਇਰਾਦਾ ਕੀਤਾ ਹੋਵੇ ਲੋਕਾਂ ਨੇ, ਤਾਂ ਉਸ ਨੂੰ ਉਸ ਸੁਨਤ ਦੇ ਇਲਾਵਾ ਨਾਲ 100 ਸ਼ਹੀਦ ਦੀ ਸ਼ਹਾਦਤ ਦਾ ਸਵਾਬ ਵੀ ਮਿਲੇਗਾ। ਹੁਣ ਜਦੋਂ ਨਬੀ ਪਾਕ ਨੇ ਪੇਸ਼ੀ ਅਤੇ ਡੀਗਰ ਸ਼ਾਮ ਅਤੇ ਕੁਫਤਾ ਜਮ੍ਹਾਂ ਕਰਕੇ ਪੜ੍ਹੀ ਹੈ ਅਤੇ ਸੁਨਤ ਰਸੂਲ ਹੋ ਗਈ, ਸਾਰੇ ਮਲਵਾਣੇ ਭਾਵੇਂ ਛੋਟੀ ਦਾੜੀ ਵਾਲੇ ਹੋਏ ਭਾਵੇਂ ਵੱਡੀ ਵਾਲੇ ਭਾਵੇਂ ਕਾਲੀ ਹੋਣ ਭਾਵੇਂ ਚਿੱਟੀ ਵਾਲੇ, ਸਾਰੇ ਤੁਲ ਗਏ ਨੇ ਵੀ ਜਮ੍ਹਾਂ ਸ਼ੀਆ ਕਰਦੇ ਲਿਆਦਾ ਜਾਇਜ਼ ਨਹੀਂ। ਤਾਂ ਉਹ ਸੁਨਤ ਰਸੂਲ ਨੂੰ ਮਿਟਾਉਣ ਦੀ ਛੁਪਾਉਣ ਦੀ ਕੋਸ਼ਿਸ਼ ਕਰਦੇ, ਅਸੀਂ ਜਮ੍ਹਾਂ ਕਰਕੇ ਨਬੀ ਪਾਕ ਦੀ ਸੁਨਤ ਨੂੰ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਫਰਮਾਨੇ ਰਸੂਲ ਇਹ ਸੁਨਤ ਨੂੰ ਜ਼ਿੰਦਾ ਕਰਨ ਨਾਲ
सुन्नत का सवाब अलहदा नाल सौ शहीद की शहादत का सवाब मिलेगा। एक शहीद की शहादत का सवाब निजात वास्ते काफी है, तो सौ शहीद की शहादत का सवाब आडे तो ताज़ा ताज़ा शहादत हुई। मैं ये सिर्फ इस शहादत नहीं समझता, पाक रसूल का फरमान है कि मम माता अला हुब्बे आले मुहम्मद एन माता शहीदा, जेड़ा दहशतगर्दां दे हत्थों मरे उते शहीद आप सारी दुनिया मानती, मौलवी भी मानते हो शहीद है, पराए अपने पराए। लेकिन नबी पाक ने फरमाया जेड़ा बंदा मोहब्बत आले मुहम्मद च दुनिया विच फौत हो जाए, तभी मौत फौत हो जाए, ओदी मौत भी शहादत की मौत है, क्योंकि आले मुहम्मद की मोहब्बत ओदी वफात हुई। ते पंजवां एक नुक्ता अर्ज करदे वां, जेड़ा तो तफसीरे दुर्रे मंसूर जिल्द अव्वल विच कंजुल उमाल अलामा अली मुतकी दी जिल्द नंबर पांच विच, मुसनद अहमद हंबल दी जिल्द अव्वल विच, और जेड़ी मनाकब दियां किताबां नूं उहनां दा हिसाब ही कोई नहीं। हजूर का फरमान है कि जदों कयामत वा दिन मीजान कायम होएगी, नामे अमाल का हिसाबो किताब करन लई मीजान कायम होएगी, तो मीजान अदल दे फरिश्ते तैयार होणगे, खालिक दी आवाज आएगी, भाई तुसी तैयार हो, ऐ हिम्मत दे हिसाब किताब नूं चैक करन लई तैयार हो। उस बलै कहे मौला हाजिर, साईं मौला हाजिर। अल्लाह फरमाएगा पाली इन्हां जरा ठप्पो, ते पहले आवाज दियो दुनिया ते जेड़े जेड़े बंदे ने जहरा दी औलाद दा अदबो हया कीता है, अहले बैत दी मोहब्बत दा दम भरिया है, अहले बैत दी गुरबत विच गिरिया करदा रहा है, बीबी नूं पुरसा देंदा रहा, वह बंदे अलग हो जाओ। रवायत च लफ़्ज़न कल्ला महल बसरे, अख चमकन दे लहजे विच एक लैंड लग जाएगी, ते मलाइका अर्ज करनगे मौला ये ते 70,000 हो गए ने पहली आवाज ते। उन्हें आख्या आवाजा ना गिनो, अल्लाह जाने किनिया होनिया, पर ए बंदे किन्ने ने के सबून अल्फन 70,000। आ कुराने पाक खाते विच किताबा मैं पेश कर सकना, मसायल कोई मुनाजरा रखे मैं कर सकना, किसी कोर्ट च मेनू तलब करे मैं इहदा सबूत दे सकदा। खालिक दी आवाज आएगी यद खुलू नल जन्नत बगैर हिसाब, ये जेड़े मुहिबे आले मुहिबा ने आले बैतान जहरा नू उहदे खानदान दी मौत मजलूमियत का पुरसा देंदे रहे, इन्हों का कोई हिसाब चैक नहीं करना, है बगैर हिसाब जन्नत जाएंगे, क्योंकि जारा इन्हों की शफात कर चुकी है, मैं खालिक को शफात मंजूर कर चुका। ये मुहब्बत मुहिबे आले बैत इमाम हुसैन दे मातमी का एक बड़ा मकाम है। अगे मैं जरा घट पढ़ना इस रवायत को, पढ़ता जरूर हाँ, लुकाण वालों का जुर्म जेड़ा वो मैं अपने मत्थे नहीं लै सकता, भी अगे कुछ लोग नमाजा घट पढ़ते ने, तो जे ये मुहिबा ने हले बैत ते मातमिया बगैर हिसाब किताब जन्नत ते सारे अपने मलवाने नहीं छोड़ना। तो जी मौली ताबुद्दीन हैदरी जेड़ा आंदा बगैर हिसाब, मैं नहीं आंदा, रसूल फरमांदा बतूल की शफात अल्लाह का फरमान, के इन्हें बतूल फरमाया कि जेड़े लोगों ने या अल्लाह मेरे हुसैन नू जीन तो जमीन ते ठांदा अखां नाल वेख्या नहीं, जिन्ना मेरे गाजी दे बाजू कलम हुंदे वेखे नहीं, जिन्ना हुसैन दी लाश ते घोड़े फजदे अपनी अखां नाल दिठे नहीं, जिन्ना बीबियां दे खैमे जलदे दिठे नहीं, जिन्ना परदे बर्बाद हुंदे दिठे नहीं, सदियां बाद पैदा होके हुसैन दी गुरबत ते रोंदे रहन, उन्हां दे जवान जवाना नूं उन्हां दीआं बीबियां परदादारां नूं उन्हां दे बच्चे बच्चियां दे गम विच गिरिया मातम करदे रहन। बीबी फरमाया कि या अल्लाह वह कैसे ही गुनाहगार ने, मेरी इल्तजा है उन्होंने माफ कर दी। ते रवायत दे लफ्ज़ हैं खालिक दी आवाज आएगी कद गफर तो लहुम, बीबी तेरी शफात का सदका जैसे भी है मैं इन्होंने माफ किया। इस वास्ते आ जिहड़े सैयद मजलसां कराते ने मातम करते ने मुहर्रम कराते ने, एक पागल नहीं है, ये दाते पे हुए ने। मैं खुद दाते बैठा 40 साल तो आवाजा मुनाजरे तकरीरा तबलीगा ते करना, जो उधर पढ़ गया सा कोई थोड़े बहुते लफ्ज, यकम मुहर्रम तो लैके दावी मुहर्रम तक 40 साल है मेरे वास्ते हराम है, मुहर्रम दी अशरे दी नियाद घर खाधी हो। पहले 8 साल तक जलसा होंदा सी, जदों 40-50 हज़ार उहदा खर्चा आ गया,
ਕੱਚੀਆਂ ਬਾਦਿਆਂ ਦੇ ਮੋਮਿਨ ਇਕੱਠੇ ਹੋਏ ਨਮਾਜ਼ ਈਦ ਤੇ ਉਹਨਾਂ ਕਿਹਾ ਜਨਾਬ ਇਹ ਕਰ ਦੇ ਮੈਂ ਫਰਮਾਓ ਹੁਕਮ ਕਰੋ ਅਖੇ ਆਹ ਜਿਹੜੀ ਮਜਲਿਸ ਤੇ ਖਰਚ ਕਰਦੇ ਹੋ ਤੇ ਮਾਤਮ ਹੁੰਦਾ ਅਜ਼ਾਦਾਰੀ ਹੈ ਨਾ ਜੀ ਬਿਲਕੁਲ ਅਜ਼ਾਦਾਰੀ ਤੇ ਤੁਸੀਂ ਬਜਾਏ ਇੱਕ ਮਜਲਿਸ ਦੇ 10 ਦਿਨ ਮੁਹਰਮ ਦੀ ਸਫ਼ੇ ਮਾਤਮ ਬੱਛਾ ਉਹਨਾਂ ਅਸੀਂ ਜੇ 2 ਮੀਲ ਕੋਟ ਸ਼ਾਹ ਤੇ ਜਾਂਦੇ ਹਾਂ ਰਾਤ 1 ਵਜੇ 2 ਵਜੇ ਬਾਲਾਂ ਸੁੱਤਿਆਂ ਨੂੰ ਚਾਹ ਚਾਹ ਕੇ ਬੀਬੀਆਂ ਆਉਂਦੀਆਂ ਨੇ ਪਿੱਛੋਂ ਭਾਵੇਂ ਕੋਈ ਕੁੱਲੀ ਫੋੜ ਲਵੇ ਤੇ ਮਿਹਰਬਾਨੀ ਕਰੋ ਤੁਸੀਂ ਇੱਥੇ ਮੁਹਰਮ ਸ਼ੁਰੂ ਕਰੋ ਤਾਂ ਕਿ ਅਸੀਂ ਘਰ ਬੈਠੇ ਮੁਹਰਮ ਵੀ ਸੁਣੀਏ ਅਤੇ ਮਾਤਮ ਵੀ ਕਰੀਏ ਅਤੇ 32 ਸਾਲ ਗੁਜ਼ਰ ਗਏ ਨੇ ਮੁਹਰਮ ਹੁੰਦਿਆਂ ਮੌਲਾ ਥੋੜ੍ਹੇ ਦਿੱਤੇ ਅਤੇ 1-2 ਜ਼ਾਕਰ 1-2 ਮੌਲਵੀ ਚੋਖੇ ਦਿੱਤੇ ਚੋਖੇ ਜ਼ਾਕਰ ਚੋਖੇ ਮੌਲਵੀ ਮਾਤਮੀ ਹਲਕੇ ਅਤੇ ਫਿਰ ਜੇ ਉਸ ਤੋਂ ਜ਼ਿਆਦਾ ਦਿੱਤੇ ਨਾਲ ਜ਼ਨਾਨਾ ਮੁਹਰਮ ਵੀ ਆਉਣਾ 8ਵਾਂ ਸਾਲ ਹੈ ਜ਼ਨਾਨਾ ਮੁਹਰਮ ਵੀ ਹੁੰਦਾ 9 ਵਜੇ ਤੋਂ 12 ਵਜੇ ਤੱਕ ਫਿਰ ਲੰਗਰ ਪੱਕ ਕੇ ਅਤੇ ਜ਼ੋਹਰੈਨ ਦੀ ਨਮਾਜ਼ ਪੜ੍ਹ ਕੇ ਸ਼ਾਮ ਤੱਕ ਮਰਦਾਨਾ ਮੁਹਰਮ ਹੁੰਦਾ ਇੱਕ ਛੋਟਾ ਜ਼ਾਕਰ ਇੱਕ ਛੋਟਾ ਮੌਲਵੀ ਇੱਕ ਬੜਾ ਜ਼ਾਕਰ ਇੱਕ ਬੜਾ ਮੌਲਵੀ ਅਤੇ 9 ਖਾਨਾਂ ਦੀ ਟੀਮ ਜਿਹੜੀ ਮਾਤਮ ਮਜਲਿਸ ਦੇ ਇਖਤਤਾਮ 'ਤੇ ਮਾਤਮ ਕਰਦੇ ਨੇ ਚਾਵਾਂ ਚੱਲਦੀਆਂ ਸਬੀਲਾਂ ਚੱਲਦੀਆਂ ਨੇ ਉਹ ਮੇਰੀਆਂ ਨਹੀਂ ਇਮਾਮ ਹੁਸੈਨ ਦੀਆਂ ਨੇ ਮਾਸ਼ਾਅੱਲਾ ਮਾਸ਼ਾਅੱਲਾ ਸੁਭਾਨ ਅੱਲਾ ਜਿਹੜਾ ਵਕਤ ਮੁਕਰਰ ਹੈ ਨਮਾਜ਼ਾਂ ਦਾ ਅਲੈਦਾ ਅਲੈਦਾ ਵੀ ਕੋਈ ਪੜ੍ਹੇ ਜਾਇਜ਼ ਹੈ ਜਮ੍ਹਾਂ ਕਰਨਾ ਅਤੇ ਵਕਤ ਰਸੂਲ ਨੇ ਮੁਕਰਰ ਕੀਤਾ ਕੁਰਾਨ ਅੱਲਾ ਨੇ ਰਸੂਲ 'ਤੇ ਉਤਾਰਿਆ ਮੌਲਵੀ ਗੁਲਾਮ ਰਸੂਲ 'ਤੇ ਨਹੀਂ ਉਤਾਰਿਆ ਰਸੂਲ ਨੇ ਜਦੋਂ ਜਮ੍ਹਾਂ ਕਰਕੇ ਪੜ੍ਹੀ ਹੈ ਸੁਨਤ ਬਣਾਈ ਹੈ ਵਸੀਆਂ ਦੂਸਰਾ ਮਸਲਾ ਕਿ ਕਲਮਾ ਤਈਬਾ ਮੇ ਅਲੀ ਉਨ ਵਲੀ ਉੱਲਾ ਕਿਆ ਜ਼ਮਾਨਾ ਰਸਾਲਤ ਮੇ ਪੜ੍ਹਾ ਜਾਤਾ ਥਾ ਜੀ ਹਾਂ ਪੜ੍ਹਾ ਜਾਤਾ ਥਾ ਖੁਦ ਰਸੂਲ ਨੇ ਪੜ੍ਹ ਕੇ ਮਸਜਿਦ 'ਚ ਬਹਿ ਕੇ ਆਪਣੇ ਰਜ਼ੀ ਅੱਲਾ ਰਹਿਮਤੁੱਲਾ ਨੂੰ ਫਰਮਾਇਆ ਆ ਯਨਾਬਿਲ ਮਵੱਦਤ ਦਿਲ ਨੰਬਰ 2 ਤਬਾ ਬੈਰੂਤ ਮੇਰੇ ਹੱਥ ਵਿੱਚ ਸਰਕਾਰ ਜਦੋਂ ਮੇਰਾਜ ਦੀ ਰਾਤ ਵਾਪਸ ਤਸ਼ਰੀਫ ਲਿਆਏ ਅਤੇ ਮਸਜਿਦ ਨਬਵੀ 'ਚ ਮਸਾਇਲ ਬਿਆਨ ਫਰਮਾ ਰਹੇ ਨੇ ਅਤੇ ਸਹਾਬਾ ਇਕਰਾਮ ਨੇ ਪੁੱਛਿਆ ਯਾ ਰਸੂਲ ਅੱਲਾ ਫਿਰ ਤੁਸਾਂ ਕੀ ਦਿੱਤਾ ਹੈ ਉਹਨਾਂ ਆਖਿਆ ਬਹੁਤ ਕੁਛ ਦਿੱਤਾ ਹੈ ਰਾਇਤ ਅਲਾ ਬਾਬਿਲ ਜੰਨਤ ਮਕਤੂਬਨ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁੱਲਾਹ ਅਲੀਉਨ ਵਲੀਉੱਲਾਹ ਜਨਮ ਮੈਂ ਜੰਨਤ ਦੇ ਮੁਆਇਨੇ ਵਾਸਤੇ ਸੈਰ ਵਾਸਤੇ ਜੰਨਤ ਦੇ ਮੇਨ ਗੇਟ 'ਤੇ ਪਹੁੰਚਾਂ ਅਤੇ ਸੁਨਹਿਰੀ ਹਰੂਫ ਨਾਲ ਇਹ ਕਲਮਾ ਤਈਬਾ ਉਹਦੇ ਪੇਸ਼ਾਨੀ 'ਤੇ ਲਿਖਿਆ ਹੈ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁੱਲਾਹ ਅਲੀਉਨ ਵਲੀਉੱਲਾਹ ਐ ਯਨਾਬੀ ਵੇ ਜਿਲਦ 2 ਤਬਾ ਬੈਰੂਤ ਉੱਤੇ ਮੌਲਾ ਦਾ ਪਾਕ ਕੁਰਾਨ ਹੈ ਜੇ ਪਾਕ ਨਬੀ ਨੇ ਮਿਹਰਾਜ ਦੀ ਰਾਤ ਵਾਪਸ ਆ ਕੇ ਸਵੇਰੇ ਮਸਜਿਦ ਨਬਵੀ ਵਿੱਚ ਸਹਾਬਾ ਦੇ ਸਾਹਮਣੇ ਇਹ 3 ਜੁਜ਼ਾਂ ਵਾਲਾ ਕਲਮਾ ਜ਼ੁਬਾਨ ਨਾਲ ਪੜ੍ਹਿਆ ਨਾ ਹੋਵੇ ਅਤੇ ਮੋਮਨਾਂ ਨੂੰ ਸਮਝਾਇਆ ਨਾ ਹੋਵੇ ਅਤੇ ਮੁਜਰਮਾਂ ਸੱਜਣਾ ਮੈਂ ਅਤੇ ਜਿਹੜਾ ਕਲਮਾ ਖਾਤਮੁਲ ਨਬੀ ਦੀ ਜ਼ੁਬਾਨ ਵਿੱਚੋਂ ਜਾਰੀ ਹੋ ਗਿਆ ਤੂੰ ਪੜ੍ਹ ਲੈਂਦਾ ਤਾਂ ਕੋਈ ਨਿਕਾਹ ਟੁੱਟਿਆ ਚੜਿਆ ਪੜ੍ਹਿਆ ਕਰ ਅਲੀ ਉਨ ਵਲੀ ਉੱਲਾ ਨਾਲ ਇੱਕ ਸੁਹਾਬੀ ਉੱਠ ਖੜਾ ਹੋਇਆ ਜਿਹਦਾ ਨਾਂ ਸੀ ਅਬਦੁੱਲਾ ਇਬਨੇ ਸਲਾਮ ਰਜ਼ੀ ਅੱਲਾਹ ਤਾਲਾ ਨੂੰ ਕਹਿੰਦਾ ਯਾ ਰਸੂਲ ਅੱਲਾ ਤੁਸਾਂ ਫਰਮਾਇਆ ਕਿਆਮਤ ਵਾਲੇ ਦਿਨ ਬੜੇ ਬੜੇ ਝੰਡੇ ਹੋਣਗੇ ਨੇਕਾਂ ਦੇ ਵੀ ਬਦਕਾਰਾਂ ਦੇ ਵੀ ਨਬੀਆਂ ਮਾਸੂਮਾਂ ਦੇ ਵੀ ਅਯਾਰਾਂ ਦੇ ਬਦਮਾਸ਼ਾਂ ਦੇ ਵੀ ਅਤੇ ਜਿਹੜਾ ਤੁਹਾਡਾ ਝੰਡਾ ਉਹਦੀ ਕੋਈ ਨਿਸ਼ਾਨੀ ਦੱਸੋ ਅਖਬਿਰਨੀ ਅਨ ਲਿਵਾਇਲ ਹਮਦ ਮਾ ਸਿਫਤ ਹੂ ਯਾ ਰਸੂਲ ਅੱਲਾ ਦੱਸੋ ਲਿਵਾਇ ਹਮਦ ਉਹਦੀ ਨਿਸ਼ਾਨੀ ਪਤਾ ਹਜ਼ੂਰ ਨੇ ਫਰਮਾਇਆ ਜਿਸ ਤਰਫੋਂ ਨਜ਼ਰ ਮਾਰੋਗੇ 70-70 ਮੀਲ ਤੋਂ ਸੁਨਹਿਰੀ ਹਰਫਾਂ ਨਾਲ ਚਮਕਦੀਆਂ ਮੇਰੇ ਲਿਵਾਏ ਹਮਦ 'ਤੇ 73 ਨਜ਼ਰ ਆ ਸਨ ਆ ਸਤਰੁਲ ਅਵਲ ਬਿਸਮਿਲਲਾਹ ਰਹਿਮਾਨ ਰਹੀਮ ਵ ਸਤਰ ਸਾਨੀ ਅਲਹਮਦੁਲਿਲਾਹ ਰਬਿਲ ਆਲਮੀਨ ਵ ਸਤਰ ਸਾਲਿਸ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁੱਲਾਹ ਅਲੀਉਨ ਵਲੀਉੱਲਾਹ ਜਨਾਬਿਲ ਮੁਵੱਦਤ ਨਾ ਹੋਵੇ ਪਾਕ ਨਬੀ ਦਾ ਫਰਮਾਨ ਨਾ ਹੋਵੇ ਜਿਲਦ 2 ਨਾ ਹੋਵੇ ਮੇਰੇ ਹੱਥ 'ਚ ਨਾ ਹੋਵੇ ਜਿਸ ਵੇਖਣੀ ਹੈ ਵੇਖ ਲੈ ਸੌਦਾ ਨਕਦ ਉਧਾਰ ਨਹੀਂ ਅਤੇ ਲਿਵਾਏ ਹਮਦ 'ਤੇ 73 ਨਵਿਸ਼ਾ ਹੋਣਗੀਆਂ ਰਸੂਲ ਦੇ ਲਿਵਾਏ ਹਮਦ ਸਰਕਾਰ ਫਰਮਾਇਆ ਆਦਮ ਵ ਮਨ ਦੂਨਾ ਉਤਾਤਾ ਲਵਾਈ
آدم تو لے کے آخر تک عیسیٰ تک جتنے نبی ہیں وہ میرے لوائے حمد تھلے میرے لوائے حمد دے سائے تھلے محشر دی گرمی تو نجات حاصل کرنے. عمدہ تلکاری ہے شرح صحیح بخاری ہے جلد نمبر 22 ہے تو 70 نمبر 32 ہے مطبوع مصر کتاب بزرگان یہ پڑھائی حیدری تھی. صحابہ نے پوچھا یا رسول اللہ اتنا بڑا لوائے حمد جدے سائے وچ سوا لکھ نبی انہوں نے مخلص مومن تواڈے محب اہل بیت دے غلام یہ اتنے بڑے لوائے حمد نو چاسی کون. نبی پاک نے فرمایا قال من عصا یحملھا الا من کان یحملھا فی الدنیا علی بن ابی طالب. محشر والے دہاڑے میرے لوائے حمد نو وہی چاہے گا جڑا خیبر اور خندق چاندا رہا حسنین دا بابا علی حیدری دا مولا علی. مبدت القربا سید علی حمدانی جنہ دے بارے چا دیوبندیاں دا استاد الحدیث انور شاہ صاحب کشمیری لکھ دینے قطب ربانی علی ثانی استغفر اللہ ربی واتو بولے علی ثانی تے ہے کو نہیں قطب ربانی کو سے رکھا تے کیونکہ جیڑا بندہ قطب الاقطاب دا مرید ہوئے قطب تے ہندہ. تفسیر مدری جلد نمبر 2 صفحہ 120 شاہ ولی اللہ دا شاگرد عبدالعزیز دا استاد فرماندا وکانا قطب ارشاد کمالات الولایات علی علیہ السلام. علی پاک نو صرف ولی نہ سمجھو علی قطب ولایت علی مرکز ولایت علی ولایت دا پاور ہے اسے علی ولایت دی ہیڈ آف دی ڈپارٹمنٹ ہے. ما بلغ آدم مل امم سابقت درجت الاولیاء الا بتوسط روح علیہ السلام. محمد مصطفیٰ دی امت دے ولیاں دی تے بات ہی کیا ہے آدم تو لے کے عیسیٰ تک 1,24,000 نبیاں دے دور وچ بھی کوئی ولی ہونا چیر ولی نہیں بنیا جب تک اس نے علی علی نے کیتا حیدری دے مولا نو وسیلہ نہیں من. رسول دا کلمہ پڑھنا پڑھانا دوسرے نمبر شواہد النبوت مولانا عبد الرحمن جامی ہے صفحہ 164 ہے. حضور امام کائنات ولی کائنات سلطان اولیاء اپنے لشکر سمیت جنگ صفین نو بڑھ رہے تے لشکر پیاسا پریشان حال گھوڑے بھی پیاسے جوڑے بھی پیاسے بندے بھی پیاسے مجاہد بھی پیاسے. شکایت کی تھی مولا دے اگے عرض کیتا مولا مر چلے تیرے اترے نال پیاس نال تے تو ساکی ہے کوثر ہے آج نہ بوڑے تے بچدا ساڈے چ کوئی نہیں. مولا فرمایا ذرا گھوڑے سجے کھبے دوڑا کے ویکھو جے تانوں پانی ٹھونڈیا لب جائے بڑے بجائے کوئی نہ لبا بندے پہ واپس آ گئے. سرکار نے اپنے گھوڑے تو زین دے پیر رکھ کے تے زمین دے اتے نزول جلال فرمایا تے ایک پیر دی ٹھوکر ماری ریگستان وچ ریت اڑ کے سائڈ تے ٹر گئی سفید جہا پتھر ننگا ہویا. مولا فرمایا اس رچا ہوئے دے تھلے پانی دا چشمہ ہے او کو 40 کو رضی اللہ رحمت اللہ اینا دی اصل اچ قوت کوئی نہیں ہوندی نبی دے رضی اللہ اچ قوت کوئی نہیں ہے. خیبر دا فتح ہویا نا درباب تے مولا نے ٹال بنا کے لڑیا تے فتح کر لیا او جنوں ٹال بنا کے درے خیبر نو علی جنگ لڑی زمین تے سٹیا تے 40 رضی اللہ تعالیٰ عنہ. آ مرکات شرح مشکات میرے کول ہے جلد 11 صفحہ 340 ہے. 40 صحابہ تاریخ الخلفاء سیوطی وچ 70 صحابہ مدارج النبوت شاہ عبدالحق محدث دہل وچ 80 صحابہ لگے کنارہ چاہ کے اللہ اکبر تو زمین جو ہوا بھی نہ دے سکے. ایک بندے دی ذرا کمر دی ذرا درد نکل گئی زور زیادہ لایا تے چایا نہ وہ کہندہ یار بہ جو میں ان اللہ مسئلہ بچار سرکار نو پوچھئے وہ سارے وہ اگے لگ گیا دو چار رضی اللہ تعالیٰ پیچھے چلے یا رسول اللہ جیڑے دروازے ولی نے پٹ کے ٹال بنا کے خیبر فتح کیتا ہے سانو یہ مسئلہ سمجھاؤ ساڈے سارے ٹبر کول چویندہ کیوں. مدارج النبوت میرے کول شاہ عبدالحق محدث دہلوی ہے جلد نمبر 2 ہے. جبریل امین فیروز احمد حضرت جبریل فوراً حاضر ہو گئے تھلے تشریف لے انہاں انگلی دے اشارے نال سرکار نو عرض کیتا تسی ایہدا جواب نہ دیو اللہ نے مینوں جواب دے کے ٹورے انہاں نو جواب میں دینا. جدو متوجہ ہوئے تے حضرت جبریل فرماندے نے خاک تعالیٰ می فرمایا
ਕਿ ਆ ਊ ਨਾ ਬੂਦ ਮਾ ਬੂਦੇਮ। ਅੱਲਾ ਪਾਕ ਨੇ ਮੈਨੂੰ ਜਵਾਬ ਦੇ ਕੇ ਟੋਰਿਆ ਕਿ ਉਹ ਅਲੀ ਨਹੀਂ ਸੀ, ਮੈਂ ਸਾਂ। ਉਹ ਅਲੀ ਦਾ ਹੱਥ ਨਹੀਂ, ਮੇਰਾ ਹੱਥ ਯਦੁੱਲਾ ਸੀ ਜਿਹੜਾ ਦਰੇ ਖੈਬਰ ਨੂੰ ਪੱਟ ਕੇ ਢਾਲ ਬਣਾ ਕੇ ਖੈਬਰ ਫਤਿਹ ਕੀਤਾ। ਯਦੁੱਲਾ ਹੀ ਉਹਨੂੰ ਉਠਾ ਸਕਦਾ, ਤੁਹਾਡੇ ਬਸ ਦਾ ਰੋਗ ਨਹੀਂ। ਸਹਾਬਾ ਭਾਵੇਂ ਰਸੂਲ ਦੇ ਹੋਣ ਕਮਜ਼ੋਰ ਹਨ, ਅਤੇ ਅਲੀ ਦੇ ਤਾਂ ਫਿਰ ਕੋਈ ਦੋ ਦਰਜੇ ਘੱਟ ਹੀ ਹੋ ਸਕਦੇ। ਕਾਇਨਾਤ ਵਿੱਚ ਇੱਕ ਹਸਤੀ ਐਸੀ ਹੈ ਜਿਹਦੀ ਯਾਦ ਵਿੱਚ ਤੁਸੀਂ ਬੈਠੇ ਹੋ, ਜਿਹਦੇ ਅਸਹਾਬ ਨੇ ਨਬੀਆਂ ਦੇ ਹਿਸਾਬ ਨਾਲੋਂ ਅਗਾਂਹ ਕਦਮ ਵਧਾ ਕੇ ਮਾਲਕ ਦਾ ਸਾਥ ਕੀਤਾ। ਉਹ ਦੁਨੀਆਂ ਵਿੱਚ ਉਹਦਾ ਨਾਂ ਹੈ ਹੁਸੈਨ ਇਬਨ ਅਲੀ। ਆ ਕੁਰਾਨ ਪਾਕ ਖਾਤੇ 'ਚ ਮੈਂ ਰਜੋ ਸਾਦਾਤ ਕੋਈ ਮਜਲਿਸ ਪੜ੍ਹੀ, ਉੱਥੇ ਕੋਈ ਦੋ ਚਾਰ ਰਬਵੇ ਦੇ ਮੌਲਵੀ ਆ ਗਏ। ਉਹ ਕਹਿਣ ਲੱਗੇ ਜਨਾਬ ਗੱਲ ਇਹ ਸੁਭਾਨ ਅੱਲਾ ਸੁਭਾਨ ਅੱਲਾ, ਪਰ ਕਿਆ ਕਹਿਣੇ ਹੁਸੈਨ ਇਬਨ ਅਲੀ ਦੇ। ਬੜੇ ਬੜੇ ਨਬੀਆਂ ਦੇ ਹਿਸਾਬ ਮੈਦਾਨ ਛੱਡ ਗਏ। ਮੂਸਾ ਦੇ ਹਿਸਾਬ ਕਹਿਣ ਲੱਗੇ ਇਹ ਜ਼ਹਾ ਬਣ ਤਾ ਰੱਬੋ ਕਾ ਫਕਾ ਤੇ ਲਾ ਇਨ ਹਾ ਹੋਣਾ ਕਾਏ ਦੂਨ, ਜਾ ਮੂਸਾ ਤੂੰ ਤੇ ਤੇਰਾ ਰੱਬ ਲੜ ਕੇ ਫਤਿਹ ਕਰੋ, ਅਸੀਂ ਤੇ ਇੱਥੇ ਬੈਠੇ, ਅਸੀਂ ਨਹੀਂ ਜੰਗ ਲੜ ਸਕਦੇ। ਅਤੇ ਕਈਆਂ ਨੇ ਆਖਿਆ ਹੁਣ ਵਾਲਾਤ ਪੜ੍ਹਾਂ ਤੇ ਫਿਰ ਇਹਦੇ ਲਈ ਵੀ ਅੱਧਾ ਘੰਟਾ ਚਾਹੀਦਾ। ਹਜ਼ੂਰ ਦੇ ਹਿਸਾਬ ਵਿੱਚ ਇੱਕ ਬੜਾ ਪਿਆਰਾ ਸਿਹਾਬੀ ਹੈ ਜਿਹੜਾ ਲੰਗਰ ਵਾਸਤੇ ਮਾਵੀਆ ਦੇ ਦਸਤਰਖਾਨ ਤੇ ਭੱਜ ਵੈਂਦਾ ਹੈ, ਤੇ ਜੰਗ ਵੇਲੇ ਅਲੀ ਪਾਕ ਦੇ ਪਾਸੇ ਨਮਾਜ਼ ਵੇਲੇ ਦੇ ਆ ਜਾਂਦਾ। ਕਿਸੇ ਉਹਨਾਂ ਨੂੰ ਪੁੱਛਿਆ ਜੰਗੇ ਸਵੀਨ ਦੇ ਮੌਕਾ ਤੇ, ਵੀ ਤੂੰ ਨਮਾਜ਼ ਜੇ ਖਾਣਾ ਖਾਧਾ ਤੇ ਨਮਾਜ਼ ਵੀ ਉੱਥੇ ਪੜ੍ਹ ਲਿਆ। ਕਹਿ ਲੱਗਾ ਕਿਵੇਂ ਪੜ੍ਹਾਂ? ਉਹਦੇ ਇਸ ਵਾਸਤੇ ਜਾਣਾ ਖਾਣਾ ਲਜ਼ੀਜ਼ ਲੱਭਦਾ, ਅਲੀ ਪਿੱਛੇ ਇਸ ਵਾਸਤੇ ਆਉਣਾ ਫਿਰ ਰਸੂਲ ਵਾਲੀ ਨਮਾਜ਼ ਅਲੀ ਪੜ੍ਹਾਉਂਦਾ, ਗੈਰ ਕੋਲੋਂ ਮਿਲਦੀ ਨਹੀਂ। ਅਠਾਰਾਂ ਅਗਸਤ 1997, 19 ਅਗਸਤ 1997, 20 ਅਗਸਤ 1997 ਉਸ ਵੇਲੇ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੈਯਦ ਸੱਜਾਦ ਅਲੀ ਸ਼ਾਹ ਦੇ ਚੈਂਬਰ ਵਿੱਚ ਮੈਂ 4.25 ਘੰਟੇ ਆਪਣੇ ਮਜ਼ਹਬ ਦੇ ਦਲੈਲ ਦਿੱਤੇ ਹਾਂ, ਅਤੇ 750 ਸਫ਼ੇ ਦੇ ਤਹਿਰੀਰਨ ਮਜ਼ਹਬ ਲਿਖ ਕੇ ਤੌਹੀਦ ਤੋਂ ਲੈ ਕੇ ਤਬਰੇ ਤੱਕ ਇਹ ਸਾਡਾ ਮਜ਼ਹਬ ਹੈ। ਜਨਾਬ ਤੁਸੀਂ ਅਦਲੀਆ ਦੇ ਪਾਕਿਸਤਾਨ ਦੇ ਸਰਬਰਾਹ ਹੋ, ਅਦਲੀਆ ਉਜ਼ਮਾ ਦੇ ਸਰਬਰਾਹ ਹੋ, ਇਹਨਾਂ ਵਿੱਚੋਂ ਦੱਸੋ ਅਤੇ ਅੱਜ ਮਲਵਾਣਿਆਂ ਨੂੰ ਪੁੱਛੋ ਕਿਹੜਾ ਮਸਲਾ ਕਾਬਲੇ ਕੁਫਰ ਹੈ ਜਿਹਨੂੰ ਮੰਨੇ ਹਾਂ ਅਤੇ ਕਾਫਿਰ ਹੋ ਜਾਂਦੇ ਹਾਂ। ਕਿਸੇ 'ਚ ਹਿੰਮਤ ਹੈ ਤਾਂ ਬਹਿਸ ਕਰੇ। ਬਹਿਸ ਬੂਸ ਹੁੰਦੀ ਬਣਦੀ ਰਹੀ ਬੜੀ, ਕੋਈ ਐਸਾ ਮਸਲਾ ਨਹੀਂ ਜਿਹਦਾ ਜਵਾਬ ਸ਼ਾਹ ਸਾਹਿਬ ਜਿੰਦਾ ਮੌਜੂਦ ਹੈ। ਕਰਾਚੀ ਵਿੱਚ ਰਿਹਾਇਸ਼ ਪਜ਼ੀਰ ਹੈ, ਉਹਨਾਂ ਨੂੰ ਪੁੱਛ ਲਓ ਵੀ 20 ਅਗਸਤ ਨੂੰ ਖਸੂਸਨ ਕੋਈ ਐਸਾ ਇਤਰਾਜ਼ ਹੈ ਸੀ ਜਿਹੜਾ ਸਿਆਹ ਸਿਆਪਾ ਵੱਲੋਂ ਪੇਸ਼ ਕੀਤਾ ਗਿਆ ਹੋਵੇ, ਅਤੇ ਤੁਹਾਡੇ ਪੰਜਾਬ ਦੇ ਅਟਾਰਨੀ ਜਨਰਲ ਨੇ ਇਤਰਾਜ਼ ਕੀਤਾ ਹੋਵੇ ਸ਼ੀਆਂ 'ਤੇ, ਅਤੇ ਤਾਜੁੱਦੀਨ ਹੈਦਰੀ ਉਹਦਾ ਜਵਾਬ ਨਾ ਦੇ ਸਕਿਆ ਹੋਵੇ? ਨਹੀਂ ਮਿਲੇ। ਇਹ ਮੁਖਤਲਿਫ ਬਹਿਸਾਂ ਚੱਲਦੀਆਂ ਨੇ, ਮੁਸਲਿਮ ਮਸਲੇ ਚੱਲਦੇ ਨੇ। ਉਹਨਾਂ ਕਿਹਾ ਜੀ ਸੈਯਦ, ਉਹ ਤੁਹਾਡੀ ਦਾਦੀ ਦੀ ਅਜ਼ਮਤ ਦਾ ਮਸਲਾ ਹੈ, 24 ਸਫ਼ੇ ਦਾ ਟਾਈਪ ਕਰਕੇ ਸਵਾਲ ਜਵਾਬ ਅਦਾਲਤ ਦੀ ਥਰੂ ਸਾਡੇ 'ਤੇ ਕੀਤੇ ਗਏ ਮਜ਼ਹਬ ਸ਼ੀਆ ਦੇ ਖਿਲਾਫ। ਇੱਕ ਮਸਲਾ ਉਹਨਾਂ 'ਚੋਂ ਇਹ ਹੈ ਜਿਹੜਾ ਮੌਲਵੀਆਂ ਦੇ ਅਕੀਦੇ ਨਾਲ ਗਲਤ ਸੀ ਅਤੇ ਸਾਡੇ ਅਕੀਦੇ ਨਾਲ ਸਹੀ ਹੈ। ਉਹਨਾਂ ਕਿਹਾ ਜੀ ਸਾਰੀ ਦੁਨੀਆ ਤੋਂ ਅਫਜ਼ਲ ਨਬੀ ਹੁੰਦਾ, ਅਤੇ ਨਬੀ ਦੇ ਘਰ ਵਾਲੀਆਂ ਕੁੱਲ ਔਰਤਾਂ ਤੋਂ ਅਫਜ਼ਲ ਹੁੰਦੀਆਂ। ਨਬੀ ਦਾ ਜੋੜ ਨਹੀਂ, ਭਾਵੇਂ ਕੋਈ ਸਵਾਬੀ ਹੋਵੇ, ਭਾਵੇਂ ਕੋਈ ਰਜ਼ੀ ਅੱਲਾ ਹੋਵੇ, ਭਾਵੇਂ ਰਹਿਮਤੁੱਲਾ ਹੋਵੇ, ਭਾਵੇਂ ਕੋਈ ਵਲੀ ਹੋਵੇ, ਗੁਲਾਮੇ ਰਸੂਲ ਹੈ। ਉਹਦੀਆਂ ਬੀਵੀ ਵੀ ਜਿਹੜੀ ਹੈ ਉਹ ਵੀ ਰਸੂਲ ਦੀ ਬੀਵੀਆਂ ਤੋਂ ਛੋਟੀ ਸ਼ਾਨ ਰੱਖਦੀਆਂ। ਇਹ ਸ਼ੀਆ ਜਿਹੜੇ ਹਨ ਇਹ ਬੜੇ ਗਾਲੀ ਹੈ, ਇਹ ਗੁਲਬ ਕਰਦੇ ਨੇ। ਵਲੀ ਦੀ ਬੀਵੀ ਜਿਹੜੀ ਹੈ ਉਹਨੂੰ ਨਬੀ ਦੀ ਬੀਵੀਆਂ ਤੋਂ ਵਧਾਈ ਬੈਠੇ ਨੇ, ਇਹ ਗੁਲਬ ਹੈ ਔਰ ਇਹ ਖਿਲਾਫ ਕਿਤਾਬ ਸੁਨਤ ਹੈ, ਖਿਲਾਫ ਹੈ, ਇਹ ਹੈ ਵੋ ਹੈ। ਹਾਲਾਂਕਿ ਮੌਲਾ ਅਲੀ ਆਪ ਕਹਿੰਦੇ ਨੇ ਨਾ ਅਬਦੁਲ ਮੈਂ ਨਬੀ ਦੇ ਰਸੂਲ ਇਲਾ, ਮੈਂ ਰਸੂਲ ਦਾ ਗੁਲਾਮ ਹਾਂ। ਜਦੋਂ ਮਾਲਿਕ ਗੁਲਾਮ ਹੈ ਤੇ ਬੀਬੀ ਕਿਵੇਂ ਮੋਮਨਾਂ ਦੀਆਂ ਮਾਵਾਂ ਤੋਂ ਅਫਜ਼ਲ ਹੋਏ? ਕਹਿਤੀ ਹੈ ਤੁਝੇ ਖਲਕੇ ਖੁਦਾ ਗਾਇਬਾਨਾ ਕਿਆ। ਚੀਫ ਜਸਟਿਸ ਸਾਹਿਬ ਇਹ ਇਤਰਾਜ਼ ਨਕਲ ਕੀਤਾ ਉਹ ਮੌਲਵੀਆਂ ਨੇ, ਅਤੇ ਉਹਨਾਂ ਦੀ ਤਰਫੋਂ ਪੇਸ਼ ਕੀਤਾ ਖਾਜਾ ਸ਼ਰੀਫ ਨੇ, ਪਤਾ ਨਹੀਂ ਤੁਹਾਡੇ ਸ਼ਹਿਰ ਦਾ ਹੀ ਹੋਵੇ, ਅਟਾਰਨੀ ਜਨਰਲ ਪੰਜਾਬ ਹੈ ਉਸ ਜ਼ਮਾਨੇ ਜਦੋਂ ਬਹਿਸ ਹੋਈ। ਅੱਜ ਕੱਲ੍ਹ ਉਹ ਹਾਈਕੋਰਟ ਦਾ ਜੱਜ ਹੈ, ਪੰਜਾਬ ਹਾਈਕੋਰਟ ਦਾ। ਉਹਨਾਂ ਕਿਹਾ ਜੀ ਕਿਆ ਫਰਮਾਤੇ ਹੈ ਆਪ ਇਸਮੇ? ਮੈਂ ਕਿਹਾ ਮੈਂ ਕੀ ਫਰਮਾਉਣਾ ਅਤੇ ਮੈਂ ਕੀ ਅਰਜ਼ ਕਰਨਾ ਹੈ?
ਇਹਦਾ ਫੈਸਲਾ ਅੱਲਾਹ ਦਾ ਕੁਰਾਨ ਕਰ ਚੁੱਕਾ, ਨਬੀ ਪਾਕ ਦਾ ਫਰਮਾਨ ਚ ਕਰ ਚੁੱਕਾ, ਫੈਸਲਾ ਸ਼ੁਦਾ ਬਾਅਦ ਚ ਮੇਰੀ ਕੀ ਮਜਾਲ ਹੈ ਕਿ ਮੈਂ ਉਹਦੇ ਚ ਇੱਕ ਬਾਲ ਦੇ ਬਰਾਬਰ ਵੀ ਹੇਰੀ ਫੇਰੀ ਕਰਾਂਗਾ ਪਿਛਾ ਜਾਵਾਂ। ਪਹਿਲੇ ਤੇ ਮੈਂ ਆਏ ਤੇ ਤਥੀਰ ਪੜ੍ਹੀ, ਇਹਦੇ ਚ 19 ਅਹਿਲੇ ਸੁਨਤ ਦੀਆਂ ਤਫਸੀਰਾਂ ਦੀ ਇਬਾਰਤਾਂ ਪੇਸ਼ ਕੀਤੀਆਂ, ਮਾਈ ਆਇਸ਼ਾ ਦੀ ਪੈਰਵਾਇਤ ਪਹਿਲੇ ਪੇਸ਼ ਕੀਤੀ, ਫਿਰ ਉਮੇ ਸਲਮਾ ਦੀ ਪੇਸ਼ ਕੀਤੀ, ਫਿਰ ਤੀਸਰੇ ਨੰਬਰ ਅਬੀ ਸਈਦ ਖੁਦਰੀ ਦੀ ਰਵਾਇਤ, ਰਸੂਲ ਫਰਮਾਇਆ ਨਾਦਲ ਤਲਾਇਆ ਤੋਫੀ ਖਮਸਾ ਤਿੰਨ, ਇਹ ਇੰਨਾ ਮਾ ਯੂਰੀਦੁੱਲਾ ਦੀ ਆਇਤ ਪੰਜ ਪਾਕ ਦੇ ਹੱਕ ਚ ਨਾਜ਼ਲ ਹੋਈ, ਸਰਕਾਰ ਫਰਮਾਇਆ ਫੀ ਅਲੀ ਵਾ ਫਾਤਿਮਾ ਵਾਲ ਹਸਰ ਵਾਲ ਹੁਸੈਨ। ਇਹ ਹੁਣ ਪੰਜ ਮਿਸਦਾਕ ਹਨ ਆਇਤ ਤਤਹੀਰ ਦੇ, ਜਿਵੇਂ ਰਸੂਲ ਮਾਸੂਮ ਮੁਤਾਹਰ ਹਨ ਬਾਕੀ ਵੀ ਨਬੀ ਦੀ ਤਰ੍ਹਾਂ, ਚਾਰੇ ਹਸਤੀਆਂ ਮਾਸੂਮ ਮੁਤਾਹਰ ਨੇ। ਜੇ ਨਬੀ ਦੇ ਜੋੜ ਦਾ ਦੁਨੀਆਂ ਚ ਇਨਸਾਨ ਕੋਈ ਨਹੀਂ, ਤੇ ਬਤੂਲ ਦੇ ਜੋੜ ਦੀ ਔਰਤ ਕਿਵੇਂ ਹੋ ਸਕਦੀ ਹੈ, ਬੇਮਿਸਲ। ਤੇ ਦੂਸਰੀ ਬਾਤ ਮੈਂ ਅਰਜ਼ ਕਰਨਾ ਖਾਜਾ ਸਾਹਿਬ ਦੀ ਖਿਦਮਤ ਵਿੱਚ ਤੁਹਾਡੇ ਵਾਸਤੇ ਨਾਲ, ਇਹ ਮੋਮਨਾਂ ਦੀਆਂ ਮਾਵਾਂ ਦੇ ਬਾਰੇ ਚ ਇਹਨਾਂ ਦਾ ਕੀ ਅਕੀਦਾ, ਉਹਨਾਂ ਜੰਨਤ ਜਾਵਣਾ ਜਾਂ ਕੋਈ ਨਾ? ਕਹਿੰਦਾ ਜੀ ਅੱਲਾਹ ਦੇ ਫਜ਼ਲੋ ਕਰਮ ਦਾ, ਬਹੁਤ ਆਮ ਮਹਾਤੁਲ ਮੋਮਿਨ ਸੈਦਾ ਆਇਸ਼ਾ ਫਰਜਾ ਫਲਾਣੀ ਰਜ਼ੀ ਅੱਲਾਹ ਤਾਲਾ ਨਾ, ਜੇ ਜੰਨਤ ਜਾਣਾ ਸਿੱਧਿਆ ਜੰਨਤ ਜਾਣਾ। ਤੇ ਮੈਂ ਕਿਹਾ ਰਸੂਲ ਫਰਮਾਇਆ 120 ਕਿਤਾਬਾਂ ਦੀ ਲਿਸਟ ਦਿੱਤੀ, ਫਾਤਿਮਾ ਤੋਂ ਸੈਯਦਾ ਤੋਂ ਨਿਸਾਏ ਆਲ ਜੰਨਾ, ਕਿ ਜਿਨ੍ਹਾਂ ਜਿਨ੍ਹਾਂ ਬੀਬੀਆਂ ਜੰਨਤ ਜਾਣਾ ਉਹਨਾਂ ਸਾਰੀ ਬੀਬੀਆਂ ਦੀ ਸਰਦਾਰ ਫਾਤਿਮਾ। ਤੇ ਫਿਰ ਜੇ ਸ਼ੀਆ ਨੇ ਬੀਬੀ ਪਾਕ ਨੂੰ ਮੋਮਨੇ ਨੇ ਮਾਵਾਂ ਤੋਂ ਅਫਜ਼ਲ ਮੰਨਿਆ ਤੇ ਜ਼ੁਲਮ ਕਿਹੜਾ ਕੀਤਾ, ਸਰਦਾਰ ਜੀ ਹੋਈ। ਮੈਂ ਇੱਕ ਜੁਮਲਾ ਕਹਿ ਗਿਆ ਸਾਂ, ਉੱਥੇ ਤੁਹਾਨੂੰ ਸੁਣਾ ਦੇਣਾ, ਇਹਦਾ ਦੁਹਰਾਨਾ ਵੀ ਸਵਾਦ ਹੈ, ਜ਼ਰੀਆ ਨਜਾਤ ਹੈ। ਫਾਤਿਮਾ ਤੋਂ ਸੈਯਦਾ ਤੋਂ ਨਿਸਾਏ ਅਹਲ ਜੰਨਾ, ਇਹਦੀ ਸ਼ੁਰੂ ਹਦੀਸ ਫਤੁਲ ਬਾਰੀ ਸ਼ਰ੍ਹਾ ਬੁਖਾਰੀ, ਉਮਦਤੁਲ ਕਾਰੀ ਸ਼ਰ੍ਹਾ ਬੁਖਾਰੀ, ਕਸਦਲਾਨੀ ਸ਼ਰ੍ਹਾ ਬੁਖਾਰੀ, ਤਹਿਸੀਲੁਲ ਬਾਰੀ ਸ਼ਰ੍ਹਾ ਬੁਖਾਰੀ, ਮਿਰਕਾਤ ਸ਼ਰ੍ਹਾ ਮਿਸ਼ਕਾਤ ਜਿਲਦ 11, ਇਹ ਕੋ 5 ਕਿਤਾਬਾਂ ਮੈਂ ਉੱਥੇ ਪੇਸ਼ ਕੀਤੀਆਂ ਸਨ। ਅਤੇ ਉਹਨਾਂ ਦਾ ਖੁਲਾਸਾ ਅਰਜ਼ ਕੀਤਾ, ਜਸਟਿਸ ਸਾਹਿਬ ਤੁਸੀਂ ਜੱਜ ਹੋ, ਮਾਸ਼ਾਅੱਲਾ ਸੈਯਦ ਹੋ, ਮੈਨੂੰ ਨਹੀਂ ਪਤਾ ਕਿਹੜੇ ਸੈਯਦ ਹੋ ਤੁਸੀਂ, ਅਹਿਲੇ ਸੁਨਤ ਸੈਯਦ ਹੋ ਜਾਂ ਸ਼ੀਆ ਸੈਯਦ ਹੋ, ਸੈਯਦ ਤਾਂ ਹੋ ਨਾ, ਅਤੇ ਜਨਾਬੇ ਜ਼ਹਰਾ ਦੀ ਔਲਾਦ ਨਾਲ ਸੈਯਦਾਂ ਦਾ ਤਲਕ ਹੈ, ਤੁਹਾਡੀ ਵੀ ਦਾਦੀ ਮੋਹਤਰਮ ਹੈ, ਭਾਵੇਂ ਤੁਸੀਂ ਸੁਨੀ ਸੈਯਦ ਹੋ ਪਰ ਦਾਦੀ ਤੁਹਾਡੀ ਬਤੂਲ ਹੈ। ਇਹ ਕੁਰਾਨ ਪਾਕ 'ਤੇ ਹੱਥ ਰੱਖ ਕੇ ਤੁਹਾਡੀ ਅਦਾਲਤ 'ਤੇ ਉਜ਼ਮਾ ਵਿੱਚ ਖੜ੍ਹੇ ਹੋ ਕੇ ਚੈਂਬਰ ਵਿੱਚ ਐਲਾਨ ਕਰਨਾ, ਹਵਾ ਮੇਰੀ ਤਹਿਕੀਕ ਵਿੱਚ, ਮੇਰੇ ਹਾਸਲ ਮੁਤਾਲਿਆ ਵਿੱਚ, ਹਵਾ ਤੋਂ ਲੈ ਕੇ ਮਰੀਮ ਸਦੀਕਾ ਤੱਕ, ਮਰੀਮ ਸਦੀਕਾ ਤੋਂ ਲੈ ਕੇ ਖਦੀਜਾ ਤਾਹਿਰਾ ਤੱਕ, ਖਦੀਜਾ ਤੁਲ ਕੁਬਰਾ ਤੋਂ ਲੈ ਕੇ ਇਮਾਮੇ ਜ਼ਮਾਨਾ ਦੀ ਵਾਲਦਾ ਨਰਜਤ ਖਾਤੂਨ ਤੱਕ, ਕਾਇਨਾਤ ਦੀ ਕੁੱਲ ਔਰਤਾਂ ਉਸ ਵੇਲੇ ਤੱਕ ਜੰਨਤ ਵਿੱਚ ਕਦਮ ਰੱਖਣ ਦੀਆਂ ਮਜਾਦ ਨਹੀਂ ਜਦ ਤੱਕ ਜ਼ਹਰਾ ਦੀ ਅਜ਼ਮਤ ਨੂੰ ਚੁੱਕ ਕੇ ਸਲਾਮ ਨਾ ਕਰਨ, ਬੀਬੀ ਦੀ ਅਜ਼ਮਤ ਨੂੰ ਸਲਾਮ ਨਾ ਕਰਨ। ਇਹਨਾਂ ਵਿੱਚ ਜਸਟਿਸ ਸਾਹਿਬ ਨੇ ਫਰਮਾਇਆ, ਕਿਸੀ ਅਹਿਲੇ ਸੁਨਤ ਕੇ ਮੁਹੱਦਿਸ ਨੇ ਵੀ ਇਸ ਹਦੀਸ ਕੀ ਤਸ਼ਰੀਹ ਮੈਂ ਇਹ ਲਿਖਾ ਹੈ। 5 ਕਿਤਾਬਾਂ ਪੇਸ਼ ਕੀਤੀਆਂ ਸਨ, ਇੱਕ ਮੇਰੇ ਕੋਲ ਇਸ ਵੇਲੇ ਵੀ ਟੇਬਲ 'ਤੇ ਪਈ ਹੈ ਅਤੇ ਮੈਂ ਹੱਥ 'ਚ ਪੜ੍ਹੀ ਹੈ। ਇਹ ਮਿਰਕਾਤ ਹੈ, ਸ਼ਰ੍ਹਾ ਮਿਸ਼ਕਾਤ ਹੈ, ਜਿਲਦ ਨੰਬਰ 11 ਹੈ, ਸਫ਼ਾ 373 ਹੈ, ਹਜ਼ਰਤ ਇਮਾਮ ਆਜ਼ਮ ਦੇ ਮਜ਼ਹਬ ਦਾ ਚੌਥਾ ਸਤੂਨ ਮੁਹੱਦਿਸ ਅਲਾਮਾ ਮੁੱਲਾ ਅਲੀ ਕਾਰੀ ਲਿਖਦਾ ਹੈ, ਵੱਲ ਹਦੀਸ ਹੋ ਬੇਜ਼ਾਹਿਰ ਹੀ ਯਦੁੱਲੋ ਅਲਾ ਅੰਨਹਾ ਅਫਜ਼ਲੁ ਨਿਸਾਏ ਮੁਤਲਕਨ। ਇਹ ਹਦੀਸੇ ਰਸੂਲ ਕਿ ਬੀਬੀ ਪਾਕ ਕੁੱਲ ਕਾਇਨਾਤ ਦੀ ਔਰਤਾਂ ਤੋਂ ਅਫਜ਼ਲ ਹੈ, ਬੁਤਲਕਨ ਅਫਜ਼ਲ ਹੈ, ਕੋਈ ਔਰਤ ਬੀਬੀ ਦੀ ਹਮਸਰ ਨਹੀਂ, ਹੱਤਾ ਮਿਨ ਖਦੀਜਾ ਤਾ ਵ ਐਸ਼ਾ ਤਾ ਵ ਮਰੀਮ ਵ ਆਸੀਆ। ਭਾਵੇਂ ਤੁਹਾਡੇ ਪਾਕ ਨਬੀ ਦਾ ਹਰਮ ਖਦੀਜਾ ਹੋਵੇ, ਮੋਮਨਾ ਦੀ ਮਾਂ ਮਾਈ ਆਇਸ਼ਾ ਹੋਵੇ, ਈਸਾ ਨਬੀ ਦੀ ਮਾਂ ਮਰੀਮ ਹੋਵੇ, ਸਭ ਕਨੀਜ਼ਾਂ ਨੇ ਬਤੂਲ ਸਭ ਦੀ ਸਰਦਾਰ ਹੈ। ਤਾਂ ਮੈਂ ਕਿਹਾ ਹਜ਼ੂਰ ਦਾ ਹਰਮ ਖਦੀਜਾ, ਸਭ ਤੋਂ ਪਹਿਲੀ ਮੁਸਕਤ ਹੈ ਨਬੂਵਤ ਖਦੀਜਾ, ਸਭ ਤੋਂ ਬੜੀ ਮੋਹਸਨ ਹੈ ਇਸਲਾਮ ਖਦੀਜਾ, ਹਸਨੈਨ ਦੀ ਨਾਨੀ ਖਦੀਜਾ, ਅਲੀ ਦੀ ਸੱਸ ਖਦੀਜਾ, ਬਤੂਲ ਦੀ ਵਾਲਦ ਹਕੀਕੀ ਖਦੀਜਾ। ਜਦੋਂ ਖਦੀਜਾ ਵੀ ਉਸ ਵੇਲੇ ਤੱਕ ਜੰਨਤ 'ਚ ਕਦਮ ਰੱਖਣ ਦੀ ਮਜਾਦ ਨਹੀਂ ਜਦ ਤੱਕ ਆਪਣੀ ਬੇਟੀ ਦੇ ਸਰ ਦੇ ਸਾਹਮਣੇ ਸਰ ਨਾ ਚੁਕਾਏ, ਤੇ ਫਿਰ ਸਾਡੀਆਂ ਮਾਵਾਂ ਕਿਹੜੇ ਬਾਗ ਦੀ ਮੂਲੀ ਨੇ? ਜਸਟਿਸ ਸਾਹਿਬ ਹਮਾਇਤ ਵੀ ਅਲੀ ਬਤੂਲ ਦੇ ਦੁਸ਼ਮਣ ਦੀ ਕਰਨ ਤੇ ਜੰਨਤ ਦੀਆਂ ਆਸਾਂ, ਈ ਖਿਆਲ ਅਸਤੋ ਮਹਾਲ ਅਸਤੋ ਜਨੂ, ਇਹ ਬੜੀਆਂ ਬਾਤਾਂ ਬੂਤਾਂ ਹੁੰਦੀਆਂ ਆਉਂਦੀਆਂ ਰਹੀਆਂ, ਪਰ ਮੈਨੂੰ ਇਹ ਮਜਲਿਸ ਤੇ ਮੈਂ ਪੜ੍ਹਦਾ ਪਿਆ, ਜਿਹੜਾ ਮੂੰਹ 'ਚ ਲਫ਼ਜ਼ ਆ ਜਾਂਦਾ ਤੁਹਾਨੂੰ ਸੁਣਾ ਜਾਂਦਾ। 40 ਸਾਲ ਹੋਏ ਨੇ, 40 ਸਾਲਾਂ ਵਿੱਚ 32 ਮੁਨਾਜ਼ਰੇ ਕੀਤੇ ਨੇ, 12 ਮੌਲਾਨਾ ਇਸਮਾਇਲ ਸਣੇ ਤੇ 20 ਇਕੱਲਿਆਂ, ਜਿਨ੍ਹਾਂ 'ਚੋਂ 17-18 ਪਬਲਿਕ 'ਚ ਤੇ 3 ਅਦਾਲਤਾਂ ਵਿੱਚ, ਸਿੰਧ ਹਾਈ ਕੋਰਟ 'ਚ, ਫੈਡਰਲ ਸ਼੍ਰੀ ਕੋਰਟ ਵਿੱਚ ਤੇ ਸੁਪਰੀਮ ਕੋਰਟ ਵਿੱਚ।
लेकिन आ कुरान पाक ते हाथ है, अल्लाह दी नेमत है, मौला दा करम है। मेरा कोई मुतालिया नहीं, मैं कोई बड़ा आलिम नहीं, ये मदद है हजरत अब्बास अलमदार दी कि अज तक मेनू मालिक ने किसी मैदान शिकस्त दी तशीन दा दंदा भी वेखण नहीं दिता। कई कई मलवाने वड्डे वड्डे मौलवे अपनी तकरीरा छड़ के नसे सलवात बड़े बाब वाजे बुलंद दर्ज करा। मेरा कोई कबाल नहीं, वो जरा मौकफ लैके खलोंदे ने ना, उन्होंने वजन कोई नहीं। केस कमजोर हुए वकील बेचारा की करेगा, तो जे केस मजबूत है सरपरस्त 14 मासूम हो, बंदा भावे निगाह जा पेशे नमाज हो, उस जो कुछ कर गुजरना मलवाने नहीं अपड़। हुण भी मैं तुहानू दसना, ऐ जिहड़ियां असीं लैतो लाल करदे आ ते मुनाजरे जिहड़े ललकार करदे आ, शिया फलाड़े ने ते शिया ढींगड़े ने, इह शियां दे लफ़्ज़ दी शीन भी इन्हां मलवाणियां नूं नहीं आउंदी। बड़े बड़े इतराज़ हुंदे ने। उत्थे होया कि बीबी पाक नूं अफजल मंनदे ने, असां कहा असीं नहीं मंनदे, अल्लाह मनवाया, रसूल फरमाया ते असीं ईमान लै आए। अल्लाह रसूल दे फरमान ते तुहाडा नहीं अकीदा ते ना साडे वल्लों, भावें ला इलाहा इल्लल्लाह भी छड्ड दिओ, साडी सेहत च की फर्क पैंदा। नजात उसी है जिन्ना खादिया गाजर ढेड उन्हों के पीड़, जिन्ना इनकार करना लित्र उन्हें खाने ने सानू की। आ तो कुरान पाक ते आते मैं भी लित्रा तो डरदा, अली उन वाली उल्ला पढ़िया, जेड़ा अली की विलायत का मुनकर उसकी नजात नहीं, जेड़ा हुसैन की आजादारी का दुश्मन है, ओले ते सुबह शाम लानत है। जी पढ़िया कि आप, मैं तो नहीं पढ़िया, साइया पढ़ाया कि उन्होंने सिंध हाई कोर्ट में मैं 7 आयता विलायत अली ते पढ़िया सा। एक मंगी मुखालफा ने कोई एक आयत विखा दे जिदे चली दी वली विलायत का जिक्र हो, मैं कि एक क्यों विखावा, एक आखो एक पढ़ा, दो आखो दो पढ़ा, त्रै आखो त्रै पढ़ा, चौं यारह दसत के चार आखो चार पढ़ा, पंच तन पाक की नज़र पंज आखो पंज पढ़ा। जिन्ना मौला की विलायत का इकरार किया उन्होंने जजा की आयत भी कुरान चो पढ़ा, जिन्ना इनकार किया उन्होंने सजा की आयत भी कुरान चो पढ़ा पढ़िया। हुण कुरान पाक जरा दसे जिन्हें इनकार किया विलायत अली का, बाकी लोगों तो क्यामत को सजा होगी, उन्होंने मुसीबतों बाहर निकलते ही सजा होगी। साल आ साल उम्बे अजाबिन वाके उन्नतियां पा रहे थे 27 मुफस्सरीन अहल सुन्नत विचे नवाब सदीक हसन अहल हदीस विचे वहीदु जमान अहल हदीस इन्हें किताबा सारिया के बच्चे छिपिया पिया लिवे, मेरी लाइब्रेरी भी सब ही तकरीबन मौजूद है। हारिस इब्ने नोमान फेरी पुत्र गया सी हज नूं सरकार की मैयत ते सारे वाकया सुने उन्होंने डेरे के बंदे कट्ठे करके, तो जदों बेटे ने दसिया ना भी जदों हज के बाद मकामे गदीरे खुम ते रसूल पहुंचे पलाना का मिंबर बनाया ते अब्बा जी कस कस के रस्सियां नाल बनवाया, मेरे मथे चों पसीना वगदा रहा, पर हुक्मे रसूल दी तामील। जदों पौड़ियां बन गईयां पलाना दे मिंबर दियां रसूल उत्ते चढ़ के डिठा, सज्जे खब्बे ते कोई तरखतां दियां टहणियां लटकियां नजर आईयां। इंजाउल हाजा शरा सुनन इब्ने माजा विच लिखिया, हजूर ने फरमाया काट दो इन शाखों को जो अली के ऐलान विलायत में हायल होती हैं। लटक दी आयतां कटवाइयां, सरकार ने बाजू बखाया, सारे रज़ी अल्लाह रहमतुल्लाह जिहड़े दूर दूर तक बैठे उन्होंने चेहरे नजर आए, तो हजूर ने फरमाया मन कुन तो मौला फाली उन मौला। वो कहने लगा ओए बेवकूफा, ये तो नबी सल्लल्लाहु अलैहि वसल्लम अपने बाद अपने चाचा दाद भाई नूं साड़ियां गर्दन ते सवार करके जा रहे, इहदा मतलब जिहदा मैं मौला अली मौला, जे मैं मौला की इताअत वाजिब है तो अली की इताअत वाजिब हो गई, यह तो साढ़े बाद उन्हें सा मौला अली नूं सवार करा दे। उन्हें जी ये गल बन नहीं पता तो मैं ते जो कुछ होया वाकया मैं सुना दिता। कहन लगा मारे ते पाप लाना, उठ नूं पजांदा 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 मदीने पाक आया, मस्जिद नबी दे बाहर उठदा गोडा बद्धा, तो उन्हें शीशी करके बिठाया, उतर के चादर रखी मोढ़े ते, पाक रसूल मस्जिद बैठे सन, जिन्ने को तुसी मोमन है को दो को इसे मोमन बैठे हाँ, मस्जिद नबी भी बड़ी वसी आई, सलामुअलैकुम वालेकुम सलाम, जिहड़ा निरा सलामुअलैकुम आखे ना समझ लो विलायत दा मुनकर ही है। आ जिहड़े असीं आने ना सलामुअलैकुम ते फिर या अली मदद, वो टेस्ट करने हैं
सलाम अलैकुम कह दिया सुन्नत मासूम है, सलाम अलैकुम पढ़ लिया, फिर किता या अली मदद, जे मथे दे उते वाल पै गया तो समझ लिया ये दे नाल मुसाफा नहीं करना, ये मुनाफिके पलीत है। ते जे या अली मदद ते मथा खिड़ गया खुशी नाल ते मुआनका भी कर लिया, मुसाफा भी कर लिया, जफा ओदे नाल पाना है, मुआनका ओदे नाल करना है, सीने नाल उनू लाना है जेड़ा विलायत अली दा कायल है। सलवात बड़े बाबा जे बुलंदर कर, कहिंदा या रसूलल्लाह तुसा फरमाया ला इलाहा इल्लल्लाह अल्लाह दे सिवा कोई माबूद नहीं, असा बुत पन्ने अल्लाह दी तौहीद दा इकरार कीता, तुसा आखे अल्लाह दा फरमान है सी मन, तुसा आखे अल्लाह दा फरमान है नमाज पढ़ो, रोजा रखो, हज करो, जकात करो, असा तो अल्लाह दा हुक्म समझ के जकातां भी दित्तियां, तुसा आखे जहाद करो, असा जवान बच्चे मैदानां च घल के मरवाए अल्लाह दा हुक्म समझ के, हुण अज पिया कहना है मन कौन तो मौला फाली और मौला, इथे भी अल्लाह का हुक्म है या अपनी मर्जी नाल प्याली नू मौला बनाए। रसूल पाक ने फरमाया बल बे अमर अल्लाह, ये अल्लाह के हुक्म नाल मैं अली दी विलायत का ऐलान किया, तो उस लफ्ज की आख्या उस मौलवी ने जिहदा नां सी हारिस इब्ने नौमान फेहरी, बनी फेर कबीले का, बनी फेर कबीले का मैं लंबा ना हो जा, ये हजरत उमर के नानके जेड़े सन बड़ी फेर आले सन, सलवात बड़े बाबा से बुलंद अर्ज कर, तवज्जो है जनाब, ये शायर का तसव्वुर है, इस्लाम दियां दुकानां कोई नहीं, इको दुकान है जिहदा वारस खातमुल अंबिया है ते जिहदे मुरव्वज हसनैन है, दुनिया च होर दुकान ही कोई नहीं जिहड़ी इस्लाम सही देंदी हो, बाकी दो नंबर इस्लाम आ कुरान पाक ते हाथ ते सुनिया ला इलाहा इल्लल्लाह मुहम्मद रसूलल्लाह अली उन वलीउल्लाह, अगर रसूल और आले रसूल दे इलावा किसी जगह कोई इस्लाम हुंदा तो मैं कदी शिया नहीं सी होना, राह ही कोई नहीं, दारी कोई नहीं, घर ही कोई नहीं जिस दे सामने सर चुकाया जाए तो निजात दा डिप्लोमा मिल जाए, वो घर सिर्फ जहरा दा घर, जिहदा बाप नबिया दा सरदार है, जिहदा खामद वलिया दा सरदार है, जिहदे बेटे जवाना ने जन्नत दे सरदार है, जिहड़ी खुद कायनात दी जनती औरतां दी सरदार है, मलीकतुल इस्लाम, इस्लाम दी मलका है। बाकी रह गया है फरमाना के जनाब अली उन वलीउल्लाह, मुफ्ती अब्दुल सुबहान ने सिंध हाई कोर्ट में फरमाया कि अली दा अली उन वलीउल्लाह पढ़ दो, कोई एक आयत आई है विलायत अली ले सत पढ़ी, ते नाल दो हदीसा पेश कीतियां, एक मन कुन तो मौला फाली उन मौला, दूसरा दूसरी इन्ना अली या मिनी वाना मिन होवा होवा वलीयो कुल्ले मोमिन बादी, तीसरे नंबर तफसीर मदरी जिल्द नंबर त्रै सफा 453 वो पेश की, काजी साहब फरमाते ने हादान हदीसा ने नसुन मुहकम फी वजूबे विलाया ते अली इब्ने अबी तालिब, ये हदीसे मन कोल मौला ते हदीसे इन्ना अली या मिनी वाना मिन हो, ये दोनों हदीसा नसे मुहकम हैं विलायत अली दे वाजिब होने ते, अहले सुन्नत हो गए मौला अली दी विलायत नूं वाजिब पिया करदा है, तू शिया हो के बिदत बयान ने, फिर को असल दे ही फर्क है ना, सलवात बड़े बाबा जी बुलंद अर्ज करा जी, फेरी नारस बिरे नुमान फेरी, अच्छा मैं रह गया, मेरे को सारा गल हो गई, अल इंसान मुरक्कब मिन अल खताए व नसियान, मेरी लाइब्रेरी भी दे विच 27 किताबा मौजूद है, अहले सुन्नत दी कुतबे मुनाकब कुतबे हदीस कुतबे तफासीर लिस्ट बनी हुई है, मैं पनार रखना पे जो मैदान आवे उदो एक फोरड़ी ना पवे, मेरे मुकाबले विच मुनाजरे जड़े हुंदे रहने, अब्दुल शहीद चंगवी दा, नायतुल्ला संगलवी दा, बड़े बड़िया दे अब्दुल कादर रोपड़ी दा, वो किताबा चिट्टा धत के रखते रहे, चिट खिस गई तो हवाला ना लभ, भाई आंदे ने इत्थे मैं हुण चिट रखी सी इत्थे रखी सी किधे गई,
मैं कदी नहीं किया, मैं किताब ना भी चेट रखा, मैं किताब इबारत हमेशा जुबानी पढ़नी होंगी, किताब सिर ते खोल रखनी होंगी। फरमाने रसूल वो जदों हजूर ने फरमाया बल बे अमर अल्लाह, मैंने अल्लाह के हुक्म नाल ए मन कौन तो मौला का ऐलान अपना नहीं, बल बे अमर अल्लाह अल्लाह के हुक्म नाल, अल्लाह की इजाजत नाल, अल्लाह के इज़्ज़त नाल ऐलान किया। तो उठ खड़ा चादर चा के मोढ़े धर के तुर पिया, तो हाथ बुलंद करके कहता है अल्लाहुम्मा इनकान मा यकूल मुहम्मद हक्कन फअम तेरा लैना हजारा तम मैंने समा, या अल्लाह जो कुछ मोहम्मद मुस्तफा फरमाया अगर सच है तेरे हुक्म नाल मन कोल तो मौला आखिया है ते फिर साडा दुनिया ते जीना को नहीं, को पत्थर वसा मीह वसा सानू गरक कर ला, असी अली दी विलायत नू बर्दाश्त नहीं करते। हदीस दे लफ़्ज़ उठिया फमा वासिला इला राहिला ते ही, मस्जिद तो बाहर कदम कड के मस्जिद नबवी तो अपने कवचावे तक नहीं सी पहुंचा, अल्लाह ने पत्थर वसाया टोनी च पिया ते थल्यो निकल गया, मौका ते 302 मौका ते ढेर हो गया। मैं कह या अल्लाह तू फरमाया जिन्ना चिर मेरा महबूब तू मौजूद है मैं किसी कौम नू अजाब नहीं देंगा, वान तफी हिम मेरे सोने तू मौजूद है ते मैं अजाब नहीं देंगा, उन्ना चिर मैं अजाब नहीं जिन्ना चिर इस्तिगफार करन, इस मलून ने इस्तिगफार भी नहीं किया ते फिर ये किया ते अजाब। अल्लाह फरमांदा मेरा मुनकर जेड़ा मैं बर्दाश्त कर लैना, रहमतुल आलमीन दा कोई इनकार करे मैनू पसंद नहीं, पर फिर भी वह आलमीन की रहमत है वह नाराज नहीं हुंदा ते वह भी जर लैने, पर अली पाक की विलायत दे मुनकर नू मैं अल्लाह अर्श ते भी पसंद नहीं करता। मुनकर हो के जाए किथे पे मैनू अली होना ये होवे या मैं होवां, फिर अली ते रहना ही रहना कायनात जब तक, इस मलून नू क्यों छड्डा मैं। 27 कुतबे हदीस तफासीर तफसीरे साल भी तो लैके नवाब सदीक हसन दी तफसीरे कुरान तक 27 किताबा में के मौका ते अल्लाह ने पत्थर का मीह वसा के गरक कर दिता। किसे पा के इमाम नू किसे पूछा जी एडा तो हौसले आला तुहाडा खानदान है ते एक मुनकर नू तुसी बर्दाश्त ना कीता, उन्हें आख्या असा नहीं बर्दाश्त नाबाद नाकाबले बर्दाश्त साडे लई नहीं, उन्हें अदाब मंगिया अल्लाह दे दित्ता। ते नाले मेरे दादे दे मुनकर नू अल्लाह बर्दाश्त नहीं करता, ते असी आप ताई तुहानू आने मुहब्बत कीता करो मुनकर ना बनो। अगे रह गया ये मसला कि अना मदीनतुल इल्म व अलीयुन बाबोहा, मैं इलम दा शहर हाँ ते अली पाक उहदा दरवाजा है। ये बाद कहिंदे ने हदीस ज़ईफ है पई लाली मसनुआ फी अहादीस अल मौजूआ, दो जिल्दा की किताब है अलामा जलालुद्दीन सयूती दी, उन्हें अना मदीना तो इल्मे वाली उन बाबो आते बहस कर दिया, उन्हें क्या कोई कहता ज़ईफ है कोई कहता सही और सिक्का है, लेकिन मेरे दहगा तहकीक हदीस हसन है, हदीस हसन सही है काबले कबूल है तो बहुत उमदा है। दो जिल्दा च उन्हें 40 सनदा नाल हदीस अना मदीना तो इल्मा इल्मे वाली उन बाबोआ लिखी ते एदे हसन होने का ऐलान किया। अबू अब्दुल्ला हाकम मुस्तदर के हाकम जिल्द 3 विच उन्हें कहा हदीस उन सही उन ए हसन नहीं बल्कि हदीस सही है। तीसरी बात यह है कि मजमुआ फतावा मौलाना इबन हजर मक्की अपने जमाने का इमाम काबा, उन्हें एक किताब लिखी है फतावा है हदीसिया, आप हदीसा के बारे में तुहाडा फतवा की है। किसी ने उन्होंने पूछा मेरे को दोवे जिल्दा हैं उदिया कि किबला ये फरमाओ पे आ जड़े अना मदीना तो इल्मे फाली उन बाबो हा आ हदीस उन अमला, ऐ जड़ी हदीस है अना मदीना तो इल्मे वाली उन बाबो हा मैं इल्म दा शहर हा मौला अली दरवाजा है, ये हदीस रसूल सही है या नहीं। वो कहते ने अना मदीना तो इल्मे फाली उन बाबो हा फमन अराद अल इल्मा फलियात अल बाब फा हदीस हुन, ऐ जेड़ा मैं इलम दा शहर हाँ मौला अली दरवाजा है, जेड़ा कोई इलम हासिल करना चाहे दरवाजे दे राही आवे ए हदीस रसूल है। फिर उन्हें कहा जी एक हदीस आउंदी है ना मदीनतुल इलमे वाली उन बाबो हा व अबू बकरन जिदारो हा व उमर व सकफो हा व मुआविया तो मिजाबो हा हदीस उन अमला, के मैं रसूल ने फरमाया मैं इलम दा शहर हाँ मौला अली दा दरवाजा है, हजरत अबू बकर कंधा ने उमर ओ छाते ते माविया ओ परनाला है,
ਇਹਦੇ ਬਾਰੇ ਤੁਹਾਡਾ ਕੀ ਫਰਮਾਨ ਹੈ? ਅਹਾਦੀਸ ਉਹਨਾਂ ਅਮਲਾ ਹਦੀਸ ਹੈ ਜਾਂ ਨਹੀਂ? ਉਹਨਾਂ ਫਰਮਾਇਆ ਨਾ ਮਦੀਨਾ ਤੋਂ ਲਿਮੇ ਵਾਲੀ ਉਨ ਬਾਬ ਆ ਫਮਾਨਾ ਰਾਦ ਅਲ ਮਫਲੀਆਤ ਅਲ ਬਾਬ ਫਾ ਹਦੀਸ ਉਨ ਵਲ ਬਾਕਿਨ ਲਾ ਅਸਲਾ ਲਹੂ। ਇਹ ਮੌਲ ਮੈਂ ਇਲਮ ਦਾ ਸ਼ਹਿਰ ਆ, ਮੌਲਾ ਅਲੀ ਦਾ ਦਰਵਾਜ਼ਾ ਹੈ, ਇਹ ਤੇ ਹਦੀਸ ਠੀਕ ਹੈ ਤੇ ਇਹਦੇ ਤੋਂ ਬਾਕੀ ਜਿਹੜਾ ਸਾਰਾ ਲਗਲ ਬੇੜੀ ਹੈ। ਫਾ ਬਾਤਿਲ ਉਨ ਲਾ ਅਸਲਾ ਲਹੂ, ਇਹ ਸਭ ਕੂੜ, ਇਹਦੀ ਅਸਲ ਹੀ ਕੋਈ ਨਹੀਂ। ਕੀ ਸੁਣਦੇ ਪਏ? ਇਹ ਗੰਢ ਜੋੜ ਵੇਖੋ, ਅਬੂ ਬਕਰਨ ਦੀ ਵਾਹਿਤਾਨੋਆ ਤੇ ਉਮਰ ਸਖਫਾ ਵਾ ਮੁਆਵਿਆ ਤੋਂ ਮਿਜ਼ਾਬੋਹਾ। ਹਜ਼ਰਤ ਅਬੂ ਬਕਰ ਉਹਦੀਆਂ ਕੰਧਾਂ ਨੇ ਤੇ ਹਜ਼ਰਤ ਉਮਰ ਉਹਦੀ ਛੱਤ ਤੇ ਤੇ ਮੁਆਵਿਆ ਉਹਦਾ ਪਰਨਾਲਾ। ਉਹ ਚਲੋ ਤ੍ਰੀਜੇ ਨੰਬਰੇ ਜੇ ਬਰੀ ਮਈਆ ਦਾ ਲਿਆਉਣਾ ਸੀ ਤੇ ਉਸਮਾਨ ਨੂੰ ਲੈ ਆਵੇਗਾ, ਪੰਜੇ ਥਾਂ ਮੁਆਵਿਆ ਤੇ ਜਾ ਛਾਲ ਮਾਰੀ ਤੇ ਪਰਨਾਲਾ। ਇਹ ਗੱਲ ਜਿਹੜੀ ਏ ਸ਼ਰਾ ਇਬਨੇ ਅਬਿਲ ਹਦੀਦ ਮੋਤਜ਼ਲੀ ਦੀ ਪਹਿਲੀ ਜਿਲਦ 'ਚ ਲਿਖਿਆ ਕਿ ਅਮੀਰੇ ਸ਼ਾਮ ਨੇ ਕੋਈ ਫੈਕਟਰੀਆਂ ਬਣਾਈਆਂ ਜਾਲੀ ਹਦੀਸਾਂ ਦੀਆਂ ਤੇ ਉਹਨਾਂ ਨੂੰ ਆਖਿਆ ਵੀ ਜਿਹੜੀ ਜਿਹੜੀ ਸ਼ਾਨ ਅਹਿਲੇ ਬੈਤ ਦੀ ਆਈ ਹੈ ਉਹਦੇ ਵਾਦਾਂ ਦੀ ਕੋਈ ਰਵਾਇਤ ਜਿਹੜੀ ਹੈ ਬਿਆਨ ਕਰੋ ਬਜ਼ੁਰਗਾਂ ਵਾਸਤੇ। ਹਜ਼ਰਤ ਅਬੂ ਬਕਰ ਉਮਰ ਵਾਸਤੇ ਉਹ ਢੇਰ ਹੋ ਗਈਆਂ, ਆਖਿਆ ਹੁਣ ਕਾਫ਼ੀ ਹੋ ਗਿਆ, ਹੁਣ ਬੰਦ ਕਰੋ, ਹੁਣ ਉਸਮਾਨ ਲੈ। ਉਹ ਬੰਦ ਹੋ ਗਿਆ, ਹੁਣ ਮੈਨੂੰ ਵੀ ਕੁਛ ਨਾ ਕੁਛ ਦਿਓ। ਹਜ਼ਰਤ ਮਾਵੀਆ ਹੋਰਾਂ ਵਾਲੀ ਰਵਾਇਤਾਂ ਬਣੀਆਂ ਇੰਨੀਆਂ ਜ਼ਿਆਦਾ ਬਣ ਗਈਆਂ ਕਿ ਉਹਨੂੰ ਆਰਡੀਨੈਂਸ ਜਾਰੀ ਕਰਕੇ ਤੇ ਰੋਕਣਾ ਪਿਆ, ਹੁਣ ਬਸ ਕਰੋ ਭਾਈ, ਹੁਣ ਸਾਰੀ ਕਾਇਨਾਤ ਦੀਆਂ ਹਦੀਸਾਂ ਸਾਡੇ ਦੀਆਂ ਹੀ ਨੇ। ਜਿਨ੍ਹਾਂ ਦੇ ਮਾਂ ਬਾਪ ਨੂੰ ਵੀ ਕੋਈ ਲੋਕ ਅੱਛਿਓ ਨਹੀਂ ਸਨ ਜਾਣਦੇ, ਨਾਰਾਜ਼ ਹੁੰਦੇ ਨੇ। ਪਿਛਲੇ ਸਾਲ ਮੈਂ ਬੀਬੀ ਪਾਕ ਸਈਦਾ ਤਾਇਰਾ ਦੀ ਸ਼ਹਾਦਤ ਦਾ ਆਸ਼ਰਾ ਲੰਡਨ ਪੜ੍ਹਿਆ, ਉੱਥੇ ਨੈਟਵਰਕ ਚੱਲਦਾ ਸੀ ਅਤੇ ਉਹ ਜਿਹੜੀ ਉਹ ਐਪ ਚੱਲਦੀ ਅਤੇ ਉਹ ਮਿਰਜ਼ਾਈਆਂ ਨੇ ਵੀ ਸ਼ੁਰੂ ਕੀਤੀ ਹੋਈ ਅਤੇ ਉੱਥੇ ਸਪਾਹ ਸੁਹਾਬਾ ਨੇ ਵੀ ਸ਼ੁਰੂ ਕੀਤੀ ਅਤੇ ਉਹ ਇੰਨਾ ਕੁ ਬਨੀ ਉਮਈਆ ਦਾ ਉਹਨਾਂ ਪ੍ਰੋਪੇਗੰਡਾ ਕੀਤਾ। ਉਹਦਾ ਜਵਾਬ ਇੱਕ ਉਹਨਾਂ ਲੰਡਨ 250 ਤੁਹਾਡਾ ਪਾਕਿਸਤਾਨੀ ਮੌਲਵੀ ਬੈਠਾ ਅਤੇ ਨਾ ਉਹਨਾਂ ਤਨਜ਼ੀਮ ਦਾ ਰੱਖਿਆ ਉਲਮਾ ਯੂਰਪ, ਅਤੇ ਜਿਹੜਾ ਸਦਰ ਹੈ ਉਸ ਤਨਜ਼ੀਮ ਦਾ ਉਹਦਾ ਨਾਂ ਹੈ ਸੈਯਦ ਅਮੀਰ ਹੁਸੈਨ ਸ਼ਾਹ ਨਕਵੀ, ਮੌਲਾਨਾ ਸਾਜਿਦ ਨਕਵੀ ਦਾ ਚਚਾਜ਼ਾਦ ਭਾਈ। ਸਲਵਾਤ ਬੜੇ ਬਾਬਾ ਜੇ ਬੁਲੰਦ ਅਰਜ਼ ਕਰਾਂ। ਉੱਥੇ ਇੱਕ ਬੰਦਾ ਹੈ ਮੁਨੱਵਰ ਲਲਵਾਣੀ, ਅਫਰੀਕਾ ਦੇ ਸ਼ੇਖਾਂ ਵਿੱਚੋਂ, ਔਰ ਪੂਰੀ ਦੁਨੀਆ ਵਿੱਚ ਵਰਲਡ ਵਿੱਚ ਉਹਨਾਂ ਤੋਂ ਵੱਡੀ ਮਾਲਦਾਰ ਸ਼ੀਆ ਤਨਜ਼ੀਮ ਕੋਈ ਨਹੀਂ। ਲੰਡਨ ਵਿੱਚ ਵੀ ਉਹਨਾਂ ਦਾ ਦਫ਼ਤਰ ਸਾਬਿਆ ਤੋਂ ਹੈ ਵੀ ਹੈ, ਅਮਰੀਕਾ ਵਿੱਚ ਵੀ ਸਭ ਤੋਂ ਛਾਏ ਹੋਏ ਨੇ, ਅਤੇ ਆਹ ਜਿਹੜੀਆਂ ਜਿਹੜੀਆਂ ਕਿਤਾਬਾਂ ਪਾਕਿਸਤਾਨ ਵਿੱਚ ਛਾਪਣਾ ਮਨਾ ਹੈ ਉਹਨਾਂ ਲੰਡਨ ਵਿੱਚੋਂ ਛੁਪਵਾ ਛੜੀਆਂ ਅਤੇ ਤਕਸੀਮ ਪਈਆਂ ਹੁੰਦੀਆਂ। ਉਹ ਇੱਕ ਲਲਵਾਣੀ ਨੌਜਵਾਨ ਹੋਵੇ ਉਹਨਾਂ ਦੀ ਕੌਮ ਦਾ, ਆਪ ਖੁਦ ਸਰਮਾਇਆਦਾਰ ਬੜਾ ਹੋਵੇ, ਉਹਨੇ ਵੀ ਨੈਟਵਰਕ ਕਾਇਮ ਕੀਤਾ। ਉਹਨਾਂ ਆਖਿਆ ਵੀ ਅਸੀਂ ਵੀ ਕੋਈ ਜਵਾਬ ਸ਼ਵਾਬ ਦਈਏ, ਜਿਹੜੇ ਮੌਲਵੀਆਂ ਕੋਲ ਜਾਏ ਉਹ ਸੁਮੂ ਬੁਕਮਨ ਉਹ ਵੀ ਉਹਨੂੰ ਫਾਰਮੂਲਾ ਯਾਰ ਜੇ ਉਹ। ਮੈਂ ਜਦੋਂ ਪਹਿਲੀ ਮਜਲਿਸ ਪੜ੍ਹੀ ਇਦਾਰਾ ਜਾਫਰੀਆ ਵਿੱਚ ਅਸ਼ਰੇ ਤੋਂ ਪਹਿਲੇ, ਅਤੇ ਉਹ ਵਿੱਚ ਬੈਠਾ ਸੀ, ਸਵਾਲੋ ਜਵਾਬ ਕੋਈ ਕੀਤੇ, ਮੈਂ ਜਵਾਬ ਦਿੱਤੇ, ਉਹ ਮੇਰੇ ਮਗਰ ਮਗਰ। ਮੈਂ ਆਖਿਆ ਜੀ ਫਰਮਾਓ, ਤੁਸੀਂ ਸਵਾਲ ਕੀਤਾ ਮੈਂ ਜਵਾਬ। ਉਹਨਾਂ ਆਖਿਆ ਜੀ ਕੰਮ ਨਹੀਂ ਬਣਦਾ, ਮੈਂ ਵੀ ਆ ਬਣਾਇਆ ਅਤੇ ਸਵਾਲ ਜਵਾਬ ਦਿੰਦੇ ਹਾਂ, ਅਤੇ ਆ ਬਨੀ ਉਮਈਆ ਦੀ ਬੜੀ ਦਿਆ, ਅਤੇ ਯਜ਼ੀਦ ਦੀ ਬੜੀ ਤਾਰੀਫ ਹੁੰਦੀ, ਅਤੇ ਫਲਾਣੇ ਦੀ ਬੜੀ ਤਾਰੀਫ ਹੁੰਦੀ ਹੈ। ਉੱਥੇ ਲੰਡਨ ਵਿੱਚ ਪਾਕਿਸਤਾਨ ਵਾਲਾ ਹਿਸਾਬ ਨੇ, ਉੱਥੇ ਜੋ ਮਰਜ਼ੀ ਹੈ ਕੋਈ ਫਿਰਕੇ ਦੇ ਬੰਦਾ ਕਿਸੇ ਨੂੰ ਕਹਿ ਪਿਆ, ਭਾਵੇਂ ਮੁਸਲਮਾਨ ਇਸਾਈਆਂ ਨੂੰ ਕੋ ਛੜੇ ਹਵਾ ਦਲਾਇਲ ਨਾਲ, ਗੌਰਮੈਂਟ ਦੀ ਤਰਫੋਂ ਕੋਈ ਗ੍ਰਿਫਤਰੀ ਵੀ, ਆਪਣਾ ਆਪਣਾ ਮਸਲਕ ਹੈ, ਆਪਣਾ ਆਪਣਾ ਦੀਨ ਹੈ। ਮੈਂ ਕਿਹਾ ਵੀ ਲਾਇਬ੍ਰੇਰੀ 'ਤੇ ਮੇਰੀ ਪਾਕਿਸਤਾਨ ਪਈ ਆ, ਇੱਕ ਬਕਸੇ 'ਚ ਮੈਂ ਲਿਆਂਦੀਆਂ ਨੇ ਕਿਤਾਬਾਂ ਮਜਲਸਾਂ ਵਾਸਤੇ, ਅਤੇ ਜੇ ਲਾਇਬ੍ਰੇਰੀ ਇੱਥੇ ਤੁਹਾਡੇ ਕੋਲ ਹੈ ਤਾਂ ਕਿਤਾਬਾਂ ਦੇ ਹਵਾਲੇ ਜ਼ਬਾਨੀ ਲਿਖ ਦੇਣਾ ਵੀ ਕਰ ਦੇਣਾ। ਮੈਂ ਫਿਰ ਕੀ ਦੱਸਾਂ ਜੀ ਤੁਹਾਨੂੰ, ਫਿਰ ਸੁਣਾਵਾਂ ਵੀ ਕੀ, ਮੇਰੀਆਂ ਸੈਯਦਜ਼ਾਰੀਆਂ ਭੈਣਾਂ ਮਾਵਾਂ ਬੈਠੀਆਂ। ਮੈਂ ਕਿਹਾ ਜਨਾਬ ਗੱਲ ਇਹ ਵੀ ਜਿਹੜਾ ਕੋਈ ਮੁਆਸ਼ਰਾ ਖਰਾਬ ਹੁੰਦਾ ਸੀ ਨਾ ਕਿਸੇ ਸ਼ਹਿਰ, ਇਹ ਬੀਬੀਆਂ ਕੋਈ ਖਰਾਬੀ ਕਰਦੀਆਂ ਹਨ ਅਤੇ ਉਹ ਆਪਣੇ ਕੋਠੇ 'ਤੇ ਝੰਡਾ ਲਾ ਦਿੰਦੀਆਂ ਸਨ। ਇਹ ਜਿਹਨਾਂ ਦੀ ਤਾਰੀਫ ਪਏ ਕਰਦੇ ਉਹ ਝੰਡੇ ਵਾਲੀ ਸੀ, ਅਤੇ ਜਦੋਂ ਜੰਮੇ ਸਨ ਉਦੋਂ ਚਾਰ ਬੰਦੇ ਦਾਅਵੇਦਾਰ ਹੋਏ, ਇੱਕ ਆਖੇ ਮੇਰਾ, ਦੂਜਾ ਆਖੇ ਮੇਰਾ, ਤੀਜਾ ਫਾਲਾਂ ਪਵਾ ਕੇ ਅਬੂ ਸੁਫਿਆਨ ਨੂੰ ਦਿੱਤਾ, ਸਲਵਾਤ ਬੜੇ ਬਾਬਾ ਜੇ ਬੁਲੰਦ ਅਰਜ਼ ਕਰ। ਉਹ ਮੈਂ ਕੋਈ 9 ਕੋ 2.5 ਘੰਟੇ ਦੇ ਨਾਲ ਹਵਾਲੇ ਨੋਟ ਕਰਾ ਅਤੇ ਅਗਲੇ ਦਿਨ ਉਹਨਾਂ ਚਲਾ ਦਿੱਤੇ ਪੂਰੇ ਦੁਨੀਆ 'ਚ, ਲੰਡਨ ਹੀ 'ਚ ਨਹੀਂ ਪਾਕਿਸਤਾਨ ਵਿੱਚ ਵੀ ਸੁਣੇਗਾ। ਉਹ ਫਿਰ 2 ਕੁ ਦਿਨ ਚੱਲੇ ਨਾ, ਅਤੇ ਉਹ ਲਲਵਾਣੀ ਦੇ ਨਾਂ 'ਤੇ ਚੱਲਦਾ ਸੀ, ਮੇਰਾ ਤਾਂ ਨਾਂ ਹੀ ਕੋਈ ਨਹੀਂ। ਉਹ ਕਿਸੇ ਸਾਡੇ ਮੌਲਵੀ ਨੇ ਜਿਹੜਾ ਮੈਨੂੰ ਚੰਗਾ ਨਹੀਂ ਸੀ ਸਮਝਦਾ, ਉਹਨੇ ਜਾ ਕੇ ਉਹਨਾਂ ਨੂੰ ਆਖਿਆ ਇਹ ਸਾਰੀ ਕਾਰਵਾਈ ਤਾਜੁਦੀਨ ਹੈਦਰੀ ਦੀ ਹੈ,
ਇਹ ਪਾਕਿਸਤਾਨ ਵਿੱਚ ਹੀ ਉਹ ਬੰਦਾ ਜਿਹੜਾ ਦੂਰ ਦੀਆਂ ਗੱਲਾਂ ਖਬਰਾਂ ਲਿਆਉਂਦਾ, ਇੱਥੇ ਵੀ ਉਹਨੇ ਆ ਕੇ ਇਹ ਸਾਰਾ ਦੱਸਿਆ ਲਲਵਾਣੀ ਸਾਹਿਬ। ਉਹ ਟੁਰ ਪਏ ਜੀ, ਫਿਰ ਮੌਲਵੀ ਸਾਹਿਬਾਨ ਕੋਈ 40-50 ਟੁਰ ਪਏ, ਅਦਾਲਤ ਗੌਰਮੈਂਟ ਦੇ ਕੋਲ ਚਲੇ ਗਏ। ਲੰਡਨ ਦਾ ਜਿਹੜਾ DC ਸਮਝੋ ਜਾਂ ਇੰਚਾਰਜ ਜਿਹੜਾ ਸੀ, ਉਹਨਾਂ ਆਖਿਆ ਬਾਈ ਤੁਸੀਂ ਸਾਲ ਹੋਇਆ ਤੁਹਾਨੂੰ ਚਲਾਉਂਦਿਆਂ, ਆਪਣੀਆਂ ਰੀਲਾਂ ਚਲਾਉਂਦਿਆਂ ਅਤੇ ਸ਼ੀਆਂ ਨੂੰ ਕਾਹ ਫਰਾਂਦਿਆਂ ਅਤੇ ਅਹਿਲੇ ਬੈਤ ਦੀ ਤੋਹੀਨ ਕਰਦਿਆਂ, ਇਹਦੇ ਸ਼ੀਆ ਨੇ ਆ ਕੇ ਕੋਈ ਸ਼ਿਕਾਇਤ ਕੀਤੀ ਜੀ? ਇਹ ਨਹੀਂ, ਅਤੇ ਜੇ ਕਰਦੇ ਵੀ ਤਾਂ ਅਸਾਂ ਕੋਈ ਐਕਸ਼ਨ ਨਹੀਂ ਸੀ ਲੈਣਾ। ਆਪਣਾ ਆਪਣਾ ਮਜ਼ਹਬ ਹੈ, ਆਪਣਾ ਆਪਣਾ ਦੀਨ ਹੈ, ਤੁਸੀਂ ਜੋ ਉਹਨਾਂ ਨੂੰ ਕਾਹ ਫਰਾਂਦੇ ਰਿਹਾ ਅਤੇ ਪਤਾ ਨਹੀਂ ਕੀ ਕੁਝ ਕਰਦੇ ਰਿਹਾ, ਅਤੇ ਤੁਹਾਡੇ ਤੋਂ ਉਹਨਾਂ ਹਵਾਲੇ ਦੇ ਕੇ ਦੱਸਿਆ, ਅਤੇ ਸਾਡੀਆਂ ਕਿਤਾਬਾਂ 'ਚ ਵੀ ਆਇਆ, ਬਿਰੌਨ ਨੇ ਵੀ ਤਾਰੀਖ 'ਚ ਲਿਖਿਆ, ਫਲਾਣੇ ਅੰਗਰੇਜ਼ ਮੁਸਤਖਰਕ ਨੇ ਲਿਖਿਆ ਭਾਈ ਝੰਡਾ ਲਹਿਰਾਉਂਦਾ ਸੀ ਅਤੇ ਮੀਲ ਮੀਲ ਤੋਂ ਨਜ਼ਰ ਆਉਂਦਾ ਸੀ, ਆਉਂਦੇ ਯਾਰ ਇੱਥੇ ਰਾਤ ਰੁਕੋ। ਆਇਓ ਮੇਰੀ ਕਿਸਮਤ ਆ, ਹੁਣੇ ਪੈ ਆਉਂਦੇ ਸਨ ਸ਼ਾਇਰ ਭਾਈ ਸੱਚਾ ਹੁਸੈਨ ਹੈ ਅਤੇ ਝੂਠਾ ਯਜ਼ੀਦ ਹੈ, ਯਜ਼ੀਦ ਅਤੇ ਹੁਸੈਨ ਦਾ ਮੁਕਾਬਲਾ ਕੈਸਾ। ਕਾਬੀਲ ਤੋਂ ਲੈ ਕੇ ਹਾਮਾਨ, ਸ਼ਦਾਦ, ਫਿਰੌਨ, ਕਾਰੂਨ, ਨਮਰੂਦ, ਅਬੂ ਜਾਹਲ ਐਂਡ ਕੰਪਨੀ, ਅੱਜ ਤੱਕ ਸਾਰੀ ਤਾਗੂਤੀ ਸ਼ੈਤਾਨੀ ਕੁਵਤਾਂ ਨੂੰ ਇਕੱਠਾ ਕਰੀਏ ਅਤੇ ਯਜ਼ੀਦ ਇਬਨ ਮਾਵੀਆ ਬਣਦਾ, ਅਤੇ ਆਦਮ ਤੋਂ ਖਾਤਮ ਤੱਕ 1,24,000 ਨਬੀਆਂ ਦੇ ਮਿਹਨਤ ਦਾ ਮੁਹਾਫਜ਼ ਵੇਖਣਾ ਹੋਵੇ ਤਾਂ ਉਹਦਾ ਨਾਂ ਹੁਸੈਨ ਇਬਨ ਅਲੀ ਹੈ। ਭਾਈ ਇਹਨਾਂ ਨਾਲ ਲੋਕਾਂ ਨਾਲ ਜਿਹਦਾ ਜੇ ਬੇਜਿਨਸ ਮੁਕਾਬਲਾ ਹਮੇਸ਼ਾ ਜਿਨਸ ਦਾ ਜਿਨਸ ਨਾਲ ਹੁੰਦਾ। ਜਦੋਂ ਆ ਕੇ ਨਾ ਫਲਾਣਾ ਘੋੜਾ ਬੜਾ ਬੇ ਲਾਜਵਾਬ ਹੈ, ਉਹਦਾ ਮਨ ਐਵੇਂ ਪਿਆ ਆਪਣੇ ਜਿਨਸ ਦਿਆਂ ਘੋੜਿਆਂ 'ਚ ਉਹਦਾ ਜਵਾਬ ਕੋਈ ਨਹੀਂ, ਇਹ ਮਾਨਾ ਨਹੀਂ। ਅਤੇ ਪੀਰ ਸਾਹਿਬ ਨਾਲੋਂ ਵੀ ਘੋੜਾ ਚੰਗਾ। ਜਦੋਂ ਆ ਕੇ ਨਾ ਫਲਾਣਾ ਦਾਦ ਬਾਹ ਹੋਏ, ਜਵਾਬ ਨਹੀਂ ਉਹਦਾ, ਦੁਨੀਆਂ 'ਚ ਉਹਦੀ ਮਿਸਲ ਨਹੀਂ, ਇਹਦਾ ਮਨ ਐਵੇਂ ਕਿ ਉਹਦੀ ਜਿਨਸ ਦੇ ਢੱਗਿਆਂ ਬੈਲਾਂ 'ਚ ਉਹਦੀ ਮਿਸਲ ਕੋਈ ਨਹੀਂ। ਇਹ ਨਹੀਂ ਵੀ ਚੌਧਰੀ ਸਾਹਿਬ ਨਾਲੋਂ ਵੀ ਉਹ ਚੰਗਾ। ਜਦੋਂ ਮੁਕਾਬਲਾ ਕਰਨਾ ਹੋਵੇ ਜਿਨਸ ਦਾ ਜਿਨਸ ਨਾਲ ਕਰੋ। ਇੱਕ ਪਾਸੇ ਹੁਸੈਨ ਜਿਹੜਾ ਫਖਰੇ ਮਾਸੂਮੀਨ ਹੈ, ਦੂਜੇ ਪਾਸੇ ਯਜ਼ੀਦ ਜਿਹੜਾ ਗਿਲਾਜ਼ਤ ਅਤੇ ਕੁਫਰ ਅਤੇ ਸ਼ਿਰਕ ਦੀ ਗਿਲਾਜ਼ਤ ਨਾਲ ਲਬਰੇਜ਼ ਹੈ, ਉਹਦਾ ਮੁਕਾਬਲਾ ਪਾਕਾਂ ਨਾਲ ਕੀ ਕਰਦੇ। ਮੈਂ ਵੀ ਬੇਵਕੂਫੀ ਨਾਲ ਜਦੋਂ ਨਵਾਂ ਨਵਾਂ ਸ਼ੀਆ ਹੋਇਆ ਤਾਂ ਤਕਰੀਰਾਂ ਕਰਦਾ, ਬੜਾ ਜੋਸ਼ ਮਾਰਦੇ ਸਾਂ, ਜਿਹਦੇ ਆਪਦੇ ਚਾਹ ਹੋਵੇ ਕਾਮੀ ਹੈ, ਮੇਰੇ ਬੋਲ ਹੈ ਚਾਹ ਖੂਬੀ ਆ, ਉਹਦੇ ਚਾਹ ਖਾਮੀ ਉਹਦਾ, ਉਹ ਮੈਂ ਤਫਸੀਰੇ ਕਬੀਰ ਰਾਜ਼ੀ ਪੜ੍ਹੀ, ਉਹਨਾਂ ਕਹਾ ਬੜਾ ਬੇਵਕੂਫ ਹੈ ਸ਼ੀਆ ਹੋ ਕੇ ਵੀ ਤੈਨੂੰ ਅਕਲ ਨਹੀਂ ਆਈ। ਮੈਂ ਕਿਹਾ ਕੀ? ਉਹਨਾਂ ਆਖਿਆ ਵੀ ਮੁਕਾਬਲਾ ਹਮੇਸ਼ਾ ਜਿਨਸ ਦਾ ਜਿਨਸ ਨਾਲ ਹੁੰਦਾ। ਇਹ ਅਲੀ ਤੋਂ ਲੈ ਕੇ ਮਾਦੀ ਤੱਕ 12 ਦੇ 12 ਇਮਾਮ ਮਾਸੂਮ ਅਤੇ ਪਾਕ, ਇਹਨਾਂ ਦਾ ਮੁਕਾਬਲਾ ਪਾਕਾਂ ਨਾਲ ਕਰ। ਜਦੋਂ ਆਦਮ ਅਤੇ ਈਸਾ ਨਾਲ ਇਹਨਾਂ ਦਾ ਮੁਕਾਬਲਾ ਨਹੀਂ ਜੁੜਦਾ, ਇਹਨਾਂ ਦਾ ਬੇਦਰੂਦਿਆਂ ਨਾਲ ਕਿਵੇਂ ਮੁਕਾਬਲਾ ਪਿਆ ਕਰ? ਆਪਣਾ ਮੁਕਾਬਲ। ਰੁਕੇ ਦੀਆਂ ਗੱਲਾਂ ਤਾਂ ਖਤਮ ਹੋ ਗਈਆਂ, ਮੌਲਾ ਦੇ ਜ਼ਾਕਰ ਵੀ ਬੈਠੇ ਨੇ, ਨਾ ਪੜ੍ਹਨਾ ਵੀ ਹੈ, ਮੇਰਾ ਵੀ ਸਫ਼ਰ ਬੜਾ ਤਵੀਲ ਹੈ, ਕੋਈ 400 ਮੀਲ ਤੋਂ ਉੱਤੇ ਹੀ ਹੈ ਜਿੱਥੇ ਰਾਤ ਮੈਂ ਪਹੁੰਚਣਾ ਅਤੇ ਖਿਤਾਬ ਕਰਨਾ। ਕੱਲ੍ਹ ਵੀ ਮੈਂ ਰਾਤ 8:30 ਸਮੁੰਦਰੀ ਦੇ ਇਲਾਕੇ 'ਚ ਵੜੈਚਾਂ ਵਾਲਾ ਚੱਕ ਕੇ 442 ਹਜ਼ਰਤ ਅਬੂ ਹੁਰੈਰਾ ਨੇ ਕਿਤਨੀ ਹਦੀਸ ਜ਼ਿਕਰ ਫਰਮਾਈ ਹੈ, ਵਜ਼ਾਹਤ ਕਰੇ ਕਿੰਨਾ ਕੁ ਜ਼ਿਕਰ ਕਰੇ। ਇਹ ਹਜ਼ਰਤ ਅਬੂ ਹੁਰੈਰਾ ਫਤਿਹ ਖੈਬਰ ਦੇ ਬਾਅਦ ਆ ਕੇ ਮੁਸਲਮਾਨ ਹੋਇਆ, ਯਮਨ ਦੇ ਜਿਹੜੇ ਯਹੂਦੀ ਸਨ ਉਹਨਾਂ ਦੇ ਨਾਲ, ਅੱਜ ਜਿਵੇਂ ਚੌਧਰੀਆਂ ਦੇ ਨਾਲ ਚਮੋੜਾ ਚੁੱਕ ਕੇ ਇੱਕ ਨੌਕਰ ਟੁਰ ਪੈਂਦਾ, ਇਹ ਹਜ਼ਰਤ ਅਬੂ ਹੁਰੈਰਾ ਵੀ ਉਹਨਾਂ ਦਾ ਚਮੋੜਾ ਚਾ ਕੇ ਆਇਆ। ਅਤੇ ਬਸਦੇ ਦੇ ਰਸੂਲ ਵਿੱਚ ਜਿੱਠਾ ਖਾਣਾ ਛਾਣਾ ਤਹਿਕੀਕ ਹੁੰਦੀ ਰਹੀ, ਦੋ ਚਾਰ ਦਿਨ ਉਹ ਬਣੀ ਦੋਸਤ ਦੇ ਕਬੀਲੇ ਦੇ ਜਿਹੜੇ ਯਹੂਦੀਆਂ ਨੂੰ ਨਾ ਕਲਮਾ ਪੜ੍ਹ ਲਿਆ, ਸਰਕਾਰ ਦਾ ਮੁਸਲਮਾਨ ਹੋ ਗਿਆ, ਅਤੇ ਦਸਤਰਖਾਨ ਵਿਛਿਆ ਖਾਣੇ ਦਾ, ਨਮਾਜ਼ ਜ਼ੋਰੈਨ ਦੇ ਬਾਅਦ ਇੱਥੇ ਇਸ ਪਾਸੇ ਰਸੂਲ ਪਾਕ ਬੈਠੇ ਨੇ, ਸਾਹਿਬ ਬਿਲਾਲ ਹਬਸ਼ੀ ਬੈਠਾ ਖਾਣਾ ਪਿਆ ਖਾਂਦਾ, ਇੱਕ ਹੀ ਸਫ਼ ਮੇਂ ਖੜੇ ਹੋ ਗਏ ਮਹਿਮੂਦ ਓ ਅਯਾਸ, ਨਾ ਕੋਈ ਬੰਦਾ ਰਹਾ ਨਾ ਕੋਈ ਬੰਦਾ ਨਵਾਸ। ਇਹਦੀ ਇਹ ਖਾਣ ਪੀਣ ਦੀ ਆਦਤ ਉਦੋਂ ਵੀ ਚੰਗੀ ਆਈ। ਇਹਦਾ ਕਿ ਯਾਰ ਗੱਲ ਇਹ ਵੀ ਜਿਹੜੇ ਸਰਦਾਰਾਂ ਕੋਲ ਰਹਿੰਦੇ ਹਾਂ ਉਹ ਤਾਂ ਖਾਣ ਪੀਣ ਵੱਲੋਂ ਹੱਥ ਛਿੱਕੀ ਰੱਖਦੇ ਨੇ, ਜਿਹੜੀ ਕੋਈ ਰੋਟੀ ਬਾਸੀ ਬਚ ਜਾਏ ਅੰਬ ਦੀ ਫਾੜੀ ਅਚਾਰ ਨਾਲ ਦੇ ਘੱਲ ਦੇਣ ਵੀ ਅਬੂ ਹੁਰੈਰਾ ਨੂੰ ਦਿਓ। ਇਹ ਰਸੂਲ ਬੜਾ ਪ੍ਰੇਮ ਦਾ ਰਸੂਲ ਹੈ, ਇਹ ਕੀ ਲੈਣ ਵਿੱਚ ਦਸਤਰਖਾਨ 'ਤੇ ਰਸੂਲ ਵੀ ਪਿਆ ਖਾਂਦਾ ਅਤੇ ਬਲਾਲ ਹਬਸ਼ੀ ਵੀ ਪਿਆ ਖਾਂਦਾ। ਇੱਥੇ ਨੌਕਰ ਅਤੇ ਮਖਦੂਮ ਦੀ ਕੋਈ ਤਮੀਜ਼ ਹੀ ਕੋਈ ਨਹੀਂ, ਇੱਥੇ
हुर्रियत आजादी का दरस रसूल देंदा कोई चारा करा जे मैं इत ही रह जा ते बासियां रोटियां ते अंब दे अचारा तो जान बच जा। जंगे सफीन में अजान हुई मौला अली ने अजान पढ़वाई जमात कराई नमाज पढ़न लगे ना जिस वेले इकामत पढ़ी बई ते एक बंदा बाहरों पल्लू हलांदा दा ठहर जा व्या ठहर जा व्या ठहर जा व्या ओ सरकार ने फरमाया भाई को बंदा है खासा है बेहाजत ते भजा होंदा जरा इंतजार कर ली उन्हें आख्या जनाब करना चाहिए उस आया ते सा चढ़िया ते साफ कोल आ गया ते करके पिया सा चढ़िया नमाज बाद ही पढ़ लेंगे पहले दुश्मन नाल ही निबड़ लईए। वो कहने लगा गल ते कोई नहीं फिर तेरे आवाज़ा क्यों मारना। उन्हें कहा जी मैं जमात के सवाब तो महरूम नहीं सा रहना चाहता ते रोटी खांदे थोड़ा जा लेट हो गया। उन्हें आख्या इत्थे लंगर खाधा गया बर्तन धोते गए अजाना हो गई ते जमात लई सरकार तैयार हो गए तू हाली तक रोटी कित्थे खांदा से भांडे भी धुप गए। उन्हें आख्या मैं कोई अली दे दस्तरखान ते खाधा मैं रोटी माविए दे दस्तरखान ते खाधा। वजह आखे रोटी का मजा माविए दे घर आउंदा ते नमाज रसूल वाली अली पिछे आउंदी जी पढ़ांदा अली। इस वास्ते मैं आख्या भी इत्थे जिहड़ी नमाज रसूल वाली पढ़ानी अली ये लिहाजा मिस ना हो जाए उत्थे खाना लजीज देंदा माविए। इहदी तारीख विच लिखिआ भई जदों जंग होंदी जां मुसलमानां दी फतह खैबर दे वेले बाद मुसलमान होया ते जिहड़ी कोई छोटी मोटी लड़ाई होनी इहने पहाड़ी ते चढ़ के बह जाणा जे मुसलमानां दा जोर पैणा ते काफर अगे लग के नस पैणा देखना शाबाशे मुसलमानो दलेरो इस्लाम दे सिपाहियो शाबाशे हुण गए जे समुंदरों पार ते ललकारे मारन ते जे कोई काफरां दा जोर पै जाणा मुसलमान कमजोर हो जाणा। उन्हें आख्या कुटो इन्हों जदे के समुद्र तो उरा उरा हूं खलोंदे नहीं। ओदी भी तारीफ ओदी भी तारीफ लाण जोगे किथे सन ना लाण जोगे ना लाण जोगे सिर्फ खाण जोगे सन। की गल कर क्योंकि इतफाक नाल सहाबा इकराम दी विच उन्हां दा शुमार आई फतह खैबर दे बाद मुसलमान होए ते एक साल सिर्फ मदीने रहना नसीब होया 4646 हदीसां दा रावी है अबू हुरैरा ते जेड़ी हजूर दे नूर दा जोज़े फातिमा जहरा सारी सियासता च उन्हां कोल 55 हदीसां ते जेड़ा रसूल दे इलम दा दरवाजे अली अना मदीना तो इलमे वाली और बाबोहा सियासता दियां 6 हदीस दियां किताबां चली पाक कोल कुल 500 रुपए ते अबू हुरैरा कोल 4644 ए एवें काला काला रसूलुल्लाह रसूल ने फरमाया बयान कर देना ते मुस्तदरक हाकम विच माई आयशा नूं नाराजगी होई भई जिहड़ी रवायत होई पुर करके कड मारदा काला काला रसूलुल्लाह खाना कि वे अकल कर जो गल करनी आ ते रसूल ने आख्या रसूल ने आख्या। उन्हें आख्या बहु माई ਐਵੇਂ ਦੜਕੇ ਨਾ ਦੇ ਅਸੀਂ ਰਸੂਲ ਦੀ ਸੋਭਾ ਤੇ ਜੀਤੀ ਸਾ ਯਾਦ ਕਰ ਤੈਨੂੰ ਕੰਘੀ ਸੁਰਮੇ ਤੋਂ ਫੁਰਸਤ ਨਹੀਂ ਸੀ। ਆ ਵੇਖੋ ਬੇਟਾ ਲਾਇਕ ਬੇਟਾ ਮਾਂ ਦੀ ਤੋਹੀਨ ਪਿਆ ਕਰਦਾ ਜਿਹੜਾ ਪੁੱਤਰ ਹੋ ਕੇ ਮਾਂ ਦੀਆਂ ਕੰਘੀਆਂ ਸੁਰਮੇ ਪੁਣੇ ਉਹ ਲਾਇਕ ਹੁੰਦਾ ਜਿਸ ਤੋਹੀਨ ਕੀਤੀ ਉਹ ਰਜ਼ੀ ਅੱਲਾਹ ਤਾਲਾ ਨੂੰ ਜਿਹੜੇ ਅਸੀਂ ਮਾਂ ਮੰਨਦੇ ਹਾਂ ਸਾਡੀ ਸਲਵਾਤ ਬੜੇ ਬਾਬਾ ਜੇ ਬੁਲੰਦਰ ਕਰ ਅੰਨਬੀ ਔਲਾ ਬਿਲ ਮੋਮਿਨੀਨਾ ਮਿਨ ਵਾਨਫੁਸਿਹਿਮ ਵਅਜ਼ਵਾਜੁਹੁਮ ਮਹਾਤੁਹੁਮ ਬੜੀਆਂ ਬੜੀਆਂ ਰਵਾਇਤਾਂ ਨੇ। ਖੁਦ ਹਜ਼ਰਤ ਮਾਈ ਆਇਸ਼ਾ ਜਿਹੜੀ ਹੈ ਸਰਕਾਰ ਦੇ ਘਰ 2 ਸਨਾ ਹਿਜਰੀ 'ਚ ਆਈ ਅਤੇ ਉਹ ਹਦੀਸਾਂ ਯਾਦ ਕੀਤੀਆਂ ਕੋਈ 2200 ਦੇ ਕਰੀਬ ਉਹਨਾਂ ਕੋਲੋਂ ਵੀ ਰਵਾਇਤ ਮਰਵੀ ਜੀ ਮਾਈ ਉਹਨਾਂ ਕੋਲ ਚਲੋ ਉਹ ਤਾਂ ਮਾਈ ਸਨ ਅਤੇ ਬੇਟਾ 4000 ਤੋਂ ਉੱਤੇ ਹਦੀਸਾਂ ਦਾ ਰਾਵੀ ਗੱਲ ਨਹੀਂ ਕੋਈ ਗੱਲ ਸਿਰਫ ਇਹ ਵੇ ਜਿਹੜੀ ਫੈਕਟਰੀ ਲਾਈ ਗਈ ਨਾ ਜਾਲੀ ਰਵਾਇਤਾਂ ਦੀ ਉਹਦੇ ਵਿੱਚ ਰਵਾਇਤਾਂ ਘੜਨ ਵਾਲੇ ਬੰਦੇ ਸਨ ਪੈਸੇ ਲੈਂਦੇ ਸਨ ਪੁਰਲ ਕਰਕੇ ਰਵਾਇਤ ਕੱਢ ਦਿੰਦੇ ਸੀ ਉਹਨਾਂ ਵਿੱਚ ਇਹ ਅਬੂ ਹੁਰੈਰਾ ਦੀ ਕਿ ਵੀ ਰਵਾਇਤ ਮਨ ਅਕਲ ਅਲ ਵਸਲਾ ਵਸਲ ਅਲ ਬੱਕਾ ਤਾ ਬੇ ਮੱਕਾ ਵਾਜਾ ਬਾਦ ਲਾਹੌਲ ਜੰਨਾ
एक बंदे दे गंडे चोखे पा लिया उन्हें स्टोर कर लिया विकन ना तो खराब लगे होन उन्हें क्या वो रहना कुछ करी मारे गया साढ़े ते काटा पै गया उन्हें क्या माना आकालाल आकाला बस लाल अक्का त्या बे मक्का था वाजा बातला और जन्ना जिन्हें अक्का दे गंडे मक्के च बह के खादे उधर ही जन्नत वाजिब है वो लोग दे गंडे गले भी कोई ना रहे सलवात बड़े बा वाजे बुलंद दर्ज कर सारा सिलसिला ये भाई बढ़िया रवायत बना पाक रसूल ने फरमाया ना मदीना तो लिल में वाली उन बाबोहा फिर फरमाया अल हसन वाल हुसैन सैयदा शबाब आल जन्ना व अबू हुमा खैर उमिन हुआ मेरा पुत्र हसन मेरा पुत्र हुसैन जनती जवाना दे सरदार है उन्होंने दा बाबा अली इन्हों का भी सरदार है सुभान इन्हों वाल फेरा पिया पे साढ़े बुजुर्ग लिए भी कुछ कार तेजी रवायत बुखारी च आ गई होर भी किताबें च आ गई अल हसन वाल हुसैन सैयदा शबाब आल जन्ना इन्ना बा बकन उमरा सैयदा कहूल आल जन्ना हजरत अबू बकर हजरत उमर जन्नत के बुढ़िया के सरदार किसे बहु फाड़ के बहा लिया अबू हुरैरा ने फिर नबी पाक फरमाया जन्नत ना किसी बुढ़े जाना ना बुढ़ी जाना जन्नत बुढ़िया जाना ही कोई नहीं तो सरदारी का दी जवाना ने जन्नत के सरदार हसन ने कि जवाना जन्नत जाने ते बुढ़िया जन्नत जाने ही कोई नहीं ना किसी बुढ़ी ना बुढ़े वो आखिर गल सुन काम चलाना से वो चल गया जिमें कोई जाकर रुआ के यार आ जी तू रवायत पढ़ी है किसी किताब तारीख इतने आँदी नहीं अहमद बिन बख्श पट्टी की जाकर की ब्यास के अलावा कहता मेरा काम फजायल पढ़ना से बा हवाला पढ़िया अहमद हुसैन पट्टी सैयद जाकिरीन उन्होंने हवाला दे छड़िया मासूम फरमाया बा हवाला पढ़ो मैं दे लिया गुनागार से नहीं ना ये मासूम की भी रवायत है बा हवाला हो हवाले नाल पढ़ो तुम मुजरम नहीं बनते किताब का हवाला दे के पढ़ो मैं अपने को तली वाटवी तो नहीं ना पढ़ी जाकर उस्ताद की रवायत पढ़ी मैं उन्होंने ब्याज चोखा नाल वेखी ये भी ब्याज मारका मौलवी सन की पढ़ा मैं जिन्हिया फैक्ट्रिया बनाईया मौलविया ने मौलविया ना इन्हें बजुर्गों ने उन्हें किसी का सुपरवाइजर अब्दुल्ला इब्ने उमर किसी का अब्दुल्ला इब्ने जुबैर किसे दा सही बिल दे मुसैयब तो उन्होंने बनाईया पे अली अहले बैत दे मुनकर पैदा करो एक जेड़ी फैक्ट्री लगी ओ दे ओ दा मैं भी इंचार्ज रहा कुछ अरसा रहा जो उसे घर ते तारीफ करता रहा ओए वे पे एक दफा बैठे बैठे खामद कह दे रहा फत्तो तेनू तलाक 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 ओ त्रै तलाक हो गई हूं बगैर हलाले नहीं बलती ते कुराने पाक कहिंदे तलाक मरतान तलाक दोहराई जांदी है ते हर तोहरे च दोहराई जांदी है ते तीन तोहर दो इंतजार करके तीजे तोहर तलाक होवे ते वाकया हुंदी एक निशस्त है चाली तो माधी तक पाक फरमांदे ने हजार दफा कह जो तलाक वो तलाक इको होनी है दूजे तोहरे दूजी तलाक होनी अदर तुमर उन्होंने फैक्ट्री दे तलाक इफ्तिताह कर दी उन्हें कहा जेड़ा तलाक तलाक है वह तलाक हो गई बाइना हो गई हूं अगों चार महीने दस दिन तीन महीने गुजार के चौड़ियों फड़ के दे दी थी तलाक तो हुई कोई नहीं अगो किसी के नाल निकाह पढ़ के किसी की डोली पा दी पिछे तलाक नहीं हुई निकाह से निकाह पढ़ गया बिचों जेड़े जमने ने हरामी जमने ने अली नाल मुहब्बत किवें करन करो चलन दी एक सियाल शरीफ है जिले सरगोद दे विच गद्दी उहदे करीक मौजा च केले जागीर खोखर दी बिरादरी दे लोक हैं वह सारे सियाल शरीफ दे मुरीद सन उन्होंने विचों किसे जने ने गुस्से च तले बीबी नूं कहता तलाक 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 वह सियाल शरीफ गए उन्हें आख्या मियाँ यह तो हुण किसे नाल निकाह पढ़ीवेगा उहनूं बी मियाँ बीवी वाला वजीफा पढ़नगे फिर वह अपनी मर्जी नाल तलाक देवेगा एदा ना हलाला दोबारा आवे तो फिर निकाह हो सी वो खोखर जेड़े सन जिमीदार आदमी ने भावें मुढ़ी होंगे ने भावें जिमीदार झटके बंदे काम पढ़े हो लिखे हो गैरत गुस्सा ज्यादा आंदा उन्हें कहा मारो सारी जिंदगी पीर नू श्रीणियां देंदे रहन तो हुण साड़ियां बीबियां जेड़ियां ने
ਇਹ ਵੀ ਹੁਣ ਉਹਨਾਂ ਨੂੰ ਬੀਬੀਆਂ ਬਣਾਉਣ ਲਈ ਫੇਰ ਹਰਾਮ ਕਰਨਾ ਪੈ ਜਾ। ਉਹ ਭੱਜੇ ਨਸੇ ਬੜੇ ਜਿਹੜੇ ਮੌਲਵੀ ਕੋਲ ਜਾਣ ਕਰਮ ਸ਼ਾਹ ਫੇਰੇ ਵਾਲੇ ਕੋਲ ਗਏ ਉਹ ਵੀ ਹਲਾਲਾ, ਸਿਆਲ ਸ਼ਰੀਫ ਗਏ ਉਹ ਵੀ ਹਲਾਲਾ, ਅਬਦੁਸਤਾਰ ਤੌਂਸੀ ਵੱਲ ਗਏ ਉਹ ਵੀ ਹਲਾਲਾ, ਹਾਮਦ ਸ਼ਾਹ ਸਰਗੋਹ ਦੇ ਖਤੀਬ ਆਜ਼ਮ ਹੁੰਦਾ ਸੀ ਆ ਗੁਜਰਾਤ ਵਾਲਾ, ਉਹ ਵੀ ਹਲਾਲਾ, ਸਾਰੇ ਹਲਾਲੇ ਕਰਦੇ ਰਹੇ। ਇੱਕ ਗੁਲਾਮ ਮੁਹੰਮਦ ਦੇ ਮੇਰਾ ਬੇਲੀ ਵੀ ਬੜਾ ਬਣਿਆ ਤੇ ਹੁਣ ਉਹ ਸਾਰਾ ਪਿੰਡ ਕੇਲੇ ਜਾਗੀਰ ਸੀ ਆ, ਉੱਥੇ ਇੱਕ ਘਰ ਵੀ ਸੁਣੀ ਨਹੀਂ ਰਿਹਾ। ਉਹ ਸਾਗਿਆ ਜਨਾਬ ਕੋ ਕੱਲ ਕਰੋ, ਮੈਂ ਕਿਹਾ ਮੈਂ ਫਤਵਾ ਨਹੀਂ ਦੇ ਸਕਦਾ ਤੇ ਮਸਲਾ ਜਾਣਨਾ ਵੀ ਤਲਾਕ ਇੱਕ ਦਫ਼ਾ ਸੌ ਦਫ਼ਾ ਵੀ ਆਖੀ ਤੇ ਤਲਾਕ ਇੱਕ ਹੁੰਦੀ, ਤੇ ਬੁਖਾਰੀ ਸ਼ਰੀਫ ਵਿੱਚ ਹਜ਼ਰਤ ਉਮਰ ਦੇ ਪੁੱਤਰ ਇਬਨੇ ਉਮਰ ਨੇ ਤਲਾਕ ਦੇ ਦਿੱਤੀ, ਇਸ ਤਰ੍ਹਾਂ ਤਲਾਕ ਤਲਾਕ ਕਹਿਤਾ ਰਸੂਲ ਫਰਮਾਇਆ ਮੁੰਡੇ ਨੂੰ ਜਾ ਕੇ ਸਮਝਾ ਆਪਣੀ ਬੀਵੀ ਆਪਣੇ ਘਰ ਰੱਖੀ, ਇਹ ਤਲਾਕ ਤਲਾਕ ਨਹੀਂ ਹੋਈ ਬੁਖਾਰੀ ਵਿੱਚ। ਉਹ ਕੰਮ ਮਸਲਾ ਚੱਲਿਆ, ਮੈਂ ਕਿਹਾ ਅਲਾਮਾ ਨਸੀਰ ਹੁਸੈਨ ਸਰਗੋ ਦੇ ਮੁਜਤੇ ਦੈਨ ਆਪਣੇ ਸ਼ੀਆਂ ਦੇ, ਮੈਂ ਤੁਹਾਨੂੰ ਸਵਾਲ ਲਿਖ ਦਿੰਦਾ ਉੱਥੋਂ ਜਵਾਬ ਲੈ ਲਓ। ਉਹਨਾਂ ਆਖਿਆ ਜਵਾਬ ਤੇ ਮੈਂ ਲਿਖ ਦੀ ਸਾ ਫਿਕਾ ਦਾ, ਪਰ ਪੀਰ ਸਿਆਲ ਨਾਲ ਮੁਨਾਜ਼ਰਾ ਤੇ ਫਿਰ ਹੈਦਰੀ ਆਪ ਹੀ ਕਰਨਾ ਨਾ। ਮੈਂ ਕਿਹਾ ਮੁਨਾਜ਼ਰਿਆਂ ਨੂੰ ਮੈਂ ਤਕੜਾ ਹੀ, ਮੁਜਤੇ ਦਾ ਫਤਵਾ ਤੁਸੀਂ ਦੇ ਦਿਓ। ਉਹ ਦੇ ਦਿੱਤਾ ਫਤਵਾ ਤੇ ਆਸ਼ਿਕ ਹੁਸੈਨ ਇੱਕ ਜਵਾਰ ਸੀ ਬਾਬੇ ਹੈਦਰ ਤੇ ਜ਼ਾਕਿਰ ਮੇਰਾ ਸੀ ਆਈ, ਤੇ ਉਹ ਆਲਮ ਦਾ ਗੁਲਾਮ ਆਈ ਤੇ ਨਿਆਜ਼ਨ ਦੀ ਆਈ ਤੇ ਇਮਾਮ ਬਾਰੇ ਦਾ ਖਾਦਮ ਆਈ। ਉਹ ਲੈ ਗਿਆ ਅਲਾਮਾ ਨਸੀਰ ਹੁਸੈਨ ਫਤਵਾ ਦੇ ਦਿੱਤਾ, ਉਹਨਾਂ ਆਖਿਆ ਫਿਰ ਘੱਲਿਆ ਕਿ ਆਈ, ਉਹਨਾਂ ਆਖਿਆ ਤਾਜੁਦੀਨ ਹੈਦਰੀ ਘੱਲਿਆ ਤੇ ਬੈਠਿਆ ਉੱਥੇ। ਉਹਨਾਂ ਆਖਿਆ ਭਾਈ ਫਤਵਿਆ ਤਾਂ ਮੈਂ ਦੇ ਦਿੰਦਾ, ਪਰ ਇਹ ਮਲਵਾਣਿਆਂ ਨਾਲ ਜਿਹੜੀ ਗੱਲ ਕਰਨੀ ਹੈ ਹੈਦਰੀ ਸਾਹਿਬ ਨੂੰ ਆਖੀ ਆਪੇ ਹੀ ਕਰਨੀ, ਮੈਂ ਨਹੀਂ ਆਉਣਾ, ਜਾਂ ਇਸਮਾਈਲ ਨੂੰ ਬੁਲਾ ਲੈ। ਮੁਨਾਜ਼ਰਾ ਹੋਇਆ ਦੋ ਦਿਨ, ਪਹਿਲੇ ਦਿਨ ਤੇ ਸਿਆਲ ਸ਼ਰੀਫ ਵਾਲੇ ਆਏ ਕੋਈ ਨਾ, ਦੂਜੇ ਦਿਨ ਉਹਨਾਂ ਆਪਣੇ ਚੰਗੇ ਚੰਗੇ ਮੁਫਦੀ ਅਸ਼ਰ ਸਿਆਲ ਵੀ ਤੇ ਮੌਲਵੀ ਸ਼ੌਲ ਵੀ ਇਕੱਠੇ ਕਰਕੇ ਘੱਲ ਦਿੱਤੇ। ਮੈਂ ਬੁਖਾਰੀ ਵੀ ਲੈ ਲਈ, ਕੁਰਾਨ ਵੀ ਚਾ ਲਿਆ, ਮੈਂ ਕਿਹਾ ਅੱਲਾਹ ਦੇ ਪਾਕ ਕੁਰਾਨ ਦੇ ਮੁਤਾਬਿਕ ਤੇ ਤਲਾਕ ਹੀ ਨਹੀਂ ਤੇ ਨਬੀ ਪਾਕ ਦੇ ਫਰਮਾਨ ਦੇ ਨਾਲ ਤਲਾਕ ਨਹੀਂ, ਤੁਸੀਂ ਐਵੇਂ ਬੀਬੀਆਂ ਨੂੰ ਅਵਾਰਾ ਪੈ ਕਰਦੇ, ਕਿਉਂ ਜੀ ਤਲਾਕ ਨਹੀਂ? ਮੈਂ ਕਿਹਾ ਹਜ਼ਾਰ ਦਫ਼ਾ ਵੀ ਕਹੋ ਤੇ ਤਲਾਕ ਇੱਕੋ ਹੀ, ਤੇ ਤਲਾਕ ਲਈ ਸਾਡੀਆਂ ਸ਼ਰਤਾਂ ਨੇ ਨਿਕਾਹ ਨਾਲੋਂ ਵੀ ਸਖਤ ਨੇ। ਨਿਕਾਹ ਦੇ ਵਿੱਚ ਗਵਾਹ ਜਿਹੜਾ ਮੁਸਤਹਾਬੇ ਵਾਜਿਬ ਨਹੀਂ, ਤਲਾਕ 'ਚ ਦੋ ਗਵਾਹ ਸ਼ਰੀ ਵਾਜਿਬ ਨੇ, ਉਹਨਾਂ ਦੀ ਮੌਜੂਦਗੀ 'ਚ ਸੀਗਾ ਤਲਾਕ ਹੋਵੇ ਤੇ ਤਲਾਕ, ਤੇ ਫਿਰ ਜਿਹੜਾ ਬੰਦਾ ਸੀਗਾ ਤਲਾਕ ਜਾਰੀ ਕਰੇ ਉਹਨਾਂ ਲਫ਼ਜ਼ਾਂ ਨਾਲ ਕਰੇ ਜਿਹਦੇ ਨਾਲ ਰਸੂਲ ਅਰਬੀ ਜ਼ੁਬਾਨ 'ਚ ਸੀਗਾ ਜਾਰੀ ਕੀਤਾ, ਤੇ ਫਿਰ ਉਸ ਵੇਲੇ ਕਸਦੇ ਇਨਸ਼ਾਦ ਹੋਵੇ, ਚੰਦ ਸਿਫਾਤ ਦੱਸੀਆਂ, ਉਹਨਾਂ 'ਚੋਂ ਇੱਕ ਵੀ ਨਹੀਂ ਸੀ। ਅਸਾਂ ਕਿਹਾ ਠੀਕ ਹੈ, ਆ ਜਾ ਜਿਹੜਾ ਪੇੜੇ 'ਚ ਆਉਂਦਾ ਸੀ ਮੈਂ ਕਰਦਾ। ਉਹ ਅੱਠ ਪੈਰ ਮੁਬਾਸਾ ਹੋਇਆ, ਉਹ ਸਾਰੇ ਖਾਨਦਾਨ ਆਪਸ ਵਿੱਚ ਹੀ ਸਨ, ਕੋਈ ਮਾਸੀ ਦਾ, ਕੋਈ ਮਾਮੇ ਦਾ, ਕੋਈ ਫੁੱਫੀ ਦਾ, ਕੋਈ ਚਾਚੇ ਦਾ, ਉਹ ਆਪਸ ਵਿੱਚ ਰਲੇ ਸਨ। ਮੈਂ ਖਿੜ ਕੇ ਉਹਨਾਂ ਆਖਿਆ ਲੈ ਓਏ ਯਾਰ, ਜਿਹੜਾ ਪੀਰ ਸਿਆਲ ਦਾ ਬਹੁਤਾ ਆਸ਼ਿਕ, ਉਹਨਾਂ ਆਖਿਆ ਜਾ ਓ ਲਿਆ ਪੀਰ ਨੂੰ, ਹੁਣ ਅੱਜ ਕੰਮ ਮੁੱਕ ਲਈਏ। ਪੀਰ ਸਾਹਿਬ ਤਸ਼ਰੀਫ ਨਾ ਲਿਆ, ਆਲਿਮ ਵੀ ਬੜੇ ਸਨ, ਅਸਰੋ ਰਸੂਖ ਵੀ ਬੜਾ ਹੈ, ਪਰ ਅਲੀ ਪਾਕ ਦੇ ਗੁਲਾਮਾਂ ਦੇ ਸਾਹਮਣੇ ਠਹਿਰਨਾ ਹਰ ਬੰਦੇ ਦੇ ਬਸ ਦਾ ਰੋਕ ਤੇ ਨਹੀਂ ਸੀ। ਉਹ ਜਨਾਬ ਤਲਾਕ ਜਿਹੜੀ ਹੈ ਫਜ਼ੂਲੀ ਮੈਂ ਕਰਾਰ ਦਿੱਤੀ ਕੁਰਾਨ ਨਾਲ, ਰਸੂਲ ਦੇ ਫਰਮਾਨ ਨਾਲ, ਖੁਦ ਨਬੀ ਹਜ਼ਰਤ ਉਮਰ ਦੇ ਪੁੱਤਰ ਨੂੰ ਆਖਿਆ ਬੀਬੀ ਨੂੰ ਘਰ ਰੱਖ, ਜਿਹਨੇ ਤਲਾਕ ਤਲਾਕ ਕਹਿ ਕੇ ਇੱਕ ਵੇਲੇ 'ਚ ਤਲਾਕਾਂ ਕੀਤੀਆਂ, ਰਸੂਲ ਆਖਿਆ ਉਹ ਤੇਰੀ ਬੀਵੀ ਹੈ, ਤਲਾਕ ਨਹੀਂ ਹੋਈ, ਤੇ ਜਿਸ ਤਲਾਕ ਨੂੰ ਨਬੀ ਪਾਕ ਨਾ ਮੰਨੇ ਅਸੀਂ ਗੁਲਾਮ ਨਬੀ ਨੂੰ ਕਿਵੇਂ ਮਨਵਾਈਏ? ਇਹ ਨਹੀਂ ਹੁੰਦਾ। ਉਹ ਸਾਰਾ ਪਿੰਡ ਅੱਜ ਲੱਗੇ ਜੋ ਕੇਲੇ ਜਾਗੀਰ ਸਿਆਲ ਸ਼ਰੀਫ ਦੇ ਲਾਂਦੇ ਪਾਸੇ ਵੇ, ਉਹਦੇ 'ਚ ਇੱਕ ਵੀ ਖੋਖਰਾਂ ਦਾ ਘਰ ਅਹਿਲੇ ਸੁਨਤ ਨਹੀਂ ਰਿਹਾ। ਉਹਨੇ ਕਿਹਾ ਸੁਨਤ ਤੇ ਉਹ ਵੇ ਜਿਹੜਾ ਅਮਲ ਰਸੂਲ ਕੀਤਾ ਜਾਂ ਰਸੂਲ ਦੀ ਆਲ ਕੀਤਾ, ਇਹਨਾਂ ਮਲਵਾਣਿਆਂ ਦਾ ਕਹੇ ਫੇਲ ਕਿਵੇਂ ਸੁਨਤ ਬਣਦਾ? ਛੱਡੋ ਜੀ ਲਾਨਤ ਕਰੋ ਤੇ ਲਾ ਬਾਰ ਬਾਰ ਕਰੋ, ਸਾਰੇ ਮਾਤਮ ਕਰ। ਇੱਕ ਆ ਕੌਂਤਰੀਲ ਹੈ ਜ਼ਿਲ੍ਹਾ ਪਿੰਡੀ ਵਿੱਚ, ਤਹਿਸੀਲ ਗੁਜਰ ਖਾਨ 'ਚ ਪਿੰਡ, ਉਹ ਰਾਜਾ ਸਾਹਿਬਾਨ ਹੈ, ਉੱਥੇ ਇੱਕ ਰਾਜੇ ਦੇ ਘਰ ਮਸਲਾ ਬਣ ਗਿਆ। ਬਾਕੀ ਬਿਰਾਦਰੀ ਜਿਹੜੀ ਸੀ ਸਾਰੀ ਉਹਦੇ ਸੀ, ਇਹ ਰਾਜਾ ਸਾਹਿਬ ਜਿਹੜੇ ਨੇ ਇਹ ਮਾਤਮੀ ਸਨ, ਘਰ 'ਚ ਮਜਲਸ ਕਰਾਉਂਦੇ ਸਨ, ਉੱਥੇ ਮਲਵਾਣੇ ਚੋਖੇ ਇਕੱਠੇ ਹੋ ਗਏ। ਮੈਂ ਇਕੱਲਾ ਮਜਲਸ ਪੜਨ ਗਿਆ ਸਾ, ਇੱਕ ਜ਼ਾਕਰ ਸੀ, ਇੱਕ ਮੈਂ ਸਾਂ। ਉਹਨਾਂ ਆਖਿਆ ਗੱਲ ਕਰਨੀ, ਮੈਂ ਕਿਹਾ ਜੀ ਹਾਜ਼ਰਾਂ ਬਿਸਮਿਲ੍ਲਾ। ਉਹ ਤਲਾਕ ਹੋਈ, ਉਹ ਹੁਣ ਰਾਜਾ ਬਿਰਾਦਰੀ ਸਾਰੀ ਸੀ ਗਿਆ। ਉਹਨਾਂ ਆਖਿਆ ਇਹ ਕੋਈ ਗੈਰਤ ਅਵਾਰਾ ਕਰਦੀ ਹੈ ਕਿ ਬੀਵੀ ਹੋਵੇ ਤੇ ਉਹਨੂੰ ਲਾਭੇ ਕਰਕੇ ਤੇ ਕਿਸੇ ਗੈਰ ਦੀ ਬੀਵੀ ਬਣਾਈਏ ਤੇ ਫਿਰ ਉਹ ਛੱਡੇ, ਤੇ ਫਿਰ ਆ ਕੇ ਬੜੇ ਬੜੇ ਮਸਲੇ ਚੱਲਦੇ, ਫੈਕਟਰੀਆਂ ਬਣ ਗਈਆਂ। ਇੱਕ ਹੋਰ ਫੈਕਟਰੀ ਖੁੱਲ੍ਹੀ ਆਈ ਮੁਨਕਰ ਅਹਿਲੇ ਬੈਤ ਦੇ ਪੈਦਾ ਕਰਨ ਲਈ, ਉਹ ਹੱਜ ਦੇ ਵਿੱਚ ਤਵਾਫੁਨ ਨਿਸਾ ਹੈ,
ਜਦੋਂ ਹੱਜ ਦੇ ਤਮਾਮ ਮਰਾਸਮ ਬਰਜਾ ਲਿਆ ਕੇ ਤੇ ਤਵਾਫੇ ਹੱਜ ਕਰ ਲਓ ਨਾ ਸੱਤ ਚੱਕਰ, ਫਿਰ ਦੁਬਾਰਾ ਬਿਸਮਿਲ੍ਲਾ ਨੀਯਤ ਬਣ ਕੇ ਕੰਧਾ ਰੁਕਨੇ ਯਮਾਨੀ ਰੱਖ ਕੇ ਤੇ ਸੱਤ ਚੱਕਰ ਲਾਓ ਕਿ ਮੈਂ ਆਪਣੀ ਬੀਵੀ ਦੇ ਹਲਾਲ ਹੋਣ ਲਈ ਤੇ ਬੀਵੀ ਕਹਿ ਮੈਂ ਆਪਣੇ ਖਾਵਨ ਦੇ ਹਲਾਲ ਹੋਣ ਲਈ ਤਵਾਫ ਬਜਾ ਨਿਸਾਬ ਬਜਾ ਲਿਆਉਂਦੀ ਹਾਂ ਤੇ ਵਾਜਿਬ ਕੁਰਬਤ ਨੇ ਲੈ ਲਾ ਸੱਤ ਚੱਕਰ ਲਾਏ ਤੇ ਤਾਂ ਮੀਆਂ ਤੇ ਬੀਵੀ ਹਲਾਲ ਹੁੰਦੀ ਹੈ, ਬੀਵੀ ਤੇ ਮੀਆਂ ਹਲਾਲ ਹੁੰਦਾ ਤੇ ਇੱਥੋਂ ਤੁਰ ਪਏ ਹੱਜ ਨੂੰ ਉੱਥੇ ਨਾਮ ਤਵਾਫ ਨਿਸਾਬ ਲਿਆਂਦਾ ਇੱਥੋਂ ਘਰੋਂ ਲੈ ਬੀਵੀ ਹਲਾਲ ਲੈ ਕੇ ਗਏ ਵਾਪਸ ਆਏ ਤੇ ਹਰਾਮ ਬਣਾ ਕੇ ਜਿਹੜੇ ਅੱਗੋਂ ਅਬਦੁਲ ਜ਼ੁਬੈਰ ਤੇ ਫਲਾਣੇ ਤੇ ਅਬਦੁਲ ਤਵਾਫ ਜੰਮਣੇ ਨੇ ਉਹ ਮੀਆਂ ਬੀਵੀ ਦੀ ਮੁਲਾਕਾਤ ਤੇ ਜਿੰਨਾ ਚਿਰ ਤਵਾਫ ਨਿਸਾ ਨਾ ਹੋਵੇ ਹਰਾਮ ਹੈ ਤੇ ਜਿਹੜੇ ਜੰਮਣੇ ਨੇ ਹਰਾਮੀ ਉਹ ਮੌਲਾ ਅਲੀ ਨਾਲ ਮੁਹੱਬਤ ਕਿਵੇਂ ਕਰਨ। ਇਹ ਬੜੀ ਟੈਕਨੀਕਲ ਤਰੀਕੇ ਨਾਲ ਲੋਕਾਂ ਨੂੰ ਮੁਨਕਰ ਪੈਦਾ ਕੀਤਾ ਗਿਆ ਭੈਣ ਤੇ ਬੜੀਆਂ ਸਾਰੀਆਂ, ਫਿਰ ਮੈਂ ਇਹਨਾਂ ਚੀਜ਼ਾਂ ਬਹਿ ਜਾਵਾਂ। ਇੱਕੋ ਬਾਤ ਹੈ ਜਿਹੜੀ ਕਰਨਾ ਚਾਹੁੰਦਾ ਉਹ ਇਸ ਵਾਸਤੇ ਜ਼ਰੂਰੀ ਕਰਨਾ ਚਾਹੁੰਦਾ ਕਿ ਮੇਰੀ ਅੱਜ ਦੇ ਜਲਸੇ ਵਿੱਚ ਹੀ ਸ਼ਾਇਦ ਆਖਰੀ ਤਕਰੀਰ ਹੈ, ਉਹ ਇਹ ਕਰਨਾ ਚਾਹੁੰਦਾ ਕਿ ਮੇਰੇ ਉਸਤਾਦਾਂ ਵਿੱਚੋਂ ਉਨੀਆਂ ਵਿੱਚੋਂ ਦੋ ਉਸਤਾਦ ਸ਼ੀਆ ਹੋਏ। ਜਿਹੜਾ ਅਹਿਲ ਹਦੀਸ ਸੀ ਉਹ ਆਖਣ ਲੱਗਾ ਦਲਾਇਲ ਮੈਂ ਮੰਨਣਾ ਵੀ ਕੁਰਾਨ ਜੀ ਕਿਤਾਬ ਨਹੀਂ, ਅਹਿਲ ਬੈਤ ਜਾਂ ਖਾਨਦਾਨ ਨਹੀਂ, ਇਸ ਘਰ ਦੇ ਨਬੀ ਜਾਂ ਨਬੀ ਕੋਈ ਨਹੀਂ, ਇਸ ਘਰ ਦੇ ਵਲੀ ਜਾਂ ਵਲੀ ਕੋਈ ਨਹੀਂ, ਕਰਦੀ ਬੀਬੀ ਜੀ ਮੁਖਦਰਾ ਇਸਮੋ ਤੋਂ ਤਾਰਤ ਬੀਬੀ ਕੋਈ ਨਹੀਂ, ਇਸ ਘਰ ਦੇ ਜਵਾਨਾਂ ਜਾਂ ਜਵਾਨਾਂ ਨੇ ਜੰਨਤ ਦੇ ਸਰਦਾਰਾਂ ਜਾਂ ਜਵਾਨ ਕੋਈ ਨਹੀਂ, ਇਹ ਦਰੂਦੋ ਸਲਾਮ ਦੇ ਵਾਰਿਸ ਹੈ ਇਹਨਾਂ ਤੇ ਸਦਕਾ ਜ਼ਕਾਤ ਆਰਾਮ ਹੈ ਤਤਹੀਰ ਦੇ ਵਾਰਿਸ ਇਹਨਾਂ ਦੀ ਮੁਹੱਬਤ ਇਮਾਨ ਹੈ ਅਤੇ ਮੌਲਵੀ ਤਾਜਦੀਨ ਤੂੰ ਸ਼ਗਿਰਦ ਹੈ ਮੇਰਾ ਦਿਲ ਤੇ ਕਰਦਾ ਹੈ ਅਤੇ ਇਹਦਾ ਜਵਾਬ ਕੋਈ ਨਹੀਂ, ਵਾਕਈ ਕੋਈ ਜਵਾਬ ਨਹੀਂ, ਦਿਲ ਤੇ ਕਰਦਾ ਵੀ ਮੈਂ ਵੀ ਸ਼ੀਆ ਬਣ ਜਾਵਾਂ ਪਰ ਸ਼ੀਆਂ 'ਚ ਦੋ ਕਮਜ਼ੋਰੀਆਂ ਨੇ ਦੋ ਐਬ ਨੇ ਜਿਹੜੇ ਮੈਨੂੰ ਸ਼ੀਆ ਨਹੀਂ ਬਣਨ ਦੇ। ਮੈਂ ਕਿਹਾ ਜੀ ਮਿਹਰਬਾਨੀ ਫਰਮਾਓ ਤੁਸੀਂ ਕਿਹੜੇ ਐਬ ਨੇ, ਕਹਿਣ ਲੱਗਾ ਇੱਕ ਤਾਂ ਇਹ ਐਬ ਹੈ ਕਿ ਸ਼ੀਆ ਸਹਾਬਾ ਕਿਰਾਮ ਨੂੰ ਨਹੀਂ ਮੰਨਦੇ ਅਤੇ ਦੂਸਰਾ ਐਬ ਹੈ ਵੀ ਛੋਟੀ ਮਜਲਿਸ ਹੋਵੇ ਬੜੀ ਹੋਵੇ, ਅਲਮ ਰਾਤ ਹੋਵੇ ਦਿਨ ਹੋਵੇ, ਅਲਮ ਕਹਿੰਦਾ ਜਲ ਸੈਨ ਜਲ ਸੈਨ ਜਲ ਸੈਨ ਜਲ ਸੈਨ, ਜ਼ੁਲਮ ਖੁਦਾ ਦਾ ਇਮਾਮ ਹੁਸੈਨ ਸ਼ਹੀਦ ਹੈ ਜ਼ਿੰਦਾ ਹੈ ਤੇ ਜ਼ਿੰਦਾ ਦਾ ਮਾਤਮ ਕਿਹੜੀ ਕਿਤਾਬ ਵਿੱਚ ਲਿਖਿਆ। ਇਹ ਦੋ ਕਮੀਆਂ ਨਾਲ ਨਾ ਹੁੰਦੀ ਹੈ ਤੇ ਮੈਂ ਵੀ ਸ਼ਾਇਦ ਸਾਲ ਪਹਿਲਾਂ ਸ਼ੀਆ ਹੋ ਜਾਂਦਾ, ਮੇਰੇ ਉਸਤਾਦ ਨੇ ਫਰਮਾਇਆ। ਮੈਂ ਕਿਹਾ ਜੀ ਇਹ ਦੋ ਗੱਲਾਂ 'ਚੋਂ ਇੱਕ ਗੱਲ ਜਿਹੜੀ ਹੈ ਉਹ ਤੇ ਗਲਤ ਹੈ, 100% ਗਲਤ ਹੈ, 105% ਗਲਤ। ਜਿਹੜਾ ਤੁਸੀਂ ਫਰਮਾਇਆ ਸ਼ੀਆ ਸਹਾਬਾ ਇਕਰਾਮ ਨੂੰ ਨਹੀਂ ਮੰਨਦੇ, ਇਹਦਾ ਇੱਕੋ ਆਇਤ ਜਵਾਬ ਹੈ ਲਾਨਤੁਲਾਹ ਅਲਲ ਕਾਜ਼ਿਬੀ। ਦਰੇ ਰਸੂਲ ਔਰ ਬਤੂਲ ਤੋਂ ਲੈ ਕੇ ਪਾਕਿਸਤਾਨ ਤੱਕ ਦੁਨੀਆਂ ਦਾ ਕੋਈ ਸ਼ੀਆ ਮੈਂ ਕੁਰਾਨ 'ਤੇ ਹੱਥ ਰੱਖ ਕੇ ਨਿਆਂ ਦੇਣਾ ਸਹਾਬਾ ਇਕਰਾਮ ਦਾ ਮੁਨਕਰ ਨਹੀਂ। ਅਸਾਂ ਮੰਨਦੇ ਹਾਂ ਸਹਾਬਾ ਇਕਰਾਮ ਨੂੰ ਪਰ ਉਵੇਂ ਉਵੇਂ ਮੰਨਦੇ ਹਾਂ ਵੇ ਜੈ ਅੱਲਾ ਦਾ ਪਾਕ ਕੁਰਾਨ ਮਨਾਏ, ਉਂਝ ਨਹੀਂ ਮੰਨਦੇ ਜਿਵੇਂ ਮੌਲਵੀ ਫਜ਼ਲੁਰ ਰਹਿਮਾਨ ਫਰਮਾਏ। ਕੁਰਾਨ ਕਿਸੇ ਨੂੰ ਆਲਾ ਕਹਿ ਆਲਾ ਮੰਨਦੇ ਹਾਂ, ਕੁਰਾਨ ਕਿਸੇ ਨੂੰ ਅਦਰਾ ਕਹਿ ਅਦਰਾ ਮੰਨਦੇ ਹਾਂ, ਕੁਰਾਨ ਕਿਸੇ ਨੂੰ ਉੱਚਾ ਕਹਿ ਉੱਚਾ ਮੰਨਦੇ ਹਾਂ, ਕੁਰਾਨ ਕਿਸੇ ਨੂੰ ਜਿੱਕਾ ਕਹਿ ਜਿੱਕਾ ਮੰਨਦੇ ਹਾਂ, ਕੁਰਾਨੇ ਪਾਕ ਕਿਸੇ ਨੂੰ ਕਰਾਰ ਫਰਮਾਏ ਇਮਾਨ ਕੁਰਾਨ ਨਾਲ ਉਹਨੂੰ ਕਰਾਰ ਮੰਨਦੇ ਹਾਂ, ਕੁਰਾਨ ਕਿਸੇ ਨੂੰ ਫਰਾਰ ਦਿਖਾਏ ਮੰਨਦੇ ਹਾਂ ਮੁਤਾਬਿਕ ਕੁਰਾਨ, ਇੰਝ ਨਹੀਂ ਜਿਵੇਂ ਮੌਲਵੀ ਆਖੇ। ਜੇ ਸ਼ੀਆ ਸਹਾਬਾ ਇਕਰਾਮ ਦੇ ਮੁਨਕਰ ਹੁੰਦੇ ਤੇ ਬਲਾਲੇ ਹਬਸ਼ੀ ਸਵਾਬੀ ਰਸੂਲ ਨੂੰ ਵੀ ਨਾ ਮੰਨਦੇ, ਅਗਰ ਅਸੀਂ ਸ਼ੀਆ ਸਹਾਬਾ ਇਕਰਾਮ ਦੇ ਮੁਨਕਰ ਹੁੰਦੇ ਤੇ ਜਾਬਿਰ ਬਿਨ ਅਬਦੁੱਲਾ ਅਨਸਾਰੀ ਨੂੰ ਵੀ ਨਾ ਮੰਨਦੇ, ਅਗਰ ਸ਼ੀਆ ਸਹਾਬਾ ਇਕਰਾਮ ਦੇ ਮੁਨਕਰ ਹੁੰਦੇ ਅਬੂ ਅਯੂਬ ਅਨਸਾਰੀ ਜਿਹਦੇ ਘਰ ਵਿੱਚ ਜਿਹਦੇ ਵਿਹੜੇ ਵਿੱਚ ਹਜ਼ੂਰ ਦੀ ਡਾਚੀ ਗੋਡਾ ਨਵਾਇਆ ਸੀ ਤੇ ਹਜ਼ੂਰ ਨੇ ਡੇਰਾ ਲਾਇਆ ਸੀ, ਉਸ ਅਬੂ ਅਯੂਬ ਨੂੰ ਵੀ ਨਾ ਮੰਨਦੇ। ਅਗਰ ਸ਼ੀਆ ਸਾਹਬੇ ਨਬੀ ਦੇ ਮੁਨਕਰ ਹੁੰਦੇ ਸਲਮਾਨ ਫਾਰਸੀ ਸਾਹਬੀ ਰਸੂਲ ਨੂੰ ਵੀ ਨਾ ਮੰਨਦੇ, ਅਬੂ ਜ਼ਰ ਗਫਾਰੀ ਨੂੰ ਨਾ ਮੰਨਦੇ, ਮਿਕਦਾਦ ਬਿਨ ਅਸਫਦ ਨੂੰ ਨਾ ਮੰਨਦੇ, ਅਮਾਰੇ ਯਾਸਰ ਨੂੰ ਨਾ ਮੰਨਦੇ। ਅਗਰ ਸ਼ੀਆ ਸਾਹਬੇ ਨਬੀ ਦੇ ਮੁਨਕਰ ਹੁੰਦੇ ਤੇ ਹਜ਼ਰਤ ਅਬੀ ਤੁਫੈਲ ਸਾਹਬੀ ਰਸੂਲ ਨੂੰ ਵੀ ਨਾ ਮੰਨਦੇ, ਅਬੀ ਸ਼ਹੀਦ ਖੁਦਰੀ ਨੂੰ ਨਾ ਮੰਨਦੇ। ਬਾਬਾ ਅਗਰ ਸ਼ੀਆ ਸਾਹਬਾ ਇਕਰਾਮ ਦੇ ਮੁਨਕਰ ਹੁੰਦੇ ਅਬਦੁੱਲਾ ਬਿਨ ਅਬਾਸ ਨੂੰ ਨਾ ਮੰਨਦੇ, ਅਬਦੁੱਲਾ ਬਿਨ ਮਸੂਦ ਨੂੰ ਨਾ ਮੰਨਦੇ, ਅਗਰ ਸ਼ੀਆ ਸਾਹਬੇ ਨਬੀ ਦੇ ਮੁਨਕਰ ਹੁੰਦੇ ਬਾਬਾ ਤੇ ਹਜ਼ਰਤ ਅਬੂ ਬਕਰ ਤੇ ਪੁੱਤਰ ਮੁਹੰਮਦ ਬਿਨ ਅਬੂ ਬਕਰ ਦੀਆਂ ਜੁੱਤੀਆਂ ਸਿੱਧੀਆਂ ਕਰਨਾ ਬਾਇਸੇ ਸਵਾਬ ਨਾ ਸਮਝਦੇ। ਅਸਾਂ ਮੰਨਦੇ ਹਾਂ ਸਾਹਬਾ ਇਕਰਾਮ ਨੂੰ ਪਰ ਉਵੇਂ ਉਵੇਂ ਮੰਨਦੇ ਹਾਂ ਜਿਵੇਂ ਅੱਲਾਹ ਦਾ ਪਾਕ ਰਸੂਲ ਫਰਮਾਏ, ਉਂਝ ਨਹੀਂ ਮੰਨਦੇ ਜਿਵੇਂ ਮੌਲਵੀ ਫਜ਼ਲੁਰ ਰਹਿਮਾਨ ਫਰਮਾ। ਤੇ ਜਿਹੜਾ ਤੁਸੀਂ ਫਰਮਾਇਆ ਸ਼ੀਆ ਮਾਤਮ ਕਰਦੇ ਨੇ, ਇਹ ਗੱਲ ਸਹੀ, ਅਸੀਂ ਮਾਤਮ ਕਰਦੇ ਹਾਂ, ਮਜਲਿਸ ਛੋਟੀ ਹੋਵੇ ਬੜੀ ਹੋਵੇ ਮਾਤਮ ਕਰਦੇ,
बिस्मिल्लाह दी बे तो लैके वन्नास दे सीन तक 114 सूरतां 30 पारे 6,666 आयतां ਤੁਹਾਨੂੰ ਵੀ ਤੇ ਉਹਨਾਂ ਮੌਲਵੀਆਂ ਨੂੰ ਵੀ ਮੂੰਹ ਮੰਗਿਆ ਇਨਾਮ ਦੇਵਾਂ ਜਿਹੜਾ ਇੱਕ ਕੁਰਾਨ ਦੀ ਆਇਤ ਚ ਵਿਖਾ ਦੇਵੇ ਅੱਲਾਹ ਕੇ ਮਾਤਮ ਨਾ ਕਰੋ ਜਿੰਨੇ ਕੰਮ ਬੁਰੇ ਸਨ ਬੁਰਾਈਆਂ ਸਨ ਅੱਲਾਹ ਨੇ ਮਨਾ ਕਰ ਦਿੱਤਾ ਲਾ ਤਾਕੁਲੂ ਅਮਵਾਲ ਅਲ ਯਤੀਮ ਯਤੀਮ ਦਾ ਮਾਲ ਨਾ ਖਾਓ ਇਹ ਜਹਨਮ ਨੇ ਤੇ ਮਾਲ ਨਹੀਂ ਪੇਟਾਂ ਚ ਅੱਗ ਭਰ ਦਿਓ ਲਾ ਤਕਰਬੁਜ਼ ਜ਼ਨਾ ਫਾਇਨਾ ਕਾਨਾ ਫਾਇਸ਼ਾ ਜ਼ਨਾ ਬਦਕਾਰੀ ਦੇ ਕਰੀਬ ਨਾ ਜਾ ਮੁਸ਼ਾਸ਼ਰੇ ਦੀ ਤਬਾਹੀ ਹੈ ਤੁਹਾਡੇ ਕਲਚਰ ਦਾ ਖਾਤਮਾ ਹੈ ਇਨਮਲ ਖਮਰ ਵਲ ਮੈਸਰ ਵਲ ਅਨਸਾਬ ਵਲ ਇਜ਼ਾਮ ਰਿਸ਼ਮ ਅਲ ਅਮਲ ਸ਼ੈਤਾਨ ਹਰਮ ਅੱਲਾਹ ਅਲੈਕੁਮ ਅਲ ਮੈਤਾ ਵਦ ਦਮਾ ਵਲ ਅਹਮ ਅਲ ਖਿੰਜ਼ੀਰ ਵ ਮਾ ਅਹਿਲਾ ਬਹੀ ਲੈ ਗੈਰ ਅੱਲਾ ਅਗਰ ਇਮਾਮ ਹੁਸੈਨ ਦੇ ਗਮ ਚ ਰੋਣਾ ਪਿੱਟਣਾ ਮਾਤਮ ਕਰਨਾ ਵੀ ਕੋਈ ਬੁਰਾਈ ਸੀ ਤੇ ਅੱਲਾ ਨੇ ਪੂਰੇ ਕੁਰਾਨ ਚ ਕੋਈ ਆਇਤ ਘੱਲ ਕੇ ਰੋਕਿਆ ਕਿਉਂ ਨੀ ਜੇ ਹੈ ਤੇ ਇੱਕ ਮੈਨੂੰ ਮੌਲੀ ਕਹਿਣ ਲੱਗਾ ਇੱਕ ਆਇਤ ਨਹੀਂ ਮੈਂ ਆਇਤ ਕਿ ਦਰਿਆ ਬਹਾ ਦੂੰਗਾ ਤੇ 3 ਘੰਟੇ ਦੇ ਮੁਨਾਜ਼ਰੇ ਚ 2 ਆਇਤਾਂ ਕੱਢੀਆਂ ਇੱਕ ਤੇ ਆਪ ਪੜੀ ਲਾ ਤਕੂਲ ਲਮੈ ਯਕਤਲ ਫੀ ਸਬੀਲ ਲਾ ਮਵਾਤ ਬਲਾ ਯਾ ਵਲਾ ਕਿਲਾ ਤਸ਼ਰੂ ਜਿਹੜੇ ਅੱਲਾ ਦੀ ਰਾਹ ਕਤਲ ਹੋ ਗਏ ਉਹਨਾਂ ਨੂੰ ਮੁਰਦਾ ਨਾ ਕਹੋ ਜ਼ਿੰਦਾ ਨੇ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦਾ ਸ਼ਹੂਰ ਨਹੀਂ ਮੈਂ ਕਿ ਕਾਜ਼ੀ ਸਾਹਿਬ ਇਹ ਆਇਤ ਚ ਅੱਲਾ 3 ਗੱਲਾਂ ਦੱਸੀਆਂ ਸ਼ਹੀਦ ਨੂੰ ਮੁਰਦਾ ਨਾ ਕਹੋ ਅਸੀਂ ਨਹੀਂ ਕਹਿੰਦੇ ਜ਼ਿੰਦਾ ਮੰਨੋ ਅਸੀਂ ਮੰਨਦੇ ਹਾਂ ਅੱਲਾ ਕਹਿੰਦਾ ਤੁਹਾਨੂੰ ਪਤਾ ਨਹੀਂ ਕਿਵੇਂ ਜਿੰਦਾ ਨੇ ਕਬਰ ਚ ਮੈਂ ਬਰਜ਼ਖ ਚ ਉਹਨਾਂ ਰਿਜ਼ਕ ਵੀ ਸਪਲਾਈ ਕਰਨਾ ਅੱਲਾ ਕੁਰਾਨ ਨੇ ਫਰਮਾਇਆ ਇਮਾਨ ਬਿਲ ਗਾਇਬ ਲੈ ਗਏ ਆਇਤ ਚ ਲਫ਼ਜ਼ ਕਿਹੜਾ ਜਿਹਦਾ ਤਰਜਮਾ ਮਾਤਮ ਨਾ ਕਰੋ ਡਬਲ ਐਮਏ ਸੀ ਮੈਨੂੰ ਕਹਿੰਦਾ ਇਹਦਾ ਮਤਲਬ ਹੋਇਆ ਵੀ ਤੁਹਾਡੇ ਸ਼ੀਆਂ ਵਿੱਚ ਜ਼ਰਾ ਬਰਾਬਰ ਵੀ ਸੈਂਸ ਨਹੀਂ ਮੈਂ ਜ਼ਿੰਦਗੀ ਚ ਸੈਂਸ ਦਾ ਲਫ਼ਜ਼ ਕਿਸੇ ਮੁਨਾਜ਼ਰੇ ਪਹਿਲੀ ਦਫ਼ਾ ਸੁਣਿਆ ਮੈਂ ਕਿਹਾ ਕਾਜ਼ੀ ਸਾਹਿਬ ਸੈਂਸ ਕਿਹਨੂੰ ਆਉਂਦੇ ਆਖੇ ਇਹ ਅੰਗਰੇਜ਼ੀ ਦਾ ਲਫ਼ਜ਼ ਹੈ ਇਹਦਾ ਮਾਨਾ ਹੈ ਅਕਲ ਸੈਂਸੀਅਰ ਆਦਮੀ ਸਮਝਦਾਰ ਅਕਲਮੰਦ ਮੈਂ ਕਿਹਾ ਤੇ ਕਿਹੜੀ ਜ਼ਬਾਨ ਦਾ ਲਫ਼ਜ਼ ਦੇ ਕੇ ਅੰਗਰੇਜ਼ੀ ਦਾ ਮੈਂ ਕਿਹਾ ਸੁਭਾਨ ਅੱਲਾ ਮੇਰੇ ਨਾਲ ਅੰਗਰੇਜ਼ੀ ਬੋਲਦੇ ਪਏ ਜਾਂ ਦੋ ਮਰਾ ਬੋਲ ਚਾਲ ਦੀ ਵਜ੍ਹਾ ਬੋਲਿਆ ਮੈਂ ਕਿਹਾ ਨਬੀ ਪਾਕ ਦਾ ਫਰਮਾਨ ਜੋ ਹੈ ਕਿ ਕੱਲੇ ਮੁਨੂੰ ਨਾਸ ਆਲਾ ਕਦਰੇ ਅਕੂਲ ਹੈ ਜਿਹਦੇ ਨਾਲ ਗੱਲ ਕਰੋ ਦੀ ਸਮਝ ਤੇ ਫਹਿਮ ਦੇ ਮੁਤਾਬਕ ਕਲਾਮ ਕਰੋ ਮੈਂ ਜੋ ਅੰਗਰੇਜ਼ੀ ਸੀ ਏ ਬੀ ਸੀ ਜੀ ਵੀ ਨਹੀਂ ਜਾਣਦਾ ਤੁਸੀਂ ਇਹ ਹਦੀਸ ਹੋ ਕੇ ਨਬੀ ਦੀ ਹਦੀਸ ਛੱਡੀ ਕਿਉਂ ਮੇਰੇ ਨਾਲ ਅੰਗਰੇਜ਼ੀ ਬੋਲੀ ਕਿਉਂ ਪਹਿਲੇ ਦਾ ਜਵਾਬ ਕਹਿੰਦਾ ਛਿੰਨ ਕਿਹੜੀ ਗੱਲ ਦਾ ਪਾਇਆ ਮੈਂ ਤਰਜਮਾ ਕਰਦਾ ਤੁਹਾਡੇ ਚੱਕਲ ਕੋਲ ਤੁਹਾਡੇ ਸਾਰੇ ਸ਼ੀਆਂ ਚੱਕਲ ਕੋਲ ਮੈਂ ਕਿਹਾ ਕਿਵੇਂ ਸ਼ਹੀਦ ਨੂੰ ਜ਼ਿੰਦਾ ਤੇ ਮੰਨਦੇ ਹੋ ਮੈਂ ਕਿਹਾ ਮੰਨਦੇ ਮੁਰਦਾ ਤਾਂ ਨਹੀਂ ਨਾ ਮੈਂ ਕਿਹਾ ਬਿਲਕੁਲ ਨਹੀਂ ਤੇ ਜਦੋਂ ਸ਼ਹੀਦ ਜ਼ਿੰਦਾ ਤੇ ਹਾਇਬ ਹੁਸੈਨ ਟੋਲੀਆ ਬਣਾ ਕੇ ਹਾਇਬ ਹੁਸੈਨ ਹਿਮਾਕਤ ਨਹੀਂ ਔਰ ਕਿਆ ਜਾਲਤ ਨਹੀਂ ਔਰ ਕਿਆ ਬੇਦਤ ਨਹੀਂ ਔਰ ਕਿਆ ਖਿਲਾਫ ਸ਼ਰਾ ਨਹੀਂ ਔਰ ਕਿਆ ਹਰਾਮ ਨਹੀਂ ਔਰ ਕਿਆ ਜਵਾਬ ਦੇ ਅੱਖਾਂ ਕੱਢ ਕੇ ਮੇਰੇ ਵੱਲੋਂ ਘੂਰ ਕੇ ਫਰਮਾਇਆ ਮੈਂ ਕਿਹਾ ਮਾਸ਼ਾਅੱਲਾ ਸੁਭਾਨ ਅੱਲਾ ਸ਼ਹੀਦ ਨੂੰ ਜ਼ਿੰਦਾ ਹੈ ਤੇ ਜ਼ਿੰਦਾ ਦਾ ਮਾਤਮ ਕਰਨਾ ਹਰਾਮ ਹੈ ਇਸਤਦਲਾਲ ਹੈ ਤੁਹਾਡਾ ਆਇਤੇ ਤੇ ਲਫ਼ਜ਼ ਕੋਈ ਨਹੀਂ ਕਹਿੰਦੇ ਨਹੀਂ ਬੱਚਾ ਇਸਤਦਲਾਲ ਹੈ ਮੈਂ ਕਿਹਾ ਜੇ ਜ਼ਿੰਦਾ ਦੇ ਗਮ 'ਚ ਰੋਣਾ ਪਿੱਟਣਾ ਜਹਾਲਤ ਹੈ ਤੇ ਆਹ ਤਫਸੀਰ ਇਬਨੇ ਕਸੀਰ ਜਲਦ 2:358 ਆਇਤੇ ਗਾਰ ਦੇ ਤਾਰ ਇਬਨੇ ਕਸੀਰ ਰਵਾਇਤ ਦਰਜ ਕਰਦਾ ਹੈ ਫਜਾਲਾ ਅਬੂ ਬਕਰ ਨੇ ਯਜਜ਼ਾਓ حضرت ابو بکر غار میں رو پیٹ رہے تھے جزا فضا فرما رہے تھے رسول اللہ صلی اللہ علیہ وسلم کہہ کے تسلیاں دے رہے سن تے حضرت ابو بکر غار ہے کدے غم وچ رو پٹ رہے سن تے رسول دی فکر نہ وہ اپنی فکر ہوئے تے محلے نظر ہے میں انہاں دی توہین نہیں کردا میں انہاں دی اردو ودا کے شان بیان کرنا حضور دے یار غار سن شمع رسالت دے پروانے سن ਪਰ ਰੋਏ ਪਿੱਟੇ ਇਸ ਵਾਸਤੇ ਕਿ ਕੋਈ ਬੇਈਮਾਨ ਮੇਰੇ ਪਾਕ ਹਬੀਬ ਨੂੰ ਗਾਰ 'ਚ ਵੜ ਕੇ ਮੇਰੇ ਸਾਹਮਣੇ ਕਤਲ ਨਾ ਕਰਦੇ ਅਤੇ ਜੇ ਜ਼ਿੰਦਾ ਦਾ ਗਮ ਦਾ ਮਾਤਮ ਕਰਨਾ ਹਰਾਮ ਸੀ ਤਾਂ ਹਜ਼ਰਤ ਅਬੂ ਬਕਰ ਗਾਰ 'ਚ ਫੇਲ ਆਰਾਮ ਕੀਤਾ ਕਿਉਂ ਪਹਿਲਾਂ ਇਹਦਾ ਜਵਾਬ ਦੇ ਬਾਬੇ ਹੋਰਾਂ ਇਹ ਬਿਦਤ ਕਿਉਂ ਕੀਤੀ ਕਿ ਹਜ਼ਰਤ ਅਬੂ ਬਕਰ ਗਾਰ 'ਚ ਜ਼ਿੰਦਾ ਰਸੂਲ ਦੇ ਗਮ 'ਚ ਰੋ ਪਿੱਟ ਕੇ ਰਜ਼ੀ ਅੱਲਾਹ ਤਾਲਾ ਨੂੰ ਰਹਿ ਸਕਦੇ ਹਨ ਅਜੇ ਇਮਾਮ ਹੁਸੈਨ ਦੇ ਗਮ 'ਚ ਮਾਤਮ ਕਰਕੇ ਮੋਮਿਨ ਨਹੀਂ ਰਹਿੰਦੇ ਕਿਸੇ ਦੀ ਕਿਆ ਮਜਾਲ ਹੈ ਇਮਾਮ ਹੁਸੈਨ ਦੇ ਮਾਤਮੀਆਂ ਨੂੰ ਕਾਫਰ ਕਹੇ ਤੇ ਇਸਲਾਮੋ ਬਾਹਰ ਕੱਢੇ ਸਾਰੀ ਨਸਲ ਨਾ ਮੈਂ ਸਿਰੇ ਤੇ ਪਹੁੰਚਾ ਦਿਆ ਦਹਿਸ਼ਤਗਰਦਾਂ ਦਾ ਸਾਥੀ ਨਹੀਂ ਪਰ ਇਹ ਫੇਲ ਹਰਾਮ ਹੈ ਕਿਸੇ ਜਾਇਦ ਨੂੰ ਨਜਾਇਜ਼ ਕਰ ਦੇਣਾ ਆਪਣੇ ਕੋਲੇ ਨਜਾਇਜ਼ ਨੂੰ ਜਾਇਜ਼ ਬਣਾ ਦੇਣਾ ਆਪਣੇ ਕੋਲੇ ਇਹ ਹਰਾਮ ਕਰਨ ਤੇ ਆਏ ਤੇ ਇਮਾਮ ਦਾ ਗਮ ਹਰਾਮ ਕਰ ਦਿੱਤਾ 46 ਕੁਤਬੇ ਹਦੀਸ ਅਹਿਲ ਸੁਨਤ ਵਿੱਚ ਰਸੂਲ ਪਾਕ ਦਾ ਗਮੇ ਹੁਸੈਨ 'ਚ ਰੋਣਾ ਸਾਬਤ ਹੈ ਕਿੰਨੀਆਂ ਕਿਤਾਬਾਂ 'ਚ ਤੇ ਜੇ ਜ਼ਿੰਦਾ ਹੁਸੈਨ ਦੇ ਗਮ 'ਚ ਰਸੂਲ ਰੋਏ ਨੇ ਤੇ ਮੌਲੀ ਗੁਲਾਮ ਰਸੂਲ ਨੂੰ ਕਿਹੜੀ ਤਕਲੀਫ
ਬਰਾਮਦ ਸਾਬਿਤ ਨਾ ਕਰ ਸਕੇ। ਮੈਨੂੰ ਵੀ ਉੱਧਰ 28 ਵਰੇ ਤਰਾਵੀਆਂ ਪੜ੍ਹਾਈਆਂ ਨੇ, ਕੋਈ ਆਇਤ ਨਹੀਂ ਲੱਭੀ ਜਿਹੜੇ ਆਖੇ ਮਾਤਮ ਆਰਾਮ ਹੈ। ਤੇ ਹੁਣ 40 ਸਾਲ ਇਹ ਮੁਨਾਜ਼ਰੇ ਕਰਦਾ, ਕਿਸੇ ਮੌਲਵੀ ਨੇ ਨਾ ਅਦਾਲਤ ਵਿੱਚ ਨਾ ਪਬਲਿਕ ਵਿੱਚ ਇੱਕ ਆਇਤ ਨਹੀਂ ਵਿਖਾਈ, ਅੱਲਾਹ ਕਿ ਛਾਤੀ ਤੇ ਮਾਤਮ ਨਾ ਕਰੋ, ਮੂੰਹ ਤੇ ਪੀਟੋ ਮਾਤਮ, ਕੋਈ ਨਹੀਂ ਵਿਖਾ ਸਕਿਆ। ਤੇ ਜਦੋਂ ਅੱਲਾਹ ਨੇ ਮਨਾ ਨਹੀਂ ਕੀਤਾ ਤੇ ਮੌਲਵੀ ਅਬਦੁੱਲਾ ਨੂੰ ਕਿਉਂ ਇਲਮ ਹੈਦਾ ਕਰ ਦਿੱਤਾ? ਅਸੀਂ ਇਸ ਵਾਸਤੇ ਮਾਤਮ ਨਹੀਂ ਕਰਦੇ ਕਿ ਅਬੂ ਹੁਰੈਰਾ ਪਿੱਟੇ ਨੇ, ਜਾਂ ਬਲਾਲ ਪਿੱਟੇ ਨੇ, ਜਾਂ ਗਾਰ ਚ ਹਜ਼ਰਤ ਅਬੂ ਬਕਰ ਪਿੱਟੇ ਨੇ, ਜਾਂ ਤਲਾਕ ਅਫਸਾ ਤੇ ਹਜ਼ਰਤ ਉਮਰ ਪਿੱਟੇ ਨੇ, ਜਾਂ ਹਜ਼ੂਰ ਦੇ ਹੁਕਮ ਨਾਲ ਹਮਜ਼ਾ ਸ਼ਹੀਦ ਦੇ ਮਾਤਮ ਹੋਏ ਨੇ ਤੇ ਮਦੀਨੇ ਦੀ ਗਲੀਆਂ 'ਚ ਹੋਏ ਨੇ, ਅਸੀਂ ਇਸ ਵਾਸਤੇ ਮਾਤਮ ਕਰਨੇ ਆ ਜ਼ਾਰਾ ਦੇ ਚੰਨ ਦੇ ਲਾਸ਼ੇ ਤੇ ਬਤੂਲ ਦੀਆਂ ਧੀਆਂ ਤੇ ਨੂੰਹਾਂ ਕਰਬਲਾ ਦੇ ਟਿੱਬਿਆਂ ਤੇ ਜੋ ਮਾਤਮ ਕਰਕੇ ਗਈਆਂ। ਤਾਰੀਖ ਕਾਮਿਲ ਅਲ ਵਿਦਾਇਆ ਵਨ ਨਿਹਾਇਆ ਇਬਨ ਕਸੀਰ ਸ਼ਾਮੀ ਤਾਰੀਖ ਤਬਰੀ ਜਦੋਂ ਆਈ ਹੈ ਨਾ ਸ਼ਰੀਕਤ ਉਲ ਹੁਸੈਨ, ਹੁਸੈਨ ਦੀ ਹੁਸੈਨ ਭੈਣ, ਹੁਸੈਨ ਮਜ਼ਲੂਮ ਦੇ ਲਾਸ਼ੇ ਤੇ ਬੀਬੀਆਂ ਟਾਈ ਮਾਰ ਕੇ ਰੁਨੀਆਂ, ਗੇਰੇ ਬਾਂਦ ਚਾਹ ਕੀਤੇ, ਸਿਰਾਂ ਵਿੱਚ ਕਰਬਲਾ ਦੀ ਖਾਕ। ਸਭ ਤੋਂ ਪਹਿਲੇ ਮਾਤਮ ਹੁਸੈਨ ਮਜ਼ਲੂਮ ਦਾ ਕਰਬਲਾ ਵਿੱਚ ਰਸੂਲ ਜ਼ਾਦੀਆਂ ਕੀਤਾ ਜੀ, ਤੇ ਸੱਜਾਦ ਤੇ ਬਾਕਰ ਕਰਾਇਆ। ਸਭ ਤੋਂ ਪਹਿਲੇ ਹੁਸੈਨ ਮਜ਼ਲੂਮ ਦੇ ਗਮ ਚ ਨੋਹਾ ਕਰਬਲਾ ਦੇ ਟਿੱਬਿਆਂ ਤੇ ਜ਼ੈਨਬ ਨੇ ਪੜਿਆ। ਹੁਣ ਤੇ ਆ ਕਨਾਤਾਂ ਤਣੀਆਂ ਹੋਈਆਂ, ਪਰਦੇ ਬਣੇ ਹੋਏ ਨੇ, ਮੇਰੀ ਕੌਮ ਦੀ ਇੱਜ਼ਤ, ਮੇਰੀ ਗੈਰਤ, ਮੇਰੀਆਂ ਮਾਵਾਂ, ਮੇਰੀਆਂ ਭੈਣਾਂ, ਮੇਰੀਆਂ ਬੱਚੀਆਂ ਪਰਦੇ 'ਚ ਬਹਿ ਕੇ ਮਜਲਿਸ ਸੁਣ ਰਹੀਆਂ ਨੇ। ਆ ਕੁਰਾਨ ਮੇਰੇ ਹੱਥ ਤੇ ਅਨਸਾਰ ਤੇ 48 ਕੁਤਬੇ ਤਾਰੀਖ ਮੇਰੀ ਲਾਇਬ੍ਰੇਰੀ ਵਿੱਚ ਜ਼ੈਨਬ ਨੂੰ ਨੋਹਾ ਖਾਨੀ ਲਈ ਕਿਸੇ ਪਰਦਾ ਬਣਾ ਕੇ ਨਹੀਂ ਦਿੱਤਾ, ਬਲਕਿ ਖੈਮੇ ਜਲਾਏ, ਪਰਦੇ ਲੁੱਟੇ, ਸਿਰਾਂ ਵਿੱਚ ਕਰਬਲਾ ਦੀ ਖਾ ਕੇ ਉਹਦਾ ਪਰਦਾ ਸੱਜਾਦ ਸਰਕਾਰ ਨੇ ਬਣਾਇਆ। ਸਭ ਤੋਂ ਪਹਿਲੇ ਮਾਤਮ ਹੁਸੈਨ ਮਜ਼ਲੂਮ ਦਾ ਕਰਬਲਾ ਵਿੱਚ ਰਸੂਲ ਜ਼ਾਦੀਆਂ ਕੀਤਾ, ਸੱਜਾਦ ਤੇ ਬਾਕਰ ਕਰਾਇਆ। ਸਭ ਤੋਂ ਪਹਿਲੇ ਮਜ਼ਲੂਮ ਦੇ ਲਾਸ਼ੇ ਤੇ ਨੋਹਾ ਜ਼ੈਨਬ ਨੇ ਪੜ੍ਹੇ। ਇਬਨ ਕਸੀਰ ਅਲ ਬਿਦਾਇਆ ਵਨ ਨਿਹਾਇਆ ਜਿਲਦ 8 ਚ ਲਿਖਦਾ, ਬੀਬੀ ਕਦੀ ਵੇਖੇ ਹੁਸੈਨ ਪਾਕ ਦੇ ਕੱਟੇ ਹਲਕੂਮ ਵੱਲ, ਕਦੀ ਬੀਬੀ ਮਦੀਨ ਚਾਹ ਰੁਖ ਅਨਵਰ ਤੇ ਵੇਖੇ ਮਦੀਨਾ ਮੁਸਤਫਾ ਵੱਲ। ਤੇ ਜਿਹੜੇ ਲਫ਼ਜ਼ ਪੜ੍ਹੇ ਨੇ ਬੀਬੀ ਦੇ ਨੋਹੇ ਦੇ ਇਬਨ ਕਸੀਰ ਨੇ ਲਿਖੇ ਨੇ, ਮੈਂ ਤੁਹਾਨੂੰ ਸੁਣਾ ਦਿੰਦਾ ਤਾਂ ਕਿ ਸ਼ਹਾਦਤ ਹੋਵੇ ਕਿ ਬੀਬੀ ਦਾ ਨੋਹਾ ਪੜ੍ਹਦਾ ਰਿਹਾ, ਕਦੀ ਮਦੀਨੇ ਵੱਲ, ਕਦੀ ਹੁਸੈਨ ਦੇ ਕੱਟੇ ਹਲਕੂਮ ਵੱਲ। ਫਰਮਾਏ ਵਾਹ ਮੁਹੰਮਦ ਆਹ, ਵਾਹ ਮੁਹੰਮਦ ਆਹ, ਸੱਲਾ ਅਲੈਕ ਅੱਲਾਹ ਵ ਮਲਿਕੁ ਸਮਾ, ਹਾਏ ਮੇਰੇ ਨਾਨਾ ਰਸੂਲ, ਹਾਏ ਮੇਰੇ ਨਾਨਾ ਰਸੂਲ, ਅੱਲਾਹ ਤੇ ਫਰਿਸ਼ਤੇ ਤੇਰੇ ਤੇ ਦਰੂਦੋ ਸਲਾਮ ਪੈ ਪੜ੍ਹਦੇ। ਆਹ ਦਰੂਦੋ ਸਵਾਲ ਸਲਾਮ ਦਾ ਵਾਰਸ ਹੁਸੈਨ ਕੱਲ ਦਾ ਕਰਬਲਾ ਦੇ ਟਿੱਬਿਆਂ ਤੇ ਕੁੱਠਾ ਪਿਆ। ਨਾਨਾ ਬੇਹਵਾ ਹਯਾਵਾ, ਯਜ਼ੀਦੀਆਂ ਨੇ ਆਪਣੇ ਦਫ਼ਨ ਕੀਤੇ, ਤੇਰੇ ਪੁੱਤਰ ਦਾ ਲਾਸ਼ਾ ਕੱਲ ਦਾ ਬੇਗੌਰ ਕਫਨ ਪਿਆ। ਕਰਬਲਾ ਦੀ ਰੇਤ ਵੀ ਉੜਦੀ, ਖੁਦ ਖੁਦ ਮਜ਼ਲੂਮ ਨੂੰ ਦਫ਼ਨ ਵੀ ਕਰਦੀ। ਵਾ ਬਦਾ ਤੋਂ ਕ ਸਬਾਇਆ ਤੇ ਨਾਨਾ, ਇਹ ਮਸਲਾ ਜ਼ੈਨਬ ਦੀ ਸਮਝ ਵਿੱਚ ਨਹੀਂ ਪਿਆ ਆਉਂਦਾ ਕਿ ਅਸਾਂ ਧੀਆਂ ਵੀ ਤੇਰੀਆਂ ਤੇ ਕੈਦੀ ਵੀ ਤੇਰੀ ਉਮਤ ਦੀਆਂ। ਕੁਰਾ ਬਿਨ ਕੈਸ ਰਾਵੀ ਕਹਿੰਦੇ, ਅਬ ਕਤ ਵੱਲਾ ਹੈ ਕੁੱਲਾ ਅਦੂਵੇਂ ਵਾ ਸਦੀਕ, ਜ਼ੈਨਬ ਦੇ ਨੋਹਾ ਮਾਤਮ ਨੇ ਹਰ ਸੱਜਣ ਦੁਸ਼ਮਣ ਨੂੰ ਮਾਤਮ ਤੇ ਮਜਬੂਰ ਕਰ ਦਿੱਤਾ। 9ਵੀਂ ਮੁਹਰਮ ਨੂੰ ਜਿਹੜੇ ਤਾਦਾ ਦਮ ਫੌਜ ਚ ਆਏ ਸਨ ਸਿਪਾਹੀ ਯਜ਼ੀਦ ਦੇ, ਉਹਨਾਂ ਨੂੰ ਇਹ ਦੱਸਿਆ ਗਿਆ ਸੀ ਜੰਗ ਬਾਗੀਆਂ ਨਾਲ ਜਬ ਤੱਕ ਜਾਰੀ ਰਹੀ, 2 ਮੁਹਰਮ ਤੋਂ ਲੈ ਕੇ ਜੰਗ ਬਾਗੀਆਂ ਨਾਲ। ਉਹ 9 ਨੂੰ ਪਹੁੰਚੇ, ਉਹਨਾਂ ਨੇ ਜਦੋਂ ਬੀਬੀ ਦਾ ਨੋਹਾ ਸੁਣਿਆ ਨਾ, ਬਾਬਾ ਨਾ ਤੋਂ ਕਾ ਸਬਾਇਆ, ਇੱਕ ਦੂਜੇ ਨੂੰ ਪੁੱਛਦੇ ਨੇ, ਸਾਨੂੰ ਤੇ ਦੱਸ ਪੈਂਦੀ ਸੀ ਜੰਗ ਬਾਗੀਆਂ ਨਾਲ, ਅਗਰ ਮਰੀਮਨ ਵਾਲਾ ਬਾਗੀ ਸੀ ਤੇ ਰੋਣ ਪਿੱਟਣ ਵਾਲੀਆਂ ਰਸੂਲ ਦਾ ਨਾਂ ਲੈ ਲੈ ਕੇ ਕਿਉਂ ਭਈਆ ਵੈਣ ਕਰਦੀਆਂ? ਪਤਾ ਕਰੋ ਕੌਣ ਮਾਰਿਆ ਗਿਆ, ਪਤਾ ਕਰੋ ਉਹਦਾ ਮਕਾਮ ਕੀ ਹੈ। ਉਹ ਜਿਹਨੂੰ ਪੁੱਛਣ ਦੱਸੇ, ਕੋਈ ਨਾ ਖਾਮੋਸ਼ ਹੋ ਜਾ। ਕਿਸੇ ਨੇ ਆਖਿਆ, ਇੱਥੇ ਨਹੀਂ ਪਤਾ ਲੱਗਣਾ, ਉਹਨਾਂ ਬਦਮਾਸ਼ਾਂ ਨੂੰ ਪੁੱਛੋ ਜਿੱਥੇ ਅੰਮ੍ਰਿਤਸਰ ਤੇ ਸ਼ਿਮਰ ਬੈਠੇ ਨੇ ਟਿੱਬੇ ਤੋਂ, ਉਹਨਾਂ ਬਦਮਾਸ਼ਾਂ ਨੂੰ ਪੁੱਛੋ ਕੌਣ ਮਾਰਿਆ ਗਿਆ, ਤੁਸੀਂ ਤੇ ਕਹਿੰਦੇ ਤੋ ਬਾਗੀ ਮਾਰਿਆ ਗਿਆ। 30 ਤੋਂ ਕਮ ਸੇ ਕਮ ਤਾਦਾਦ 30 ਮਿਲਦੀ ਹੈ ਮੇਰੀ ਨੋਟਬੁੱਕ ਵਿੱਚ, ਤੇ ਜ਼ਿਆਦਾ ਜ਼ਿਆਦਾ 60 ਲਸ਼ਕਰੇ ਯਜ਼ੀਦ ਦੇ ਤਾਜ਼ਾ ਦਮ ਫੌਜ ਦੇ ਸਿਪਾਹੀ ਜਿਹੜੇ ਹਾਲੀ ਲੜ ਨਹੀਂ ਸਕੇ ਅਹਿਲੇ ਬੈਤ ਨਾਲ। ਉਹ ਬੀਬੀ ਦਾ ਨਾ ਪਾਤਮ ਕਰਕੇ ਮਜਬੂਰ ਹੋਏ ਪੁੱਛਣ ਤੇ ਕੌਣ ਮਾਰਿਆ ਗਿਆ, ਕਿਸੇ ਨਾ ਦੱਸਿਆ, ਨਾ ਦੱਸਣਾ ਆਏ ਨਾ ਦੱਸਿਆ। ਇੱਕ ਸਿਹਾਬੀ ਜ਼ਾਦਾ ਜਿਹਦਾ ਨਾਂ ਸੀ ਅਬਦੁੱਲਾ ਬਿਨ ਹੰਜ਼ਲਾ, ਨੋਟ ਕਰੋ ਬੜੀ ਕੰਮ ਦੀ ਗੱਲ, ਇਹ ਹੰਜ਼ਲਾ ਸਵਾਬੀ ਹੋਵੇ, ਗਸੀਲ ਉਲ ਮਲਾਇਕਾ,
ਜਿਹੜਾ ਰਾਤ ਪਰਨਿਆਂ ਗਿਆ, ਸਵੇਰੇ ਐਲਾਨੇ ਜੰਗ ਹੋ ਗਿਆ, ਸਰਕਾਰ ਨਾਲ ਜਹਾਦ ਵਿੱਚ ਗਿਆ, ਉੱਥੇ ਹੀ ਸ਼ਹੀਦ ਹੋ ਗਿਆ। ਜਦੋਂ ਵਾਪਸ ਆਇਆ ਤਾਂ ਉਹਦੀ ਬੀਵੀ ਆਖਿਆ, ਯਾ ਰਸੂਲ ਅੱਲਾ, ਮੈਂ ਇਕੱਲਾ ਇੱਕ ਮਸਲਾ ਤੁਹਾਡੇ ਕੋਲ ਪੁੱਛਣਾ ਪੁੱਛਿਆ। ਉਹਨਾਂ ਆਖਿਆ ਵੀ ਇਹ ਜਿਹੜਾ ਬੱਚਾ ਮੇਰਾ ਖਾਵਨ ਦੇ, ਉਸ 'ਤੇ ਗੁਸਲੇ ਜਨਾਬਤ ਉਹਦੇ 'ਤੇ ਵਾਜਿਬ ਸੀ ਅਤੇ ਤੁਹਾਡੇ ਐਲਾਨ 'ਤੇ ਜਲਦੀ ਕਰਕੇ ਟੁਰ ਗਿਆ ਜੰਗ 'ਚ, ਤਾਂ ਉਹਨੇ ਗੁਸਲ ਵੀ ਨਹੀਂ ਕੀਤਾ। ਅਤੇ ਰਸੂਲ ਪਾਕ ਨੇ ਫਰਮਾਇਆ, ਗਸੀਲ ਉਲ ਮਲਾਇਕਾ, ਤੂੰ ਨਹੀਂ ਉਹਨੂੰ ਗੁਸਲ ਦਿੱਤਾ, ਆਪ ਨਹੀਂ ਉਹਨੇ ਕੀਤਾ, ਉਹਨੂੰ ਮਲਾਇਕਾ ਕਿਰਾਮ ਨੇ ਗੁਸਲ ਦੇ ਦਿੱਤਾ। ਹਮਜ਼ਲਾ ਗਸੀਲ ਉਲ ਮਲਾਇਕਾ, ਮਲਾਇਕਾ ਜਿਹਨੂੰ ਗੁਸਲ ਦੇਣ, ਉਹ ਬੰਦਾ ਕਿਸ ਸ਼ਾਨ ਦਾ ਹੋਏਗਾ। ਉਹਦਾ ਪੁੱਤਰ ਆਈ ਅਬਦੁੱਲਾ ਬਿਨ ਹਮਜ਼ਲਾ, ਉਹਨੇ ਆਖਿਆ ਮੈਂ ਦੱਸਣਾ ਕੌਣ ਮਾਰਿਆ ਗਿਆ। ਬੰਦੇ ਚੁਫੇਰਿਓ ਇਕੱਠੇ ਹੋ ਗਏ, ਤੈਨੂੰ ਕਹਿ ਦੱਸਿਆ ਕੌਣ ਮਾਰਿਆ ਗਿਆ, ਤੂੰ ਸਾਨੂੰ ਖਬਰ ਦੇਣਾ, ਤੈਨੂੰ ਕਿਵੇਂ ਪਤਾ ਚੱਲਿਆ? ਉਹਨੇ ਆਖਿਆ ਮੈਨੂੰ ਕਿਸੇ ਨਹੀਂ ਦੱਸਿਆ, ਪਰ ਅਸ ਬੜੀ ਬੀਬੀ ਦੇ ਨੌਹੇ ਨੇ ਮਾਰਫਤ ਦਿੱਤੀ ਏ, ਜਿਹਦੀ ਲਾਸ਼ 'ਤੇ ਕੱਲ੍ਹ ਡੀਗਰ ਦੇ ਘੋੜੇ ਭੱਜ ਗਏ ਨੇ, ਉਹ ਬਾਗੀ ਨਹੀਂ, ਉਹ ਨਮਾਜ਼ੀ ਏ ਪੁੱਤਰ ਰਸੂਲ ਦਾ, ਜਿਹੜੀਆਂ ਖੈਮੇ ਜਲਵਾ ਕੇ, ਚਾਦਰਾਂ ਲਟਵਾ ਕੇ, ਸਿਰ 'ਚ ਕਰਬਲਾ ਦੀ ਖਾ ਕਰਵਾ ਕੇ ਮਾਤਮ ਪਈਆਂ ਕਰਦੀਆਂ ਨੇ, ਨੌਹੇ ਪੜਦੀਆਂ, ਇਹ ਬਤੂਲ ਦੀਆਂ ਧੀਆਂ ਅਤੇ ਨੂੰਹ ਹਨ। ਭੁਲੇਖੇ 'ਚ ਨਾ ਰਵਿਆ ਗਏ, ਤੁਹਾਡੇ ਨਬੀ 'ਤੇ ਦਾ ਘਰ ਉਜੜ ਗਿਆ, ਤੁਹਾਡੀ ਬਤੂਲ ਦਾ ਵਿਹੜਾ ਸੁੰਚ ਹੋ ਗਿਆ। ਇਹ ਸਾਰੇ ਕਾਰਨਾਮੇ ਨਾ ਮਲੂਨਾ ਯਜ਼ੀਦੀਆਂ ਦੇ, 30 ਤੋਂ 60 ਬੰਦੇ ਲਸ਼ਕਰੇ ਯਜ਼ੀਦ ਦੇ, ਉਹਨਾਂ ਤੀਰ ਤੋੜ ਕੇ ਸੁੱਟ ਦਿੱਤੇ, ਕਮਾਨਾਂ ਦੋਹਰੀਆਂ ਕਰਕੇ ਭੰਨ ਕੇ ਵਗਾ ਦਿੱਤੀਆਂ, ਨੇਜ਼ੇ ਨਸਬ ਕਰਕੇ ਖੜੇ ਕਰਕੇ ਯਜ਼ੀਦ ਇਬਨੇ ਜ਼ਿਆਦ ਅਤੇ ਨਾ ਮਲੂਨਾ 'ਤੇ ਲਾਨਤ ਕੀਤੀ। ਇੱਕ ਦੂਜੇ ਨੂੰ ਸਮਝਾਉਣੋ, ਨਾ ਹੋਇਆ ਹਕੂਮਤ ਦੀ ਮੁਖਾਲਫਤ ਚੰਗੀ ਨਹੀਂ ਹੁੰਦੀ, ਹੋਏ ਨਾ ਹੋਏ। ਉਹਨਾਂ ਆਖਿਆ ਜਿਹੜੇ ਅੱਲਾ ਨਾਲ ਬਗਾਵਤ ਕਰਕੇ ਆਪਣੇ ਆਪ ਨੂੰ ਮੁਸਲ ਕਹਿਲਾਮਾਨ ਕਹਿਲਾਉਂਦੇ ਨੇ, ਅਸੀਂ ਉਹਨਾਂ 'ਤੇ ਲਾਨਤ ਕਰਾਂਗੇ ਤਾਂ ਸਾਡੇ ਇਸਲਾਮ ਨੂੰ ਕੋਈ ਨਜ਼ਲਾ ਲੱਗਣ ਲੱਗਾ। 60 ਬੰਦੇ ਲਸ਼ਕਰੇ ਯਜ਼ੀਦ ਦੇ, ਯਜ਼ੀਦ ਅਤੇ ਯਜ਼ੀਦੀਆਂ 'ਤੇ ਲਾਨਤ ਕਰ ਗਏ। ਅਮਰੇ ਸਾਧ ਨੇ ਆਖਿਆ ਇਹ ਇੱਕ ਝੱਟ ਪੈਰ ਦਾ ਹੀ ਮਾਰ ਹੈ, ਥੋੜ੍ਹੀ ਦੇਰ ਬੀਬੀ ਨੇ ਨੋਹਾ ਮਾਤਮ ਕੀਤਾ ਅਤੇ ਇੰਨੇ ਬੰਦੇ ਸਾਡੇ ਬਗਾਵਤ ਕਰਕੇ ਸਾਡੇ 'ਤੇ ਲਾਨਤਾਂ ਲੱਗ ਪਏ ਨੇ ਕਰਨ, ਰੋਕ ਦੇ ਮਾਤਮ। ਅਗਰ ਜ਼ੈਨਬ 8 ਪੈਰ ਹੋਰ ਮਾਰ ਮਾਤਮ ਕਰਾ ਗਈ, ਨੋਹਾ ਪੜ ਗਈ, ਹੋ ਸਕਦਾ ਕੱਲ੍ਹ ਸਾਡੀਆਂ ਲਾਸ਼ਾਂ 'ਤੇ ਵੀ ਉਵੇਂ ਘੋੜੇ ਭੱਜਣ ਜਿਵੇਂ ਹੁਸੈਨ ਅਤੇ ਹੁਸੈਨੀਆਂ 'ਤੇ ਭਜਾਏ ਨੇ, ਰੋਕ ਦਿਓ ਮਾਤਮ। ਸ਼ੀਆ ਸੁਣੀ ਬੈਠੇ ਹੋ, ਤੁਹਾਡੇ ਦਿਮਾਗ 'ਚ ਇਹ ਬਾਤ ਆਈ ਹੋਵੇਗੀ ਕਿ ਸਰਕਾਰ ਦੀਆਂ ਧੀਆਂ ਨੂੰ ਮਾਤਮ ਤੋਂ ਰੋਕਿਆ ਗਿਆ, ਸ਼ਾਇਦ ਕੋਈ ਔਰਤ ਭੇਜ ਕੇ ਰੋਕਿਆ ਗਿਆ ਹੋਵੇ, ਸ਼ਾਇਦ ਕਿਸੇ ਜ਼ਈਫ ਉਲ ਉਮਰ ਨੂੰ ਟੋਰਿਆ ਹੋਵੇ ਸੱਜਾਦ ਦੀ ਖਿਦਮਤ ਵਿੱਚ, ਖੁਫੀਆਂ ਦਾ ਮਾਤਮ ਰੁਕਵਾ ਚਾ, ਜਾਂ ਸ਼ਾਇਦ ਸਈਦਾ ਦੀ ਦਾਈ ਫਿਜ਼ਾ ਨੂੰ ਪੈਗਾਮ ਦਿੱਤਾ ਹੋਵੇ ਪਿਆ ਆਪਣੀ ਆਕਾਦਾਦ ਨੂੰ ਕਹਿ ਦੇ ਮਾਤਮ ਬੰਦ ਕਰੇ, ਵਰਨਾ ਜ਼ਿਆਦਤੀ ਕਰੇ। ਮੇਰਾ ਨਾਮ ਤਾਜੁੱਦੀਨ ਹੈਦਰੀ ਹੈ, ਮੈਂ ਜ਼ਾਕਰ ਨਹੀਂ ਮੌਲਵੀ ਹਾਂ, 12 ਕੁਤਬੇ ਮਕਾਤਲ ਤਾਰੀਖ ਵਿੱਚ ਮੈਂ ਉੱਠ ਲੈ ਲਾ ਬੇਟਾ ਸਿਰ 'ਤੇ ਕੁਰਾਨ ਰੱਖ, ਨਾ ਕਿਸੇ ਔਰਤ ਨੂੰ ਭੇਜ ਕੇ ਹਟਾਇਆ, ਨਾ ਸੱਜਾਦ ਦੇ ਜ਼ਰੀਏ, ਨਾ ਫਿਜ਼ਾ ਦੇ ਵਸੀਲੇ। ਉਸ ਵੇਲੇ ਤੱਕ ਜ਼ਹਰਾ ਦੀਆਂ ਧੀਆਂ ਅਤੇ ਨੂੰਹਾਂ ਲਾਸ਼ਾ ਹੁਸੈਨ ਤੋਂ ਉੱਠੀਆਂ ਨਹੀਂ ਜਦ ਤੱਕ ਉਹਨਾਂ ਦੀਆਂ ਕੰਡਾਂ ਰੰਗੀਨ ਨਹੀਂ ਹੋ ਗਈ। ਇਸ ਵਾਸਤੇ ਮੇਰਾ ਸ਼ੀਆ ਸੁਨੀ ਭਾਈ ਦਿਲ ਖੋਲ ਕੇ ਕੀਤਾ ਕਰ ਗਮੇ ਹੁਸੈਨ ਵਿੱਚ ਮਾਤਮ, ਇਹ ਉਹ ਮਾਤਮ ਹੀ ਜਿਤ ਨੂੰ ਜ਼ਹਰਾ ਦੀਆਂ ਧੀਆਂ ਕੋੜੇ ਚੱਲ ਚੱਲ ਕੇ ਜਾਰੀ ਰੱਖਿਆ। ਅੱਲਾ ਅੱਲਾ ਨਤੁੱਲਾ ਅਲਾ ਕੌਮਲ ਕਾਜ਼ਬੀਨ ਵਜ਼ਾਲਮੀਨ ਵਸਯਾ ਅਲਮੁਲਜ਼ੀਨ ਜ਼ਲਮੁ ਅਯਮੁਨ ਕਲਬੀ ਯਮ ਕਲਬੀ ਜ਼ਹਰਾ। Thank you.